ਉਹ ਸੁਪਰਵਾਈਜ਼ਰ ਹਾਂਜੀ ਸਰ ਕੀ ਗੱਲ ਅੱਜ ਫੇਰ ਪਾਵਰ ਕੱਟ ਹੈ ਪਾਵਰ ਕੱਟ ਨਹੀਂ ਸਰ ਮੀਟਰ ਕੱਟ ਹੈ ਕੀ ਮਤਲਬ ਕਨੈਕਸ਼ਨ ਕਰਤਾ ਬਿਜਲੀ ਵਾਲਿਆਂ ਨੇ ਕਿਉਂ ਕਨੈਕਸ਼ਨ ਕਿਉਂ ਕੱਟਤਾ ਸਰ ਉਹ ਕਹਿ ਰਿਹਾ ਸੀ ਕਨੈਕਸ਼ਨ ਤਾਂ ਤੁਸੀਂ ਥਾਲੀਆਂ ਬਣਾਉਣ ਦਾ ਲਿਆ ਤੇ ਨਾਲ ਆ ਤੁਸੀਂ ਗਲਾਸ ਵੀ ਬਣਾਈ ਜਾਂਦੇ ਹੋ ਕਮਾਲ ਹੈ ਯਾਰ ਬਣਾ ਤਾਂ ਭਾਂਡੇ ਹੀ ਰਹੇ ਆ ਸਰ ਮੈਨੂੰ ਤਾਂ ਇਸ ਗੱਲ ਦਾ ਪਤਾ ਹੈ ਪਰ ਇਹ ਗੱਲ ਤੁਸੀਂ ਐਕਸੀਅਨ ਸਾਹਿਬ ਨੂੰ ਸਮਝਾਓ ਨਾ ਐਕਸੀਅਨ ਕਿਉਂ ਮੈਂ ਸਿੱਧੀ ਚੇਅਰਮੈਨ ਨਾਲ ਗੱਲ ਕਰਾਂਗਾ ਉਹ ਤੁਹਾਡੀਆਂ ਪੱਤੀਆਂ ਜਗਦੀਆਂ ਰਹਿਣ ਉਹ ਤੁਹਾਂ ਦੇ ਮੀਟਰ ਭੱਜਦੇ ਰਹਿਣ ਉਹ ਤੁਹਾਡੇ ਬਿੱਲ ਵੱਧਦੇ ਰਹਿਣ ਨੇਰਾ ਸਾਹਿਬ ਓਏ ਮੇਰਾ ਨਾਮ ਨੇਰਾ ਸਾਹਿਬ ਨਹੀਂ ਨੇਰਾ ਸਾਹਿਬ ਹੈ ਜਿਹੜੇ ਹਿਸਾਬ ਨਾਲ ਪੰਜਾਬ ਚ ਬੱਤੀ ਗੁੱਲ ਰਹਿੰਦੀ ਆ ਉਹ ਹਿਸਾਬ ਨਾਲ ਤੁਹਾਂ ਦਾ ਨਾਮ ਨੇਰਾ ਸਾਹਿਬ ਹੀ ਜੱਜਦਾ ਓ ਬਸ ਓਏ ਤੁਸੀਂ ਅੰਦਰ ਕਿਵੇਂ ਆ ਗਏ ਓ ਪੈਦਲ ਹੀ ਆਇਆ ਹੋਰ ਅੰਦਰ ਟਾਂਗੇ ਤੇ ਆਣਾ ਸੀ ਅਜੋਗਤਾ ਨਾ ਕਰ ਓਏ ਤੁਸੀਂ ਹੋ ਕੌਣ ਮੈਂ ਤੁਹਾਨੂੰ ਪਛਾਣਿਆ ਨੇ ਬਸ ਹਾਂ ਸਮਝ ਲਓ ਕਿ ਜ਼ਖਮ ਦੇਣ ਨੂੰ ਪਾਲਾ ਤੇ ਮੱਲ ਮਲਾਉਣ ਨੂੰ ਬਾਲਾ ਰੱਬ ਝੂਠੀ ਬਲਾਵੇ ਰੋਂਦੇ ਚਿਹਰਿਆਂ ਤੋਂ ਕਰਦੇ ਦੂਰੇ ਦਾਸੀਆਂ ਬਸ ਅਖਾਣ ਨੂੰ ਅਸੀਂ ਮਰਾਸੀ ਬਾਜੀ ਅਹਾਂ ਦਾ ਆਪਸ ਚ ਐਡਾ ਪਿਆਰ ਆ ਜਿਵੇਂ ਚਾਬੀ ਤੇ ਤਾਲਾ ਜਿਵੇਂ ਪਜਾਮੇ ਦੇ ਵਿੱਚ ਨਾਲਾ ਅਸੀਂ ਦੋਵੇਂ ਇੱਕੋ ਮਾਂ ਬਾਪ ਦੀ ਗਲਤੀ ਦੇ ਨਤੀਜੇ ਆ ਤੇ ਇਹ ਕਾਕਾ ਮੇਰੀ ਦੂਜੀ ਵਹੁਟੀ ਦੇ ਪਹਿਲੇ ਵਿਆਹ ਚ ਤੀਜੇ ਨੰਬਰ ਦਾ ਕਾਕਾ ਨਾ ਇਹਦਾ ਕਰੰਟ ਆ ਉਹ ਨਾ ਹੀ ਕਰੰਟ ਆ ਜੀ ਉਹ ਬੱਤੀ ਇਹਦੀ ਤੇਰੇ ਅੰਗ ਬੇਸ਼ਾ ਗੋਲੀ ਰਹਿੰਦੀ ਆ ਓਏ ਕਿਉਂ ਦੁਖਦੀ ਰੱਖਦੇ ਹੱਥ ਰੱਖਦੇ ਉਹ ਕਹਿੰਦਾ ਬਿਜਲੀ ਮਹਿਕਮੇ ਚ ਨੌਕਰੀ ਕਰਨੀ ਆ ਮੈਂ ਕਿਹਾ ਗੱਲ ਹੀ ਕੋਈ ਨਹੀਂ ਉਹ ਚੇਅਰਮੈਨ ਆਪਣੇ ਘਰ ਦਾ ਬੰਦਾ ਮੈਂ ਤੇਰੇ ਘਰ ਦਾ ਬੰਦਾ ਕਿਵੇਂ ਹੋ ਗਿਆ ਹੱਦ ਹੋ ਗਈ ਅਸੀਂ ਵੀ ਮਰਾਸੀ ਤੂੰ ਵੀ ਮਰਾਸੀ ਵਾਟ ਡੂ ਯੂ ਮੀਨ ਉਹ ਇਹਦਾ ਮੀਨ ਤਾਂ ਇਹੀ ਹੈ ਕਿ ਤੂੰ ਵੀ ਭੰਡ ਤੇ ਅਸੀਂ ਵੀ ਭੰਡ ਮੈਂ ਇੱਥੇ ਇੰਜੀਨੀਅਰ ਹਾਂ ਕਾਹਦਾ ਇੰਜੀਨੀਅਰ ਹਾਂ ਬੁੜੀ ਤੇਰੀ ਕਰੰਟ ਖਾ ਕੇ ਮਰ ਗਈ ਸੀ ਉਹ ਸ਼ਕਲ ਤੇਰੀ ਐ ਜਿਵੇਂ ਲਾਟੂ ਬੁਝੋ ਕੀ ਬਕਵਾਸ ਕਰੀ ਜਾਂਦੇ ਹੋ ਓਏ ਆਪਾਂ ਇੱਥੇ ਨੌਕਰੀ ਲੈਣ ਆਏ ਆ ਕਿਤੇ ਹੋਰ ਹੀ ਨਾ ਕੇਸ ਖਰਾਬ ਕਰ ਲਈਏ ਜੁਗਤਾ ਕਰਕੇ ਓ ਬਿਲਕੁਲ ਉਹ ਚੇਅਰਮੈਨ ਤਾਂ ਆਪਣਾ ਬਹੁਤ ਹੀ ਵੱਡਾ ਇੰਜੀਨੀਅਰ ਹੈ ਉਹ ਜਦ ਅਮਰੀਕਾ ਵਾਲੇ ਉੱਤੇ ਰਾਕਟ ਛੱਡਦੇ ਆ ਨਾ ਆ ਤੇਲ ਪਾਣੀ ਚੈੱਕ ਕਰਨ ਵਾਸਤੇ ਆਪਣਾ ਨੇਰਾ ਹੀ ਦਜਾਂਦਾ ਪੁੱਤਰ ਮੇਰੇ ਹਲ ਕਿਵੇਂ ਇੰਨਾ ਜੇ ਨੌਕਰੀ ਲੈਣੀ ਹੈ ਗਾੜੀ ਹੋ ਕੇ ਚੇਅਰਮੈਨ ਸਾਹਿਬ ਦੇ ਪੈਰੀ ਹੱਥ ਲਾ ਓਏ ਪੈਰੀ ਹੱਥ ਲਾਉਣ ਦੀ ਕੋਈ ਲੋੜ ਨਹੀਂ ਹੈ ਅੱਜ ਕੱਲ ਭਰਤੀ ਬੰਦ ਹੈ ਓਏ ਤੂੰ ਐਡਾ ਵੱਡਾ ਅਫਸਰ ਹੈ ਜੇ ਬੰਦ ਹੈ ਤਾਂ ਖੋਲ ਦੇ ਓ ਭਈ ਮੇਰੀਆਂ ਪਾਵਰਾਂ ਨਹੀਂ ਹੈ ਕੀ ਗੱਲਾਂ ਕਹਿਣ ਦਿਆ ਅਸੀਂ ਤਾਂ ਸੁਣਿਆ ਤੇਰੀਆਂ ਪਾਵਰਾਂ ਹੀ ਬਹੁਤ ਨੇ ਨੇਰੇ ਆ ਓ ਤੂੰ ਤਾਂ ਮੂੰਹ ਚ 100 ਵਾਟ ਦਾ ਬਲਬ ਪਾ ਲੈ ਉਹ ਵੀ ਜਗ ਜਾਏ ਮੈਨੂੰ ਨੌਕਰੀ ਤੇ ਬੰਦੇ ਰੱਖਣ ਦਾ ਹੁਕਮ ਨਹੀਂ ਹੈ ਤੈਨੂੰ ਹੁਕਮ ਦੀ ਕੀ ਲੋੜ ਹੈ ਜਜਮਾਨਾ ਹੁਕਮ ਦੇ ਬਾਦਸ਼ਾਹ ਕੀ ਤਾਂ ਤੇਰੀ ਬੂਥੀ ਹੈ ਕੀ ਮਤਲਬ ਉਹ ਇਹਦਾ ਮਤਲਬ ਹੈ ਕਿ ਤੇਰੇ ਹੁਕਮ ਨਾਲ ਕਿਸੇ ਦੇ ਵੀ ਬੱਤੀ ਕੱਟੀ ਜਾ ਸਕਦੀ ਹੈ ਕਿਸੇ ਨੂੰ ਵੀ ਕਨੈਕਸ਼ਨ ਮਿਲ ਸਕਦਾ ਉਹ ਕਾਕਾ ਉਹ ਗਾਂ ਹੋ ਕੇ ਪੈਰੀ ਹੱਥ ਲਾ ਖਾਂ ਪਰ ਮੈਂ ਤਾਂ ਸੁਣਿਆ ਅਫਸਰਾਂ ਦੀ ਨਾ ਜ਼ੁਬਾਨ ਹੁੰਦੀ ਹੈ ਤੇ ਨਾ ਪੈਰ ਹੁੰਦੇ ਨੇ ਤੁਹਾਨੂੰ ਦੱਸਣਾ ਮੈਂ ਸਿਕਿਉਰਿਟੀ ਪੀਏ ਚਪੜਾ ਸੀ ਛੇਤੀ ਅੰਦਰ ਆਓ ਯਸ ਸਰ ਧੱਕੇ ਮਾਰ ਕੇ ਬਾਹਰ ਕੱਢੋ ਓਏ ਹਨ ਦੱਸੋ ਕਿ ਨੂੰ ਬਾਹਰ ਕੱਢਣਾ ਅਸੀਂ ਕੱਢ ਦਿੰਦੇ ਹਾਂ ਤੁਹਾਨੂੰ ਬਾਹਰ ਕੱਢਣਾ ਹੋਰ ਕਿਹਨੂੰ ਕੱਢਣਾ ਚਲੋ ਬਾਹਰ ਓ ਕੀ ਕਰੀ ਜਾਂਦੇ ਹੋ ਖੜੋ ਤਾਂ ਸਹੀ ਓ ਅਸੀਂ ਨੌਕਰੀ ਲੈਣ ਆਏ ਹਾਂ ਬਈ ਕੱਢਣ ਦੋ ਇੱਕ ਮਿੰਟ ਕੱਢੋ ਆਹ ਲੈ ਸਮਾਨ ਲੈ ਗਿਆ ਸਮਾਨ ਲੈ ਗਿਆ ਸਾਡਾ ਬਈ ਵਾਈ ਖਾ ਸਾਡੇ ਪਿੰਡ ਅਸੀਂ ਵੀ ਵੇਖ ਲਾਂਗੇ ਉਹ ਤੈਨੂੰ ਵੀ ਰਿਟਾਇਰਮੈਂਟ ਤੋਂ ਬਾਅਦ ਨੌਕਰੀ ਦੀ ਲੋੜ ਪੈ ਸਕਦੀ ਹੈ ਜੇ ਕਦੇ ਤੇਰੇ ਜੰਮਿਆ ਨਾ ਪੁੱਤ ਮੈਂ ਵੇਖ ਲੂ ਕਿਹਦਾ ਸਾਲਾ ਵਧਾਈ ਦੇਣਾ ਆਪਲਾ ਤਾਂ ਤੇਰੇ ਜੰਮ ਦਾ ਹਾਂ ਤਾਂ ਕੋਈ ਪੜ੍ਹਿਆ ਲਿਖਿਆ ਵਾਲੀ ਗੱਲ ਨਾ ਹੋਈ ਹਾਂਜੀ ਅਗਲਾ ਨਹੀਂ ਗੱਲ ਕਰਨੀ ਸੀ ਤਾਂ ਬਿਜਲੀ ਮੈਂ ਕਿਵੇਂ ਤਾਂ ਮੰਤਰੀ ਬਣਨਾ ਅੰਦਰ ਜਿਵੇਂ ਲਾਟੂ ਨੈਣ ਕਲਾਈਆਂ ਹੋਣ ਇਹਨਾਂ ਦੀ ਬਿਜਲੀ ਕੱਟੋ ਬਹੁਤ ਹੀ ਬੇਵਕੂਫ ਬੰਦੇ ਸੀ ਇਹਨਾਂ ਭੰਡਾ ਦੀ ਬਿਜਲੀ ਕੱਟਣੀ ਹੈ ਜੀ ਇਹਨਾਂ ਦੀ ਬਿਜਲੀ ਕੱਟੋ ਭੰਡਾ ਦੀ ਠੀਕ ਹੈ ਸਰ ਤਾਂ ਇਹਨਾਂ ਨੂੰ ਪਤਾ ਚੱਲੇਗਾ ਕਿ ਚੇਅਰਮੈਨ ਨਾਲ ਪੰਗਾ ਕਿਵੇਂ ਲਿੱਤਾ ਜਾਂਦਾ ਹੈ ਅਸੀਂ ਤਾਂ ਚੇਅਰਮੈਨ ਸਾਹਿਬ ਤੁਹਾਡੇ ਨਾਲ ਕੋਈ ਪੰਗਾ ਵੀ ਨਹੀਂ ਲਿਆ ਫਿਰ ਸਾਨੂੰ ਕਿਉਂ ਬਾੜਤਾ ਭਾਂਡੇ 'ਚ ਸਾਡੀ ਕਿਉਂ ਬਿਜਲੀ ਕੱਟਤੀ ਭਾਈ ਮੈਂ ਤੁਹਾਨੂੰ ਨਹੀਂ ਉਹ ਬੇਵਕੂਫ ਮਰਸੀਆਂ ਨੂੰ ਕਹਿ ਰਹੇ ਸੀ ਜਿਹੜੇ ਆਣ ਵੜੇ ਸੀ ਤੁਸੀਂ ਬੈਠੋ ਇੱਕ ਮਿੰਟ ਨਾ ਤੁਸੀਂ ਵੀ ਕਿਉਂ ਬੈਠੋ ਮੈਂ ਤੁਹਾਨੂੰ ਪਛਾਣਿਆ ਨਹੀਂ ਤੁਸੀਂ ਹੋ ਕੌਣ ਸਰ ਤੁਹਾਡੀ ਮਾਤਾ ਜੀ ਦੇ ਭੋਗ ਤੇ ਲੰਗਰ ਲਈ ਥਾਲੀਆਂ ਅਸੀਂ ਸਪਲਾਈ ਕੀਤੀਆਂ ਸੀ ਅੱਛਾ ਅੱਛਾ ਤੁਸੀਂ ਕਿਸੇ ਗੁਰਦੁਆਰੇ ਦੇ ਪ੍ਰਧਾਨ ਹੋ ਨਹੀਂ ਸਾਡੀ ਫੈਕਟਰੀ ਹੈ ਥਾਲੀਆਂ ਬਣਾਉਣ ਦੀ ਬੈਠੋ ਬੈਠੋ ਥੈਂਕ ਯੂ ਕੀ ਨਾਂ ਤੁਹਾਡਾ ਸੁਰਜੀਤ ਸਿੰਘ ਉਹ ਪਿਆਰ ਨਾਲ ਮੈਨੂੰ ਜੀਤਾ ਕਹਿੰਦੇ ਆ ਮੇਰੀ ਫੈਕਟਰੀ ਦਾ ਨਾਂ ਵੀ ਜੀਤਾ ਥਾਲੀਜ਼ ਇੰਟਰਨੈਸ਼ਨਲ ਆ ਤੁਹਾਨੂੰ ਪ੍ਰੋਬਲਮ ਕੀ ਹੈ ਤੁਹਾਡੇ ਬੰਦੇ ਸਾਡੀ ਫੈਕਟਰੀ ਦੀ ਬਿਜਲੀ ਕੱਟ ਗਏ ਕਹਿੰਦੇ ਤੁਹਾਡੀ ਫੈਕਟਰੀ ਥਾਲੀਆਂ ਬਣਾਉਣ ਦੀ ਹੈ ਤੁਸੀਂ ਗਲਾਸ ਕਿਉਂ ਬਣਾਈ ਜਾਂਦੇ ਹੋ ਤੁਹਾਨੂੰ ਨੋਟਿਸ ਆਇਆ ਸੀ ਹਾਂ ਜੀ ਨੋਟਿਸ ਤਾਂ ਆਇਆ ਸੀ ਫਿਰ ਜਵਾਬ ਦਿੱਤਾ ਸੀ ਤੁਸੀਂ ਸਾਰੇ ਅਸੀਂ ਇਹਦੇ ਵਿੱਚ ਕੀ ਜਵਾਬ ਦੇਣਾ ਭਾਂਡੇ ਤਾਂ ਭਾਂਡੇ ਹੁੰਦੇ ਆ ਭਾਵੇਂ ਥਾਲੀਆਂ ਬਣਾਈਏ ਜਾਂ ਗਲਾਸ ਪਰ ਬਿਜਲੀ ਵਾਲਿਆਂ ਦਾ ਇਹਦੇ 'ਚ ਕੀ ਲੈਣਾ ਦੇਣਾ ਅਰੇ ਪਰ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਤੁਸੀਂ ਕਨੈਕਸ਼ਨ ਕਦੇ ਲਈ ਲਿਆ ਹੈ ਪਰ ਤੁਸੀਂ ਘਬਰਾਓ ਨਾ ਮੈਂ ਰਿਪੋਰਟ ਮੰਗਾ ਲੈਣਾ
ठीक है, थैंक यू सर। बिजली चलो भजो इतो। बिजली अकल कर, शर्म नहीं आती तेनू? नच नच के सारा पिंड इकट्ठा कर लिया, चल अंदर। मम्मा मैं कहनी अंदर चल। बिजली तेरे पिंड नू जड़ी बेड़ी जांदी है ना, कमाल दी। ते मैं? तू ते है ही। तू वाकई मैनू प्यार करदा है? मतलब जब मैं तेरे नाल नहीं हुंदी तू मेरे बारे सोचता है? हो मैं की सारा पंजाब तेनू रोंदा है। रोंदा है? हां नहीं, मेरा मतलब याद करता है जदों भी इत्थे पावर कट लगता है। सारे यही तो कहंदे ने हाय ओए बिजली, आ मार गई बिजली। तू मैनू दस, तू मैनू प्यार करता है कि नहीं? नहोर मैं इत्थे ते तो हिसाब दी ट्यूशन लैणा ना। प्यार करता तां ही तो तैनू इन्नी दूरों मिलना ना। अच्छा चल हुण ए दस कि तू मैनू किन्ना प्यार करता है। किलोमीटरां च दसां या मीटरां च? प्यार दी भाषा च दस ना करन, तू मैनू किन्ना प्यार करता है? मैं तैनू इन्ना प्यार करता है बिजली, इन्ना प्यार करदा है जिन्ना जिन्ना चमगादड़ बिजली दी तारां नूं करदा है। दफा हो। शायरा वर्गे लफ्ज़ तां तेरे कोल है नहीं, पर इश्के दी खुशबू पूरी है। ओए शायर, लोक कितां हंजुआं च डुबे टुटे आशिक हुंदे ने, साडे दिल दी राणी तां साडे कोल है। कीमत घट है, कर्जा ज्यादा चढ़िया होया। ठीक है ठीक है, मैं हां लाइनमैन खंबा राम, ने साडे जई साहब एन एस डांग। ओ तेरी डांग किथे होए? ओए एन एस डांग इहनां दा नाम आ, नाले असी डांगा नाल नहीं आंदे, असी बिजली आले आ, साडे लिए प्लास ही काफी आ। ओ बाकी दे गल्ला छड्डो, ए पहला ये दसो तुहाडा मीटर किथे है? ओ अही कोई आटो रिक्शा है जेड़ा साडा मीटर लब्बण दे आ। ओ असी तुहाडे घर दे मीटर दी गल कर रहे आ, सानू पता लगा कि तुसी बिजली चोरी करदे हो। हैं तुहाडी बिजली ते हुण कटनी पैणी आ। ओ शकल वेखी होए अपनी, जिवें बिना तारां वाला खंभा। मजाक खंभा राम ना मजाक? ओ तानू खंभा राम ना मजाक बड़ा महंगा पैना जे। ओ जिथे बाकी चीजां महंगी उथे मजाक भी महंगा हो गया, ते की हो गया? ओए खंभा राम। हां जी सर। ओ हुण इहनां दा मीटर कटणा नहीं जी, जड़ों ही पटणा। हुणे लो सर। ओ मीटर दे नाल नाल मैं ते इहनां दीआं कंध दीआं इट्टां वी पुट लूं। हुण तुसीं दसो पहलां चाह पीणी ऐ कि ठंडा? ओए ओ तुसीं सानूं रिश्वत देण दी कोशिश कर रहे हो? ओ तेरे अर्गे आदमी दी असीं तनखाह खोलीए, तू रिश्वत दी गल करी जाण दिआ। शकल वेखीए अपनी, ਜਿਵੇਂ ਬਿਨਾਂ ਤੇਲ ਵਾਲਾ ਟਰਾਂਸਫਾਰਮਰ ਹੁੰਦਾ। ਓਏ ਚੁੱਪ ਕਰ ਓਏ, ਅਸੀਂ ਤੁਹਾਡਾ ਮੀਟਰ ਕੱਟਣ ਆਏ ਆ, ਤੁਹਾਡੇ ਕੋਲੋਂ ਬੇਇੱਜ਼ਤੀ ਕਰਾਉਣ ਨਹੀਂ ਆਏ। ਸਰ ਸਾਰਾ ਘਰ ਸ਼ਾਨ ਮਾਰ ਰਿਹਾ ਪਰ ਇਹਨਾਂ ਦਾ ਮੀਟਰ ਨਹੀਂ ਜੇ ਲੱਭਾ। ਉਹੀ ਮੀਟਰ ਲਵਾਇਆ ਹੀ ਨਹੀਂ ਤੇ ਲੱਭਣਾ ਕੀ ਹੈ? ਓਏ ਬੜੇ ਬੇਵਕੂਫ ਬੰਦੇ ਹੋ ਤੁਸੀਂ, ਉਹ ਤੁਸੀਂ ਬਿਜਲੀ ਦਾ ਕਨੈਕਸ਼ਨ ਲਿਆ ਹੀ ਨਹੀਂ। ਬਿਜਲੀ ਦਾ ਮੀਟਰ ਤੇ ਉਹ ਲਵਾਉਂਦੇ ਨੇ ਜਿਹੜੇ ਲੋਕ ਬੇਵਕੂਫ ਨੇ, 24 ਘੰਟਿਆਂ ਚੋਂ 22-22 ਘੰਟੇ ਤੇ ਬੱਤੀ ਗੁੱਲ ਰਹਿੰਦੀ ਹੈ, 2 ਘੰਟਿਆਂ ਪਿੱਛੇ ਇਹੀ ਮੀਟਰ ਲਵਾ ਕੇ ਤੂੰ ਹੰਦਾ ਸਾਨ ਕਰਾਉਣਾ ਹੀ? ਬਿਜਲੀ ਦਾ ਕਨੈਕਸ਼ਨ ਨਾ ਲੈਣਾ ਮਤਲਬ ਬਿਜਲੀ ਮਹਿਕਮੇ ਦੀ ਬੇਇੱਜ਼ਤੀ। ਉਹ ਜ਼ਿੰਦਗੀ 'ਚ ਪਹਿਲੀ ਵਾਰੀ ਇੰਨੀ ਬੇਇੱਜ਼ਤੀ ਹੋਈ ਹੈ। ਓਏ ਖੰਭਾ ਰਾਮ ਬਸ ਨਿਕਲ ਜਾ ਹੁਣ ਇੱਥੋਂ। ਨਿਕਲ ਲਓ ਜੀ। ਸਰ ਇਹ ਤਾਂ ਚੰਗਾ ਆ, ਆਂਢ ਗੁਆਂਢ ਕਿਸੇ ਨੇ ਦੇਖਿਆ ਨਹੀਂ। ਪੂਰੇ ਦਿਨ 'ਚ ਨੇ 4 ਕੰਮ ਕਹੀਦੇ ਤੁਹਾਨੂੰ, ਉਹਦੇ 'ਚੋਂ ਇੱਕ ਕੰਮ ਨਹੀਂ ਹੋ ਸਕਦਾ ਤੁਹਾਡੇ ਕੋਲੋਂ ਚੰਗੀ ਤਰ੍ਹਾਂ। ਇੱਕਦਮ ਇਨਐਫੀਸ਼ੀਐਂਟ ਔਰ ਨਲਾਇਕ ਸਟਾਫ ਹੈ ਮੇਰੇ ਕੋਲ, ਸਮੇਂ ਤੁਹਾਡੇ। ਸੌਰੀ ਸਰ, ਸਰ ਵੈਸੇ ਉਹਨਾਂ ਭੰਡਾਂ ਨੇ ਤੁਹਾਡੀ ਬੇਇੱਜ਼ਤੀ ਬਹੁਤ ਕੀਤੀ, ਗੱਲ ਹੌਲੀ ਹੌਲੀ ਸਾਰੇ ਦਫ਼ਤਰ 'ਚ ਫੈਲ ਗਈ ਸਰ। ਅੱਛਾ ਹਾਂਜੀ। ਕੋਈ ਨਹੀਂ, ਇੱਕ ਵਾਰੀ ਬਿਜਲੀ ਕੱਟੀ ਗਈ ਨਾ, ਫਿਰ ਦੇਖੋ ਕਿਵੇਂ ਆਉਂਦੇ ਰੋਂਦੇ ਰੋਂਦੇ ਮੇਰੇ ਕੋਲ। ਤੁਸੀਂ ਜ਼ਰਾ ਐਕਸੀਅਨ ਨਾਲ ਮੇਰੀ ਗੱਲ ਕਰੋ। ਹਾਂਜੀ ਲਓ ਜੀ ਸਰ। ਹੈਲੋ ਐਕਸੀਅਨ, ਧੋਖਾ ਰਾਏ ਸਪੀਕਿੰਗ। ਹਾਂਜੀ ਧੋਖਾ ਰਾਏ ਜੀ। ਹਾਂਜੀ ਸਰ ਜੀ, ਜ਼ਰਾ ਚੇਅਰਮੈਨ ਸਾਹਿਬ ਨਾਲ ਗੱਲ ਕਰੋ। ਹਾਂ ਬਈ। ਹਾਂਜੀ ਸਰ ਜੀ। ਕੀ ਹੋਇਆ ਪਾਲੇ ਵਾਲੇ ਦੇ ਕਨੈਕਸ਼ਨ ਦਾ? ਹਾਂਜੀ ਹਾਂਜੀ ਸਰ, ਮੈਂ ਆਪ ਗਿਆ ਹਾਂ ਜੀ ਕਨੈਕਸ਼ਨ ਕੱਟਣ। ਮਰਾਸੀਆਂ ਦੀ ਬਿਜਲੀ ਕੱਟਣ ਲਈ ਇੰਨਾ ਟਾਈਮ? ਵੱਡੇ ਜੱਟ ਜ਼ਮੀਂਦਾਰ ਦੀ ਬਿਜਲੀ ਕੱਟਣੀ ਹੋਵੇ ਤੁਸੀਂ ਤਾਂ ਫਿਰ ਮਹੀਨਾ ਲਾ ਦੋਗੇ। ਸਰ ਜੀ ਕੱਟ ਦਿੱਤੀ ਸਮਝੋ। ਕੱਟ ਦਿੱਤੀ ਸਮਝੋ ਜਾਂ ਕੱਟ ਦਿੱਤੀ ਹੈ? ਸਰ ਮੇਰਾ ਮਤਲਬ ਦੇ ਹੱਥਾਂ ਨਾਲ ਕੱਟ ਰਿਹਾ। ਆ ਲਓ ਜੀ ਇਹ ਆ ਕੱਟਤੀ। ਧੋਖਾ ਰਾਏ ਸਾਹਿਬ, ਮੇਰੇ ਨਾਲ ਤੇ ਧੋਖਾ ਨਾ ਕਰੋ। ਸਰ ਮਰਾਸੀ ਨੇ ਤਾਂ ਰੋਣਾ ਪੇਚਣਾ ਵੀ ਸ਼ੁਰੂ ਕਰਤਾ ਜੀ। ਵੈਰੀ ਗੁੱਡ, ਇਹ ਹੋਈ ਨਾ ਗੱਲ। ਹੋਰ ਲੈਣ ਮੇਰੇ ਨਾਲ ਪੰਗਾ।
ਸਸਰੀਕਾਲ ਸਰ ਸਸਰੀਕਾਲ ਆਓ ਵੀ ਆਓ ਮੈਂ ਤੁਹਾਡੇ ਇੰਤਜ਼ਾਰ ਕਰ ਰਿਹਾ ਸੀ ਕਰ ਰਹੇ ਮਰਾਸੀਆਂ ਦਾ ਕੰਮ ਉਹ ਨਾ ਜੀ ਨਾ ਉਹਨਾਂ ਦਾ ਕਨੈਕਸ਼ਨ ਨਹੀਂ ਕੱਟਿਆ ਜਾ ਸਕਦਾ ਕਿਉਂ ਉਹਨਾਂ ਦੇ ਮੀਟਰ ਨਾਲ ਕੁੱਤਾ ਬੰਨਿਆ ਹੋਇਆ ਨਹੀਂ ਜਨਾਬ ਕੁੱਤਾ ਨਹੀਂ ਬੰਨਿਆ ਹੋਇਆ ਕੁੱਤਾ ਫਸਿਆ ਹੋਇਆ ਉਹਨਾਂ ਦੇ ਘਰ ਕਨੈਕਸ਼ਨ ਹੈ ਹੀ ਨਹੀਂ ਤਾਂ ਉਹਨਾਂ ਦਾ ਕੱਟੀਏ ਕੀ ਉਹ ਪਰ ਉਹਨਾਂ ਦੀ ਬਿਜਲੀ ਕੱਟਣੀ ਤਾਂ ਬਹੁਤ ਜ਼ਰੂਰੀ ਹੈ ਪਰ ਸਰ ਬਿਜਲੀ ਤਾਂ ਕੱਟਾਂਗੇ ਜੇ ਬਿਜਲੀ ਹੋਏਗੀ ਬਿਜਲੀ ਹੈ ਹੀ ਨਹੀਂ ਉਹ ਇੱਕ ਕਮਾਲ ਦੀ ਗੱਲ ਹੈ ਯਾਰ ਹੁਣੇ ਹੁਣੇ ਤਾਂ ਮੈਂ ਚੇਅਰਮੈਨ ਸਾਹਿਬ ਨੂੰ ਫੋਨ ਕਰਕੇ ਕਿਹਾ ਵੀ ਉਹਨਾਂ ਦਾ ਮੀਟਰ ਤਾਂ ਮੈਂ ਆਪ ਪੱਟ ਗਿਆ ਆ ਉਹ ਸਰ ਉਹਨਾਂ ਦੇ ਘਰ ਮੀਟਰ ਹੈ ਹੀ ਨਹੀਂ ਤਾਂ ਉਹਨਾਂ ਦਾ ਪੱਟੀਏ ਕੀ ਤੁਸੀਂ ਇੱਦਾਂ ਕਰੋ ਪਹਿਲਾਂ ਮੀਟਰ ਲਾ ਦਿਓ ਫਿਰ ਕੱਟ ਦਿਓ ਗੁੱਡ ਆਈਡੀਆ ਸਰ ਵੈਸੇ ਸਰ ਮੈਂ ਵੀ ਇਹੀ ਸੋਚ ਰਿਹਾ ਸੀ ਉਹ ਚੁੱਪ ਕਰੋ ਤੇਰੀ ਏਡੀ ਵੱਡੀ ਸੋਚ ਕਿਵੇਂ ਹੋ ਸਕਦੀ ਹੈ ਉਹ ਅਫਸਰਾਂ ਦਾ ਦਿਮਾਗ ਤੇ ਅਫਸਰਾਂ ਦਾ ਹੀ ਹੁੰਦਾ ਕਿਉਂ ਸਰ ਥੈਂਕ ਯੂ ਸਰ ਆਪਾਂ ਇੱਦਾਂ ਕਰਦੇ ਹਾਂ ਪਹਿਲਾਂ ਉਹਨਾਂ ਦੇ ਘਰ ਮੀਟਰ ਲਾਉਂਦੇ ਹਾਂ ਅਤੇ ਨਾਲ ਦੀ ਨਾਲ ਹੀ ਕੱਟ ਦਿੰਦੇ ਹਾਂ ਹਾਂਜੀ ਸੁਰਜੀਤ ਜੀ ਹੋ ਗਿਆ ਤੁਹਾਡਾ ਕੰਮ ਕੌਣ ਕਹਿੰਦਾ ਹੋ ਗਿਆ ਭਾਈ ਮੈਂ ਪੁੱਛ ਰਿਹਾ ਹੋਇਆ ਕਿ ਨਹੀਂ ਹੋਇਆ ਕੁਛ ਨਹੀਂ ਹੋਇਆ ਮੇਰੀ ਤਾਂ ਬਿਜਲੀ ਕੱਟੀ ਹੋਈ ਹੈ ਤਦ ਤੱਕ ਤੁਸੀਂ ਥਾਲੀਆਂ ਤੇ ਬਣਾਓ ਜਦ ਤੱਕ ਗਲਾਸਾਂ ਦੀ ਪਰਮਿਸ਼ਨ ਨਹੀਂ ਮਿਲਦੀ ਕਾਹਦੇ ਨਾਲ ਬਣਾਈਏ ਸਰ ਪਹਿਲਾਂ ਮੇਰੀ ਬਿਜਲੀ ਦਾ ਕਨੈਕਸ਼ਨ ਤਾਂ ਬਹਾਲ ਕਰਾਓ ਆਹ ਜਿਹੜਾ ਤੁਸੀਂ 2 ਲੱਖ ਦਾ ਜੁਰਮਾਨਾ ਮੇਰੇ ਤੇ ਠੋਕ ਦਿੱਤਾ ਇਹ ਤਾਂ ਬਿਲਕੁਲ ਨਜਾਇਜ਼ ਮੈਂ ਤਾਂ ਵੜ ਗਿਆ ਨਾ ਭਾਂਡੇ 'ਚ ਚਲੋ ਕੋਈ ਨਹੀਂ ਵਿਲ ਟੇਕ ਯੂ ਆਊਟ ਆਫ ਭਾਂਡਾ ਮਤਲਬ ਤੁਹਾਡੀ ਯੂਟੈਂਸਿਲਸ ਤੁਸੀਂ ਕੰਮ ਕਰੋ ਇਹ ਜਾ ਕੇ ਧੋਖਾ ਰਾਏ ਸਾਹਿਬ ਨੂੰ ਦੇ ਦਿਓ ਮੈਂ ਉਹਨਾਂ ਨੂੰ ਕਹਿ ਦਾਂਗਾ ਕਿ ਕੋਈ ਨਜਾਇਜ਼ ਨਹੀਂ ਹੋਣੀ ਚਾਹੀਦੀ ਥੈਂਕ ਯੂ ਥੈਂਕ ਯੂ ਸਰ ਵਾਹ ਬਈ ਵਾਹ ਵਿਪਾਲੇ ਮੈਂ ਚੱਲੀ ਆ ਸ਼ਾਪਿੰਗ ਨਾ ਤੈਨੂੰ ਸ਼ਰਮ ਨਹੀਂ ਆਂਦੀ ਰੋਜ਼ ਰੋਜ਼ ਖਾਲੀ ਪਰਸ ਲਟਕਾ ਕੇ ਦੁਕਾਨਾਂ ਤੇ ਘੁੰਮਣ ਡਈ ਹੁੰਨੀ ਆ ਨਾ ਤੇਰੀਆਂ ਇੱਥੇ ਵੱਡੀਆਂ ਫੈਕਟਰੀਆਂ ਲੱਗੀਆਂ ਹੈ ਨਾ ਜਿਹੜਾ ਮੈਂ ਪਰਸ 'ਚ ਨੋਟ ਭਰ ਭਰ ਕੇ ਘੁੰਮਦੀ ਫਿਰਾਂ ਨਾ ਵੱਟੇ ਭਰ ਲਿਆ ਕਰ ਰਸਤੇ 'ਚ ਕਈ ਵਾਰ ਕੋਈ ਛੇੜ ਹੀ ਦਿੰਦਾ ਵੱਟੇ ਨਹੀਂ ਮਿਲਦੇ ਲੈ ਹੁਣ ਕਿਹੜੀ ਉਮਰ ਰਹਿ ਗਈ ਹੁਣ ਕੌਣ ਮੈਨੂੰ ਛੇੜੇਗਾ ਉਹ ਜਿਹੜਾ ਨਾ ਛੇੜੇ ਉਹ ਤਾਂ ਮਾਰ ਦਿਆ ਕਰ ਤੈਨੂੰ ਬੜੀ ਵਾਰੀ ਕਿਹਾ ਜਦੋਂ ਮੈਂ ਸ਼ਾਪਿੰਗ ਤੇ ਨਿਕਲਿਆ ਕਰਾਂ ਮੇਰਾ ਰਸਤਾ ਨਾ ਕੱਟਿਆ ਕਰ ਨਾ ਤੂੰ ਸ਼ਾਪਿੰਗ ਤੇ ਲੈਣ ਕੀ ਚੱਲੀ ਹੈ ਮੈਂ ਲੈਣ ਚੱਲੀ ਹਾਂ ਇੱਕ ਸਟੀਲ ਦਾ ਗਲਾਸ ਤੇ ਇੱਕ ਥਾਲੀ ਨਾ ਹੀ ਘਰ ਦੇ ਵਿੱਚ ਬੰਦੇ ਹੈਗੇ ਆ 4 ਤੇ ਤੂੰ ਥਾਲੀ ਲੈਣ ਚੱਲੀ ਹੈ ਇੱਕ ਉਹ ਤਾਂ ਮੈਂ ਆਏ ਗਈ ਲਈ ਲੈਣ ਚੱਲੀ ਹਾਂ ਤੁਸੀਂ ਤਾਂ ਸਾਰੇ ਰੋਟੀ ਅਖਬਾਰ ਤੇ ਰੱਖ ਕੇ ਖਾਂਦੇ ਹੋ ਬਈ ਅਖਬਾਰ ਤੇ ਰੋਟੀ ਰੱਖ ਕੇ ਖਾਣ ਦਾ ਸਵਾਦ ਹੀ ਅਲੱਗ ਹੈ ਅੱਧੀਆਂ ਖਬਰਾਂ ਤੇ ਰੋਟੀਆਂ ਤੇ ਛਪ ਜਾਂਦੀਆਂ ਤੇ ਦਈ ਰਾਤ ਨੂੰ ਨੀਂਚ ਖਬਰਾਂ ਬੜਬੜਾ ਰਿਹਾ ਹੁੰਦਾ ਹੈ ਨਾ 4 ਨੌਜਵਾਨਾਂ ਨੇ ਕੁੜੀ ਦੀ ਇੱਜ਼ਤ ਲੁੱਟੀ ਪ੍ਰਧਾਨ ਮੰਤਰੀ ਕਹਿੰਦਾ ਦੇਸ਼ ਤਰੱਕੀ ਦੀ ਰਾਤ ਹੈ ਹੁਸ਼ਿਆਰਪੁਰ 'ਚ ਬਿਜਲੀ ਡਿੱਗੀ ਤੇ ਸੀਐਮ ਕਹਿੰਦਾ ਕਿਸਾਨਾਂ ਨੂੰ ਬਿਜਲੀ ਮੁਫਤ ਦਿੱਤੀ ਜਾਏਗੀ ਲਓ ਜੀ ਸਾਟੂਆਂ ਨੂੰ ਮਿਲੋ ਆਪਣੇ ਘਰੇ ਅੱਜ ਬਿਜਲੀ ਵਾਲੇ ਫੇਰ ਡਿੱਗੇ ਆ ਓਏ ਖੰਭਿਆਂ ਦੀ ਸ਼ਾਂ ਥੱਲੇ ਤਾਸ਼ ਖੇਡਣ ਵਾਲਿਓ ਓਏ ਹੁਣ ਕੀ ਲੈਣ ਆਏ ਹੋ ਇੱਥੇ ਰੱਬ ਝੂਠੀ ਬਲਾਵੇ ਲੈਣ ਕੀ ਇੱਥੇ ਮਾਂ ਦਾ ਸਿਰ ਆਇਆ ਬਸ ਕੜੀ ਮੁੜੀ ਬੇਇੱਜ਼ਤੀ ਕਰਾਉਣ ਦਾ ਚਾਸਕਾ ਪੈ ਗਿਆ ਜਾਪਦਾ ਇੱਕ ਰਿਕੁਐਸਟ ਹੈ ਜੀ ਓਏ ਇੱਧਰ ਕੀ ਰਿਕੁਐਸਟ ਕਰੀ ਜਾਣ ਡਿਆ ਇੱਧਰ ਗੱਲ ਕਰ ਖਾਂ ਇੱਧਰ ਨੂੰ ਵੇਖ ਕੇ ਗੱਲ ਕਰਨੀ ਪੈ ਰਹੀ ਹੈ ਜੀ ਦਰਅਸਲ ਜਨਾ ਮੇਰੀ ਤੌਣ 'ਚ ਵਲ ਪਿਆ ਹੋਇਆ ਸੱਜ ਕੇ ਜਾਵਾਂ ਜੇਈ ਸਾਹਿਬ ਵਲ ਤੁਹਾਂ ਦੀ ਤੌਣ ਵਿੱਚ ਨਹੀਂ ਪਿਆ ਹੋਇਆ ਵਲ ਤੁਹਾਂ ਦੀ ਨੀਅਤ ਦੇ ਵਿੱਚ ਪਿਆ ਹੋਇਆ ਇੱਧਰ ਨੂੰ ਵੇਖ ਕੇ ਗੱਲ ਕਰ ਫੁੱਫੜ ਇੱਧਰ ਖੜਾ ਹੈ ਐਡੀਆਂ ਲਲਚਾਈਆਂ ਨਜ਼ਰਾਂ ਨਾਲ ਤਾਂ ਕਦੇ ਪਾਲੇ ਨੇ ਨਹੀਂ ਪ੍ਰੀਤੋ ਵੱਲ ਵੇਖਿਆ ਜਿੰਨਾ ਤੂੰ ਵੇਖਣ ਡਿਆ ਸਰ ਅਸੀਂ ਇੱਥੇ ਕਨੈਕਸ਼ਨ ਲਾਉਣਾ ਜਾਂ ਫੈਂਟੀ ਲਵਾਉਣਾ ਹੈ ਹੁਣ ਠੀਕ ਹੈ ਦਰਅਸਲ ਸਰ ਅਸੀਂ ਤੁਹਾਡੇ ਫਾਇਦੇ ਦੀ ਗੱਲ ਕਰਨਾ ਆਏ ਸੀ ਜੀ ਐਡਵਾਂਸ ਲਿਆਂਦਾ ਜੇ ਐਡਵਾਂਸ ਸਰ ਐਡਵਾਂਸ ਨਹੀਂ ਜੀ ਅਸੀਂ ਫਾਰਮ ਲੈ ਕੇ ਆਏ ਜੀ ਇਹ ਫਾਰਮ ਭਰੋ ਤੇ ਬਿਜਲੀ ਲਵਾਓ ਨਾ ਬਿਜਲੀ ਇਹਦੇ ਲਾ ਦੇ ਇਹਦਾ ਦਿਮਾਗ ਹਿੱਲਿਆ ਓਏ ਬਸ ਕਹਿ ਰਹੇ ਹੋਏ ਨਾ ਇਹਦਾ ਦਿਮਾਗ ਤਾਂ ਬਹੁਤ ਆਈ ਚੱਲਦਾ ਤੁਸੀਂ ਇੱਕ ਦੂਜੇ ਨੂੰ ਬਿਜਲੀ ਲਾਓ ਨਾ ਜੀ ਨਾ ਅਸੀਂ ਉਸ ਬਿਜਲੀ ਦੀ ਨਹੀਂ ਗੱਲ ਕਰ ਰਹੇ ਜਿਹੜੀ ਪਾਗਲਾਂ ਨੂੰ ਲਾਈਦੀ ਆ ਅਸੀਂ ਤਾਂ ਚਾਹੁੰਦੇ ਸੀ ਕਿ ਤੁਹਾਡੇ ਘਰ ਬਿਜਲੀ ਦਾ ਕਨੈਕਸ਼ਨ ਲਾ ਦਈਏ ਰੱਬ ਦਾ ਵਾਸਤਾ ਓਏ ਸਾਨੂੰ ਕੋਈ ਕਨੈਕਸ਼ਨ ਨਹੀਂ ਚਾਹੀਦਾ ਜਾਓ ਸਾਡਾ ਖੇੜਾ ਛੱਡੋ ਤੁਸੀਂ ਇਹ ਸਿਆਪਾ ਆਪਣੇ ਆਪ ਨੇ ਭੇੜੋ ਮੈਂ ਤਾਂ ਚੱਲੀ ਆ ਸ਼ਾਪਿੰਗ ਇਹ ਭੈਣ ਜੀ ਜੇ ਚੱਲੇ ਹੋ ਤੇ 460 ਵਾਟ ਦੇ ਬਲਬ ਲਾਇਓ ਘਰ ਜਗਮਗ ਕਰੂ ਕੋਈ ਲੋੜ ਨਹੀਂ ਆ 2 ਲਾਟੂ ਬਥੇਰੇ ਨੇ ਹਾਂ ਵੀ ਗੱਲ ਸਮਝ ਲੱਗੀ ਕਿ ਹੁਣ ਜਾ ਕੇ ਵਿਖਾਈਏ ਹੋਈ ਰੋਸ਼ਨੀ ਖੈਰ ਪਾਲਾ ਜੀ ਸਾਨੂੰ ਤੁਸੀਂ 2000 ਰੁਪਏ ਦਿਓ ਤੁਹਾਡੀ ਸਿਕਿਉਰਿਟੀ ਜਮ੍ਹਾਂ ਕਰੀਏ ਤੇ ਨਾਲ ਦੇ ਨਾਲ ਤੁਹਾਨੂੰ ਕਨੈਕਸ਼ਨ ਦੇਈਏ ਪਾਲੇ ਝੋਟਿਆਂ ਦੇ ਕਰੋ ਲੱਸੀ ਪਾਲਣ ਡਿਆ ਆ ਸਰਪੰਚ ਸਾਹਿਬ ਆ ਬੱਤੀ ਵਾਲੇ ਤਾਂ ਆ ਖੜੇ ਆ ਇਹਨਾਂ ਨੂੰ ਆਪਾਂ ਸਾਰੇ ਪਿੰਡ 'ਚ ਲੱਭੀ ਜਾਂਦੇ ਪਏ ਹਾਂ ਰਹਿ ਗਿਆ ਮੁੰਡੇ ਨਾਲ ਉਹ ਜੇਈ ਸਾਹਿਬ ਤੁਸੀਂ ਤਾਂ ਸਾਡੇ ਟਿਊਬਲ ਦਾ ਕਨੈਕਸ਼ਨ ਲਾਉਣਾ ਸੀ ਅੱਜ ਉਹ ਨਾ ਜੀ ਨਾ ਸਰਪੰਚ ਸਾਹਿਬ ਅੱਜ ਸਾਡੇ ਕੋਲ ਟਾਈਮ ਹੈ ਨਹੀਂ ਅੱਜ ਅਸੀਂ ਤੁਹਾਡਾ ਕਨੈਕਸ਼ਨ ਨਹੀਂ ਲਾ ਸਕਦੇ ਜਾਂਦੇ ਯਾਰ ਚੰਗੇ ਬੰਦੇ ਹੋ 3 ਮਹੀਨੇ ਤੋਂ ਸਾਨੂੰ ਖਜਲ ਕਰੀ ਜਾ ਰਹੇ ਹੋ ਅੱਜ ਫੇਰ ਦਾ ਫੇਰ ਫਾਇਲ ਆਇਆ ਹੋਇਆ ਉਹ ਯਾਰ ਇੱਕ ਸਰਪੰਚ ਨੂੰ ਇਦਾਂ ਖਜਲ ਕਰ ਸਕਦੇ ਹੋ ਤੇ ਆਮ ਜਨਤਾ ਦਾ ਕੀ ਹਾਲ ਕਰਦੇ ਹੋਵੋਗੇ ਸਰਪੰਚ ਸਾਹਿਬ ਇਹਨਾਂ ਨੂੰ ਅਸੀਂ 5000 ਰੁਪਇਆ ਰਿਸ਼ਵਤ ਦਿੱਤੀ ਆ
ਫੇਰ ਵੀ ਸਾਨੂੰ ਲਾਰਾ ਲਾਈ ਜਾਂਦੇ ਆ। ਅਜੇ ਸਾਹਿਬ ਸਾਡੇ ਗਰੀਬਾਂ ਕੋਲ ਤੁਹਾਨੂੰ ਕੀ ਲੱਭਣਾ ਹੈ, ਆਹ ਵੇਖੋ ਸਰਪੰਚ ਸਾਹਿਬ ਮੋਢੇ ਵਾਲੇ ਸਾਈਕਲ ਤੇ ਆਏ ਨੇ, ਪਹਿਲਾਂ ਇਹਨਾਂ ਦਾ ਕਨੈਕਸ਼ਨ ਲਾਓ, ਤੁਹਾਡਾ ਮੂੰਹ ਮੱਥਾ ਵੀ ਝੁਲਸਣਗੇ। ਮੁਕਤੀ ਗੱਲ ਇਹ ਆ ਬਾਲਾ ਜੀ ਕਿ ਤੁਹਾਡਾ ਕਨੈਕਸ਼ਨ ਲਾਏ ਬਿਨਾਂ ਅਸੀਂ ਤੋਂ ਜਾ ਨਹੀਂ ਸਕਦੇ। ਨਾ ਪਹਿਲਾਂ ਸਰਪੰਚ ਦਾ ਕਨੈਕਸ਼ਨ ਲਾ ਖਾਂ, ਉਹ ਜਿਹੜਾ ਕਤੂਰੀ ਅੰਗ ਸੁੰਘਦਾ ਸੁੰਘਦਾ ਤੇਰੇ ਪਿੱਛੇ ਆ ਗਿਆ। ਉਹ ਰੱਬ ਦਾ ਵਾਸਤਾ ਹੀ, ਉਹ ਵੇਖੋ ਕਿਵੇਂ ਉਸਲ ਵੱਟੇ ਲੈਣ ਡਿਆ, ਕਿਵੇਂ ਘੰਟੇ ਦਾ ਖੜਾ ਗੇਰ ਤੇ ਗੇਰ ਬਦਲੀ ਜਾਣ ਡਿਆ। ਹੁਣ ਤਾਂ ਮਸਾਂ ਹੀ ਫੜ ਫੜਾ ਕੇ ਰਾਤ ਨੂੰ ਨਿਊਟਰਲ ਕਰਨਾ ਪੈਂਦਾ। ਸਰ ਮੈਨੂੰ ਲੱਗਦਾ ਇਹਨਾਂ ਮਰਾਸੀਆਂ ਦੀ ਸਿਫਾਰਿਸ਼ ਮੰਨ ਹੀ ਲੈਣੀ ਚਾਹੀਦੀ ਹੈ, ਹੋ ਸਕਦਾ ਇੱਥੋਂ ਖੁਸ਼ ਹੋ ਕੇ ਕਨੈਕਸ਼ਨ ਲਵਾ ਹੀ ਲੈਣ। ਠੀਕ ਹੈ ਸਰਪੰਚ ਸਾਹਿਬ, ਹੁਣ ਪਾਲਾ ਸਾਹਿਬ ਤੇ ਬਾਲਾ ਸਾਹਿਬ ਦੀ ਸਿਫਾਰਿਸ਼ ਆ, ਟਾਲ ਅਸੀਂ ਇਹਨਾਂ ਨੂੰ ਸਕਦੇ ਨਹੀਂ। ਚਲੋ ਪਹਿਲਾਂ ਤੁਹਾਡੇ ਟੂਬਲ ਦੇ ਫਾਹ ਵੜਦੇ ਆ। ਕਮਾਲ ਕਰਤੀ ਯਾਰ, ਬਹੁਤ ਬਹੁਤ ਮਿਹਰਬਾਨੀ ਬਾਲਾ ਸਾਹਿਬ, ਬਹੁਤ ਬਹੁਤ ਮਿਹਰਬਾਨੀ ਪਾਲਾ ਸਾਹਿਬ। ਸਤਿ ਸ੍ਰੀ ਅਕਾਲ ਜੀ। ਇਹਨੂੰ ਆਂਦੇ ਰੱਬ ਦੀਆਂ ਰਹਿਮਤਾਂ, ਹੁਣ ਅਸੀਂ ਪਾਲਾ ਬਾਲਾ ਤੋਂ ਪਾਲਾ ਸਾਹਿਬ ਤੇ ਬਾਲਾ ਸਾਹਿਬ ਵੀ ਹੋ ਗਏ। ਉਹੀ ਦਾ ਮਤਲਬ ਹੁਣ ਐਨਕਾਂ ਲਾ ਲਈਏ, ਲਾ ਹੀ ਲੈਨੇ ਆ। ਅੱਛਾ ਹੁਣ ਸੁਣ, ਜਦ ਸਾਡਾ ਵਿਆਹ ਹੋਵੇਗਾ ਤੂੰ ਮੈਨੂੰ ਖਵਾਏਗਾ ਕਿਵੇਂ? ਹੱਥਾਂ ਨਾਲ। ਉਹ ਤਾਂ ਮੈਨੂੰ ਵੀ ਪਤਾ ਹੈ, ਸਾਰੇ ਹੱਥਾਂ ਨਾਲ ਹੀ ਖਵਾਉਂਦੇ ਆ। ਚਲ ਠੀਕ ਹੈ, ਫਿਰ ਮੈਂ ਤੈਨੂੰ ਪੈਰਾਂ ਨਾਲ ਖਵਾ ਦਾਂਗਾ। ਨਹੀਂ, ਮੇਰਾ ਮਤਲਬ ਰੋਟੀ ਆਏਗੀ ਕਿੱਥੋਂ? ਉਹ ਤਵੇ ਤੋਂ। ਹੁਣ ਤੂੰ ਪੁੱਛੇਂਗੀ ਤਵੇ ਤੋਂ ਰੋਟੀ ਕਿੱਥੋਂ ਆਏਗੀ? ਵੇਖ, ਤੂੰ ਆਟਾ ਗੁੰਨੇਗੀ, ਆਟਾ ਗੁੰਦੇ ਹੋਏ ਤੇਰੀਆਂ ਚੂੜੀਆਂ ਛਨ ਛਨ ਕਰਨਗੀਆਂ, ਫਿਰ ਤੂੰ ਆਪਣੇ ਗੋਰੇ ਗੋਰੇ ਹੱਥਾਂ ਨਾਲ ਇੱਕ ਪੇੜਾ ਬਣਾਏਗੀ, ਉਸਨੂੰ ਵੇਲੇਂਗੀ, ਉਸਨੂੰ ਤਵੇ ਤੇ ਪਾਏਂਗੀ, ਤੇ ਫਿਰ ਹੌਲੀ ਹੌਲੀ ਫੁਲਕਾ ਫੁੱਲੂਗਾ, ਤੂੰ ਉਹਨੂੰ ਥਾਲੀ 'ਚ ਸਜਾਏਂਗੀ, ਤੇ ਫਿਰ ਮੈਂ ਤੈਨੂੰ ਆਪਣੇ ਹੱਥਾਂ ਨਾਲ ਖਵਾਵਾਂਗਾ। ਅੱਛਾ ਗੱਲ ਸੁਣ, ਤੂੰ ਰੋਟੀ ਕਮਾਏਗਾ ਕਿਵੇਂ? ਮਤਲਬ ਕਰਨ ਕੋਈ ਕੰਮ ਕਾਜ ਤਾਂ ਕਰਨਾ ਹੀ ਪਏਗਾ ਨਾ? ਕੋਈ ਨੌਕਰੀ ਕਰ ਲਵਾਂਗੇ ਜਾਂ ਫਿਰ ਖੇਤੀ। ਨੌਕਰੀ ਲਈ ਪੜ੍ਹਾਈ ਜ਼ਰੂਰੀ ਹੈ ਤੇ ਖੇਤੀ ਲਈ ਜ਼ਮੀਨ। ਉਹ ਪੜ੍ਹਾਈ ਦਾ ਸਰਟੀਫਿਕੇਟ ਤਾਂ ਮੈਂ ਐਵੇਂ ਬਣਵਾ ਲੈਣਾ, ਤੇ ਰਹੀ ਗੱਲ ਖੇਤੀ ਦੀ, ਖੇਤੀ ਆਪਾਂ ਗਮਲਿਆਂ 'ਚ ਕਰ ਲਵਾਂਗੇ। ਗਮਲਿਆਂ 'ਚ ਕਣਕ ਬੀਜਾਂਗੇ, ਮੱਕੀ ਬੀਜਾਂਗੇ, ਭੋਰਾ ਮੂਲੀਆਂ ਵੀ ਉਗਾ ਲਾਂਗੇ, ਨਾਲੇ ਗਮਲਿਆਂ ਨੂੰ ਆਪਾਂ ਛੱਤੇ ਰੱਖ ਲਾਂਗੇ। ਵਾਹ ਵਾਹ ਵਾਹ, ਤੇ ਤੂੰ ਗਮਲਿਆਂ 'ਚ ਖੇਤੀ ਕਰੇਗਾ ਤੇ ਮੈਂ ਪੱਤਾ ਲੈ ਕੇ ਤੇਰੇ ਕੋਲ ਆਵਾਂਗੀ, ਹੈ ਨਾ? ਓਏ ਹਾਏ, ਜੱਟੀ 15 ਗਮਲਿਆਂ ਵਾਲੀ, ਪੱਤਾ ਲੈ ਕੇ ਛੱਤ ਤੇ ਚੱਲੀ। ਦਫਾਓ, ਜੇ ਮੇਰੇ ਨਾਲ ਵਿਆਹ ਕਰਨਾ ਨਾ ਤਾਂ ਕੋਈ ਚੱਜ ਦੀ ਨੌਕਰੀ ਕਰਨੀ ਪਏਗੀ, ਵਰਨਾ ਮੇਰੇ ਪਾਪਾ ਨੇ ਮੇਰਾ ਵਿਆਹ ਕਿਤੇ ਹੋਰ ਕਰ ਦੇਣਾ। ਚੱਲ ਠੀਕ ਹੈ, ਮੈਂ ਆਪਣੇ ਬਾਪੂ ਨਾਲ ਗੱਲ ਕਰਦਾ, ਉਹ ਮੈਨੂੰ ਕੋਈ ਚੱਜ ਦੀ ਨੌਕਰੀ ਲੱਭ ਕੇ ਦੇ ਦੇਣਗੇ। ਦੇਖੋ ਬਈ, ਸਾਡੇ ਰਿਕਾਰਡ 'ਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਤੁਸੀਂ ਗਲਾਸ ਵੀ ਬਣਾਉਂਦੇ। ਵੈਸੇ ਕੰਮ ਤਾਂ ਤੁਹਾਡਾ ਇਲੀਗਲ ਹੈ, ਹੁਣ ਦੱਸੋ ਸਾਨੂੰ ਕੀ ਸੁਪਨੇ ਆਉਂਦੇ ਨੇ ਕਿ ਤੁਸੀਂ ਗਲਾਸ ਵੀ ਬਣਾਉਂਦੇ ਹੋ? ਉਹ ਐਕਸੀਅਨ ਸਾਹਿਬ, ਜਿਹੜੇ ਗਲਾਸ 'ਚ ਤੁਸੀਂ ਪਾਣੀ ਪੀ ਰਹੇ ਹੋ ਨਾ, ਇਹ ਵੀ ਸਾਡੀ ਫੈਕਟਰੀ ਦਾ ਹੀ ਬਣਿਆ ਹੋਇਆ। ਉਹ ਮੁੰਡਿਆ, ਆ ਇਲੀਗਲ ਗਲਾਸ ਕਿੱਥੋਂ ਆਏ ਨੇ ਓਏ? ਸੱਟ ਇਹਨਾਂ ਨੂੰ ਬਾਹਰ। ਜਿਹੜੇ ਦੋ ਦਰਜਨ ਤੁਹਾਡੇ ਘਰ ਭਜਵਾਏ ਨੇ ਜੀ, ਉਹ ਵੀ ਸੱਟ ਦਾ ਬਾਹਰ। ਸ਼ਟ ਅਪ। ਸਰ ਜੀ, ਸਾਡਾ ਫੈਸਲਾ ਤਾਂ ਹੋ ਲੈਣ ਦਿਓ, ਕਿਉਂ ਗਲਾਸ ਚੁੱਕ ਚੁੱਕ ਕੇ ਬਾਹਰ ਸੁਟਾ ਰਹੇ ਹੋ? ਊਂ ਤੁਹਾਨੂੰ ਚੇਅਰਮੈਨ ਸਾਹਿਬ ਨੇ ਵੀ ਫੋਨ ਕੀਤਾ ਹੋਣਾ। ਹਾਂ ਆਇਆ ਸੀ ਫੋਨ, ਚੇਅਰਮੈਨ ਸਾਹਿਬ ਨੇ ਕਿਹਾ ਸੀ ਕਿ ਨਜਾਇਜ਼ ਨਹੀਂ ਹੋਣੀ ਚਾਹੀਦੀ, ਪਰ ਉਹਨਾਂ ਨੇ ਇਹ ਕਲੀਅਰ ਨਹੀਂ ਕਰਿਆ ਕਿ ਨਜਾਇਜ਼ ਤੁਹਾਡੇ ਨਾਲ ਨਹੀਂ ਹੋਣੀ ਚਾਹੀਦੀ ਜਾਂ ਸਾਡੇ ਨਾਲ। ਸਰ ਇਹ ਤਾਂ ਕੋਈ ਗੱਲ ਨਾ ਬਣੀ, ਤੁਸੀਂ 2 ਲੱਖ ਫਾਈਨ ਜਮ੍ਹਾਂ ਕਰਾਓ, ਗੱਲ ਤਾਂ ਆਪ ਹੀ ਬਣ ਜੂਗੀ, ਬਿਜਲੀ ਵੀ ਚਾਲੂ ਕਰ ਦਾਂਗੇ, ਬਾਕੀ ਇਨਕੁਆਇਰੀ 'ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂ, ਗਲਾਸ ਦਾ ਗਲਾਸ ਅਤੇ ਥਾਲੀ ਦੀ ਥਾਲੀ ਹੋ ਜੂ। ਮਤਲਬ ਸਾਨੂੰ ਭਾਂਡੇ 'ਚ ਵਾੜ ਕੇ ਹੀ ਛੱਡੋਗੇ, ਕੰਮ ਨਹੀਂ ਕਰੋਗੇ? ਆਪਦੇ ਕੰਮ ਕਰਕੇ ਮੈਂ ਇੱਥੇ ਟਿਕਿਆ ਹੋਇਆ, 3 ਸਰਕਾਰਾਂ ਬਦਲ ਗਈਆਂ, ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੈਗੀ ਜੋ ਮੈਨੂੰ ਹਿਲਾ ਸਕੇ, ਬਾਕੀ ਜਾਓ ਤੁਸੀਂ ਆਪਦਾ ਕੰਮ ਕਰੋ। ਅੱਛਾ ਚੱਲ ਫਿਰ ਚੱਲੀਏ, ਕੋਈ ਤਰੀਕਾ ਲੱਭੀਏ। ਆ ਐਕਸੀਅਨ ਸਾਹਿਬ ਨੂੰ ਹਿਲਾਉਣ ਦਾ? ਨਹੀਂ, ਆਪਣਾ ਕੰਮ ਕਰਾਉਣ ਦਾ, ਇਹਨਾਂ ਨੂੰ ਕੌਣ ਹਿਲਾ ਸਕਦਾ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਠੀਕ ਹੈ। ਪਾਵਰ ਮੰਤਰੀ ਜੀ ਕੋਲ ਟਾਈਮ ਹੈ ਨੀ, 1 ਮਿੰਟ ਹੈ ਤੁਹਾਡੇ ਕੋਲ ਗੱਲ ਕਰਨ ਵਾਸਤੇ। ਹੋਰ ਕਿੰਨੇ ਬੰਦੇ ਨੇ? ਫੜ ਆਇਆ ਪਿਆ ਜੀ ਬਾਹਰ ਤਾਂ ਬੰਦਿਆਂ ਦਾ, ਇਲੈਕਸ਼ਨਾਂ ਦੇ ਦਿਨ ਨੇ, ਨਾ ਚਾਹ ਕੇ ਵੀ ਤੁਹਾਨੂੰ ਸਾਰਿਆਂ ਨੂੰ ਮਿਲਣਾ ਪੈਣਾ। ਹਾਂ ਇਹ ਠੀਕ ਹੈ, ਬਿਜਲੀ ਮਾਫੀ ਵਾਲਾ ਕੋਲ ਹੈ ਜੀ। ਹਾਂ ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਜੀ ਸਤਿ ਸ੍ਰੀ ਅਕਾਲ। ਕੁਰਸੀਆਂ ਟਿਕੀਆਂ ਰਹਿਣ, ਰੋਟੀ ਠੱਪੇ ਰਹਿਣ, ਗੱਪੇ ਲੱਗੇ ਰਹਿਣ, ਕਪੜੇ ਟੱਕੇ ਰਹਿਣ। ਬਸ ਆ ਵੀ ਮਰਾ ਸੀ, ਉਹ ਜਲਦੀ ਜਲਦੀ ਦੱਸੋ ਕਿਵੇਂ ਆਉਣਾ ਹੋਇਆ। ਉਹ ਪਹਿਲਾਂ ਕੋਈ ਚਾਹ ਪਾਣੀ ਤਾਂ ਪੁੱਛ ਲਾ, ਉਹ ਤੂੰ ਤਾਂ ਐ ਗੱਲ ਕਰਨ ਡਿਆ ਜਿਵੇਂ ਕਿਤੇ ਚਰੀ 'ਚ ਡੰਗਰ ਵੜ ਆਇਆ ਹੁਣ। ਜ਼ਖਮ ਦੇਣ ਨੂੰ ਪਾਲਾ ਤੇ ਮੱਲਮ ਲਾਉਣ ਨੂੰ ਬਾਲਾ, ਰੱਬ ਝੂਠੀ ਬੁਲਾਵੇ, ਅਸੀਂ ਕੋਈ ਮਰਾਸੀ ਮਰੂਸੀ ਨਹੀਂ, ਤੇਰੀਆਂ ਚੱਲਦੀਆਂ ਫਿਰਦੀਆਂ ਵੋਟਾਂ ਵਜ਼ੀਰਾ। ਉਹ ਜਾ ਬਈ ਵਰਿਆਮ, ਚਾਹ ਮੰਗਵਾ ਨਾ ਲਈ। ਚਾਹ ਮਿੱਠੀ ਪੀਓਗੇ ਫਿੱਕੀ? ਉਹ ਬਈ ਮਿੱਠੀ ਪੀਆਂਗੇ, ਉਹ ਸਾਨੂੰ ਕੋਈ ਸ਼ੂਗਰ ਹੋਈ ਹੈ ਜਾਂ ਸਾਡੇ ਤੇ ਕੋਈ ਕੀੜੀਆਂ ਚੜਦੀਆਂ ਵੇਖ ਲਈਆਂ। ਉਹ ਪੱਤੀ ਠੋਕ ਕੇ ਕਿ ਪੱਤੀ ਰੋਕ ਕੇ? ਉਹ ਪੱਤੀ ਬਰਾਬਰ ਦੀ ਪੀਆਂਗੇ, ਉਹ ਠੋਕ ਕੇ ਪੀਣ ਨੂੰ ਹਾਂ ਕੋਈ ਟਰੱਕ ਚਲਾਉਣਾ।
यार तुसी किदां दी चाह पियोगे? रब दा वास्ता जड़ी मर्जी ले आवी पर तवीता वाली चाह ना लेके। तवीता वाली चाह? आ जड़ी तवीता वर्गी पुड़ी दे लक नाल नाला जा बन के तत्ते पानी दे विच डप डप करके गोते लवाने हो ना सौ गुरु दी पक बक्की जी उके ही चंगी नहीं लगदी। ओ गल मका, ओ दुद्ध विच पत्ती पा, विच कड़जी कड़जी खंड पा, नाल अद्धा किलो जलेबियां मंगा, बाद च बंदे दे मुंह भी मीठा करना हुंदा। ओ जा भी उनके पूरी बेइज्जती करवा के जाएगा। बस रह गई है कोई? हां चलो भी चाह ते आ जाएगी, जल्दी जल्दी कम दसो। काम ता जजमाना बड़ा ही छोटा है। ओ तैनू कर दियो शर्म आएगी, तेरी आत्मा तेनू कोसेगी के कोई काम सी करना। ओ इदां दे काम ते जनता दे आपे ही हो जाने चाहिदे ने। ओए काम तो दसो। ओ जी रकी दसिए, एडा छोटा काम है सानू ते दस दे शर्म आंदी है। अच्छा ठीक है भाई, जदों शर्म ले जाएगी तद आ जाना। ले गई ए साडा काका क्रांति आ जी, बस इन नौकरी लवा दियो, थोड़ी अंग थोड़ा जिद्दी है, कहना लगना तो बस बिजली महकमे च लगना। किन्ना पढ़िया? बस दो चार जमातां कीतियां होणियां सी, गिणियां नहीं। नाले गिणदे ते तां जी असीं घरे बहिंदे होईए, कम्मां कारां च इन्ना मसरूफ रहीदा, सौंगरां दी आ गिणन दा टाइम ही नहीं लग्गिया। मुड़ा ओए तुहानूं शर्म नहीं आउंदी, चौथी फिल बच्चे नूं नौकरी दवा रहे हो? जजमाना मैं ते पहले ही कहा सी काम ही इन्ना छोटा कि तैनूं करदियां नूं वी शर्म आऊगी। बैठो काका। ना ना मैं तो गल ही नहीं समझ आ रही, जो लैक्चर सी उदो तो बड़ा संघ पड़ रहा सीगा कि जे जित गए तो नौकरियां ही नौकरियां। उपर चौथी फिल बच्चे नूं मैं नौकरी कित्थे दवावां? ले जजमाना जे तू तीजी फिल मंत्री लग सकदा ते ए चौथी फिल लाइनमैन नहीं लग सकदा। अच्छा अच्छा, अजे मैं कुछ नहीं कर सकदा, 6 महीने बाद मिलो फिर देखांगे की कर सकदा मैं। आ गियो तुहाडे आसे दूध जलेबियां। ओ अही कोई जलेबियां दे भुखे नहीं, चलो काका चलिए मेरी अलग चक ले। चलो जलेबियां ने थोड़े सानू ना कीती है, खान पीन ते कादा गुस्सा, जलेबियां दे खा चलिए। ए भी गल ठीक है, गल काके दी ठीक है। चक भाई अपनी लाओ जी, लाओ नौकरी ते मिली दी भैया। बोलो सरपंच साहब, प्लीज तुसी लब्बो कोई सिफारिश, बिजली आले ने ते मेनू भांडे च बाड़िया होया, कोई हाथ पल्ला ही नहीं फड़ा रहे। सुरजीत सिंह जी, किते जान दी लोड़ नहीं, कोई चक्कर नहीं, साडे पिंड दे पाला ते बाला मरासी ने ना बड़ी चलदी है उहनां दी, उहनां नूं नाल लै जाओ, मिंटो मिंटी तुहाडा काम होऊ, मिंटो मिंटी। मरासी ओ मजाक तुसी कर रहे हो? ओ मजाक नहीं कर रहा महाराज, तुहानूं उहनां दा पता नहीं, मेरा अपना ट्यूबवैल दा कनैक्शन 3 महीने तों लटक रहा सी, माड़ा जिहा पाले बाले होरां कहा जेई ने कोल खलो के कनेक्शन चालू कराया सी। की गल करते हो तुसी? हां जी मैनू मेरे कटे दी सौ, ए मेरे अखी वेखण दी गल जे, जे नहीं दवार दे पिछे खड़ा जे मंत्री दा चपड़ासी, एनू पुछ लो। आहो जी साडे मंत्री साहब तां किसे नूं चाह दा कप नहीं पुछदे, पर मरासी उत्थे दुध नाल जलेबियां खा रहे सी। चल फिर चलिए, आपां इस सिफारिश भी लवा के देख लईए। सत श्री अकाल जी। सत श्री अकाल। 10,000 थाली युगांडा भिजवा दो। सर लाइट तां है नहीं, आ थालियां किद्दां भेजणियां? सर मैनू लगता कनैक्शन कटे जान दा सारा बोझ तुहाडे दिल ते पै रहा है, आ तुसी इंज करो आ दवाई खा लो। कुछ नहीं होया मेरे दिल नूं यार, कुछ नहीं होया। सस्सी कर सुनिया तुसी थालियां बनांदे हो? तुसी केड़े महकमे तो? एक्साइज, इनकम टैक्स या पोल्यूशन डिपार्टमेंट तो? मैं असी तां ग्राहक, मैं तो मैडम ही बड़े वखरे टैप टूप दिया, मैनू तो शॉपिंग दा शौक ही बड़ा है। शुक्र है कोई गाहक आया है, नहीं तो इस फैक्ट्री च गाहक कट छापे मारन वाले ज्यादा आंदे है। मैं तो बड़े ही दिन तू थालियां लभन नहीं सी, ए तो मैं इनू इत्थे लेके आई, वेखा जे तू चंगियां ते सस्तियां थालियां लैनियां ते जीता इंटरनेशनल तो लै। किन्नियां कि थालियां चाहिदियां थानू, 1,000 के 2,000 पीस? जे 1,000 पीस चाहिदा है ना ता 80 रुपए थाली लगेगी, जे 2,000 पीस लोगे ता 75 ला लांगे। जे 10,000 लेनियां होण ते फिर थानू ठहरना पेगा। ले कोई हिल स्टेशन है जेड़ा असी इत्थे ठहर जाइए? ओ जी इना दा मतलब है वेट करनी पवेगी, आ बिजली महकमे ने साडी बिजली कट्टी होई है, अब प्रोडक्शन हो नहीं रही। अजकल च सानू दोबारा बिजली मिल जानी है, 10,000 थाली थानू 65 रुपए दे हिसाब नाल ला दांगे। तू सीधी गल कर सरदारा, किन्नियां थालियां लवां कि मैनूं सारियां थालियां मुफ्त पै जाण? तुसी तां मजाक कर रहे हो। इन्हां दा तां काम ही है मजाक करना, ए तां मशहूर मरासी पाले दी वैफ है ते बाले दी भाभी है। भाभी जी हुक्म करो, किन्नियां थालियां चाहिदियां थानूं? करो ते मैं इक थाली लैण आई सी, पर सरदारा तू जोर पांदा ते दो लै लैंदी आ। 4 वधिया क्वालिटी दीआं थालियां पैक करवा दे। लो जी गल सुन, 8 करवा दे, 8 ठीक है, आए गए वास्ते भी चाहिदी हुंदी है।
रेट अपने ही कर जानी है, रेट दा की मतलब है? ऐ परजाई जी, तुसी पाला साहब नु कह के साडा बिजली दा माड़ा चा कम करवा दो। तू आना है ते मैं कह देंदी हां, पर मेनू नहीं लगदा पाले दी कोई सुनदा है। परजाई जी, थानू अपने घर वाले दी कीमत ही नहीं पता। हेलो जी, आठ थालियां। और कोई सेवा दसो। वे सरदार, इना ते ना नहीं लिखाया जा सकदा, ना लिखान नाल थालियां गवाचदियां नहीं है। क्यों नहीं जी, दसो ता सही की लिखवाना है। इना ते लिखवा देना मरासी पाले ते बाले दिया अपनिया थालिया। अपनिया मतलब? अपनिया मतलब किसे होर तो नहीं मंगिया, अपनिया है। तुसी कर दी हरेक चीज ते अपना नाम लिखाया होया? आहो के, पाले ने ता मेरी बाह ते भी लिखवाया, पाले दी अपनी जनानी। लखवांदे इस गड्डी दी सब तो वधिया खासियत ए है कि इती ड्राइव इन्नी स्मूथ है कि तुसी 10 मिनट पहला घर पहुंचोगे ते अपनी वाइफ दी झड़कां तो बच जोगे। एक्सक्यूज मी, इना नु प्लीज टेस्ट ड्राइव ते लेके जाओ। आओ सर। बिजली बिजली काटो। हां ले मुंह मीठा कर। होया की है? तेरे मुंडे तो पीछा छुट गया जो तेरे पीछे पिया सी। पीछा नहीं छुटया, ओदे नाल मेरी गल पक्की होगी। गल पक्की होगी? बताइया। वैसे बिजली, हाँ? तेरे मजनू दा की बनया? ओ यार, मैं बहुत टेंशन च हां यार, कोई कम काज नहीं करता ते एह जे वेलर दे नाल मेरे पापा ने मेरा ब्याह ही नहीं करना। यार बिजली, हाँ? मैं तेने एक स्कीम दसा। दस। तू ना ओदा दिल तोड़ दे। दिल तोड़ दा? देख, तू ना एवें कर, किसे होर मुंडे नाल प्यार दा झूठा नाटक कर जेड़ा नौकरी लग्या होवे, क्योंकि ये सब देख के या तो तेरा मजनू पूरे ही मजनू हो जो, या फिर कोई नौकरी या बिजनेस करन लग जो। काटो, वो मैनू बहुत प्यार करता है, मैनू किसी होर नाल वेख के या तो वो आप खुदकुशी कर लेगा या फिर ओनू मार देगा। ओहो यार, तेनी टेंशन क्यों ले रही है, इत्थे तक तो असीं नौबत ही नहीं आन देनी। देख पुत्र करंट, जख्म देण नू पाला ते मलम लाउण नू बाला, रब झूठ ही बुलावे सुख नाल पुत्रा, हुण तू हो गया जवान ते हुण तू अपने धंधे दे दा पे सिख लै। एक हाथ नाल चमोटा पकड़ के दूसरे हाथ ते इंज मारी दा। ओए नु करके विखा दिन्ने आ। लै हुणे विखा दिन्ने आ। नाल सिखेगा ते अपने खानदानी काम लगेगा। बिल्कुल बिल्कुल बिल्कुल। हां भाई पाले। हां भी पाले। जद मेरे ते जवानी आई। जवानी आई। मेरे सौरा साहब मैनु वेखण आए। सौरा साहब वेखण आए। मैनु आके पुछदे ने काका जी तुहानू देज विच की चाहिदा है? की चाहिदा? मैं कहा जी मैनु नक्को नक भरिया, इक डोडियां दा कोठा दे छड्डो। डोडियां दा कोठा दे छड्डो? सौरा साहब आंदे जे नक्को नक भरिया डोडियां दा कोठा दे, तां तू बैठेगा किथे? बैठेगा किथे? मैं कहा जी ओदी तुसी चिंता ना करो, बैठण जोगी थां ते मैं आथ नु कर लेणी। बस ओए, जद मेरे सौरा साहब मैनु वेखण आए। सौरा साहब तैनु वेखण आए। ओ कहंदे मुंडा सानू ना लंबा चाहिदा ना मधरा चाहिदा। लंबा चाहिदा है ना मधरा चाहिदा? हां, बैठकां लानी शुरू करती है। बैठकां लाउणी शुरू करती है? बैठकां लानी शुरू करती है। पर ओ क्यों? ओ मैं कह जेड़ा साइज चाहिदा ओ ले लो। ओ बस कर, ओए बस कर, ओए भाई असा हुण अपने करंट दा ब्याह करना। देख भी करंट पुत्र, तेरे ब्याह विच कुड़ी वाले कोलों दाज विच असी मंगणा है एसी। ना घर च बिजली है नी, एसी पाथिया ना चलना। ओए दुर फिटे मुंह, ओए दुर फिटे मुंह, एनू आंदी है जुगत करना। हुण तेरी वारी है, फड़ चमोटा ते कर प्रैक्टिस। पापू तू ना मेरी गल कन खोल के सुन ले, ते ताया तू भी अपने कन्ना चो मैल कर ला जरा। मैं एह पंडपोना करके पैसे नहीं कमाने। की गल, अंबानिया दे घरे जम्मिया जेड़ा जायदाद बटवारे दे विच तेन तेल दे खूह आउणे। मैं क्या ना, मैं पंडपोना नहीं करना ते नहीं करना बस। नरोटी बाबा टाल दवाई। हाँ, धन बाबा टाल धंधा पक्कियां पकाइयां कल। ए लो रोटियां, छको तगणी जाओ। पर जाई आज रोटी थालियां च। जदो टेट दे विच कतूरे नचे ना, आपे चौं चौं करदा अजकर, तू एदी रोटी भी मैनू पा छड्ड। किन्ने शर्म दी गल है, ਤੁਸੀਂ ਹਾਲੇ ਤੱਕ ਮਰਾਸੀਆ ਦੇ ਘਰੇ ਬਿਜਲੀ ਨਹੀਂ ਲਾ ਸਕਦੇ। ਜਨਾਬ ਬੜੇ ਰੀਅਲ ਬੰਦੇ ਆ, ਕਿਸੇ ਦੀ ਗੱਲ ਨਹੀਂ ਸੁਣਦੇ, ਉਹ ਤੋਂ ਬੇਇੱਜ਼ਤੀ ਬੜੀ ਕਰਦੇ ਆ। ਉਹ ਕਈ ਵਾਰੀ ਕਿਸੇ ਕੰਮ 'ਚ ਬੇਇੱਜ਼ਤੀ ਕਰਾਉਣੀ ਪੈਂਦੀ ਹੈ। ਉਹ ਜਨਾਬ ਤੁਸੀਂ ਸਾਡੀ ਬੇਇੱਜ਼ਤੀ ਕਰੋ ਤਾਂ ਤੁਹਾਨੂੰ ਛਾਤੀ ਚੌੜੀ ਹੋ ਜਾਂਦੀ ਹੈ, ਪਰ ਐਰੇ ਕੰਜ਼ਿਊਮਰ ਤਾਂ ਥੋੜ੍ਹੀ ਬੇਇੱਜ਼ਤੀ ਕਰਾਉਣੀ ਹੈ। ਕਦੋਂ ਬਿਜਲੀ ਲੱਗੀ ਅਤੇ ਕਦੋਂ ਕੱਟੀ? ਸਰ ਸਾਨੂੰ ਤਾਂ ਰੱਬ ਨੇ ਹੱਥੀ ਬਿਜਲੀ ਕੱਟਣ ਵਾਸਤੇ ਦਿੱਤੇ ਆ, ਉਹ ਲਵਾਉਣ ਤਾਂ ਸਹੀ ਕਿ ਨਹੀਂ ਸਰ? ਉਹਨੇ ਵੀ ਨਹੀਂ, 49.2 ਦੀ ਫ੍ਰੀਕੁਐਂਸੀ ਚੱਲ ਰਹੀ ਹੈ। ਉਹ ਪਹਿਲਾਂ ਹੀ ਅਸੀਂ 7-8 ਰੁਪਏ ਯੂਨਿਟ ਬਿਜਲੀ ਖਰੀਦ ਰਹੇ ਹਾਂ, ਹੋਰ ਕੀ ਕਰੀਏ। ਨਾ, ਇੰਨੀ ਮਹਿੰਗੀ ਬਿਜਲੀ ਖਰੀਦਣ ਦੀ ਹੋਰ ਕੋਈ ਲੋੜ ਨਹੀਂ ਹੈ। ਇੱਕ ਕੰਮ ਕਰੋ, ਤੁਸੀਂ 2 ਘੰਟੇ ਪਾਵਰ ਕੱਟ ਹੋਰ ਵਧਾ ਦਿਓ।
ਚੰਗੀ ਕ੍ਰਾਈਸਿਸ ਆ ਗਈ ਬਈ। ਹਾਂ ਸਰ, ਉੱਪਰੋਂ 2% ਦੇ ਮਰਾਸੀ ਮਜ਼ਾਕ ਉਡਾਈ ਜਾਂਦੇ ਆ, ਹੈ ਗੱਲ ਫੈਲੀ ਜਾ ਰਹੀ ਹੈ ਬਈ। ਉਹ ਬਿਜਲੀ ਕੱਟਣ ਤੋਂ ਬਾਅਦ ਮਰਾਸੀ ਰੋਂਦੇ ਪਿੱਟਦੇ ਇੱਥੇ ਆਏ ਕਿ ਨਹੀਂ ਆਏ? ਸਰ ਹਾਲੇ ਤੱਕ ਇੱਥੇ ਤਾਂ ਨਹੀਂ ਆਏ। ਹੋ ਸਕਦਾ ਐਕਸ਼ਨ ਸਾਹਿਬ ਦੇ ਆਫਿਸ ਦੇ ਬਾਹਰ ਖੜੇ ਹੋਣ। ਐਕਸ਼ਨ ਨੂੰ ਫੋਨ ਲਾਓ। ਅੱਛਾ ਜੀ, ਉਹਨਾਂ ਨੂੰ ਕਹੋ ਕਿ ਜਦ ਤੱਕ ਚੇਅਰਮੈਨ ਸਾਹਿਬ ਨਾ ਕਹਿਣ, ਹਾਂਜੀ, ਤਦ ਤੱਕ ਉਹਨਾਂ ਦੀ ਬਿਜਲੀ ਬਹਾਲ ਨਾ ਕੀਤੀ ਜਾਵੇ। ਓਕੇ ਸਰ। ਚੇਅਰਮੈਨ ਸਾਹਿਬ ਦਾ ਫੋਨ। ਉਹ ਜਨਾਬ, ਚੇਅਰਮੈਨ ਸਾਹਿਬ ਦਾ ਫੋਨ ਹੀ ਹੈ, ਉਹ ਆਪ ਥੋੜੀ ਆਇਆ। ਬੈਠੋ ਬੈਠੋ ਬੈਠੋ। ਹੈਲੋ ਸਰ। ਹਾਂਜੀ, ਮੈਂ PA2 ਚੇਅਰਮੈਨ ਬੋਲ ਰਿਹਾ। ਹਾਂ, ਸਾਹਿਬ ਪੁੱਛ ਰਹੇ ਨੇ ਕਿ ਉਹ ਮਰਾਸੀ ਬਿਜਲੀ ਕੱਟਣ ਤੋਂ ਬਾਅਦ ਖੱਜਲ ਖਵਾਰ ਹੋ ਕੇ ਆਫਿਸ ਦੇ ਚੱਕਰ ਲਗਾ ਰਹੇ ਹੈ ਨਾ? ਉਹ ਹਾਲੇ ਤਾਂ ਅਸੀਂ ਉਹਨਾਂ ਦੇ ਚੱਕਰ ਲਾ ਰਹੇ ਹਾਂ ਜੀ। ਕੀ ਮੇਰਾ ਮਾਤਾ ਲਾ ਜੀ, ਮਰਾਸੀ ਬੜੇ ਪਰੇਸ਼ਾਨ ਨੇ ਜੀ, ਹਾਲੇ ਵੀ ਹੱਥ ਜੋੜ ਕੇ ਬਾਹਰ ਬੈਠੇ ਨੇ ਜੀ, ਮੈਂ ਉਹਨਾਂ ਨੂੰ ਮਿਲਣ ਦਾ ਟਾਈਮ ਹੀ ਨਹੀਂ ਦੇ ਰਿਹਾ। ਸਰ ਬੜੇ ਪਰੇਸ਼ਾਨ ਨੇ ਮਰਾਸੀ, ਚੱਕਰ ਲਾ ਰਹੇ ਨੇ ਚੱਕਰ। ਵੈਰੀ ਗੁੱਡ, ਵੈਰੀ ਗੁੱਡ। ਹਾਂ, ਵੈਰੀ ਗੁੱਡ, ਵੈਰੀ ਗੁੱਡ। ਹਾਂ, ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੇ ਚੰਗੀ ਤਰ੍ਹਾਂ ਚੱਕਰ ਲਗਵਾਓ ਤੇ ਅੱਡੀਆਂ ਰਗੜਵਾਓ। ਜਦ ਤੱਕ ਸਾਹਿਬ ਦੇ ਆਰਡਰ ਨਾ ਆ ਜਾਣ, ਉਹਨਾਂ ਦੀ ਬਿਜਲੀ ਬਹਾਲ ਨਹੀਂ ਕਰਨੀ। ਓਕੇ ਸਰ, ਓਕੇ। ਓਏ ਰੱਬ ਦੇ ਵਾਸਤੇ, ਮਰਾਸੀਆਂ ਦੇ ਘਰੇ ਬਿਜਲੀ ਲਾ ਕੇ ਉਸੇ ਵੇਲੇ ਕੱਟ ਦਿਓ, ਨਹੀਂ ਤਾਂ ਚੇਅਰਮੈਨ ਸਾਹਿਬ ਨੇ ਮੇਰੀ ਮੱਝੀ ਠੋਕ ਦੇਣੀ ਹੈ। ਸਰ, ਚੇਅਰਮੈਨ ਸਾਹਿਬ ਕਾਰਪੈਂਟਰ ਵੀ ਨੇ। ਸ਼ਟ ਅਪ। ਤੁਸੀਂ ਮੈਨੂੰ ਨਿਰਮਲ ਦਾ ਘਰ ਦੱਸ ਸਕਦੇ ਹੋ ਜੀ? ਜੀ, ਇਸ ਪਿੰਡ 'ਚ 4 ਨਿਰਮਲ ਰਹਿੰਦੇ ਨੇ, 2 ਨਿਰਮਲ ਸਿੰਘ, 1 ਨਿਰਮਲ ਕੁਮਾਰ ਤੇ 1 ਨਿਰਮਲ ਕੌਰ। ਤੁਸੀਂ ਕਿਹੜੇ ਨਿਰਮਲ ਦੀ ਗੱਲ ਕਰ ਰਹੇ ਹੋ? ਜੇ ਇਸ ਪਿੰਡ 'ਚ ਇੰਨੇ ਨਿਰਮਲ ਰਹਿੰਦੇ ਨੇ ਤੇ ਤੁਸੀਂ ਇਸ ਪਿੰਡ ਦਾ ਨਾਮ ਬੱਸੀ ਨਿਰਮਲਾ ਕਿਉਂ ਨਹੀਂ ਰੱਖ ਲੈਂਦੇ? ਬੱਸੀ ਪਠਾਣਾ ਰੱਖਿਆ ਹੋਇਆ। ਮੈਂ ਜੀ ਐਕਚੁਅਲੀ ਨਿਰਮਲ ਸਿੰਘ ਦਾ ਘਰ ਲੱਭ ਰਿਹਾ, ਜਿਨ੍ਹਾਂ ਦੀ 50 ਕਿੱਲੇ ਜ਼ਮੀਨ ਹੈ ਫਤਿਹਗੜ੍ਹ ਰੋਡ ਤੇ। ਇੱਕ ਤਾਂ ਫਤਿਹਗੜ੍ਹ ਨਹੀਂ, ਫਤਿਹਗੜ੍ਹ ਸਾਫ ਕਹੋ, ਤੇ ਦੂਜਾ ਨਿਰਮਲ ਸਿੰਘ ਨਹੀਂ, ਸਰਦਾਰ ਨਿਰਮਲ ਸਿੰਘ ਜੀ ਕਹੋ। ਦੇਖੋ ਜੀ, ਫਤਿਹਗੜ੍ਹ ਸਾਹਿਬ ਤਾਂ ਠੀਕ ਹੈ, ਬਟ ਮੈਂ ਨਿਰਮਲ ਦੇ ਕੇ ਸਰਦਾਰ ਤੇ ਬਾਅਦ ਚ ਜੀ ਕਿਉਂ ਲਾਵਾਂ? ਕਿਉਂਕਿ ਸਰਦਾਰ ਨਿਰਮਲ ਸਿੰਘ ਜੀ ਮੇਰੇ ਪਿਤਾ ਜੀ ਨੇ। ਓਹ, ਮੈਂ ਤਾਂ ਤੁਹਾਡਾ ਘਰ ਹੀ ਲੱਭ ਰਿਹਾ ਸੀ ਜੀ। ਆਓ ਫਿਰ ਪਿੱਛੇ ਪਿੱਛੇ। ਓਕੇ। ਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ? ਇੱਕ ਕੁੜੀ ਪੈਦਲ ਚੱਲ ਰਹੀ ਹੈ ਤੇ ਤੁਸੀਂ ਬੜੀ ਆਕੜ ਨਾਲ ਆਪਣੀ ਗੱਡੀ 'ਚ ਬੈਠੇ ਹੋ। ਤੁਸੀਂ ਤੇ ਕਿਹਾ ਸੀ ਜੀ ਪਿੱਛੇ ਪਿੱਛੇ ਆ ਜਾਓ। ਆਈ ਐਮ ਸੌਰੀ ਜੀ, ਆਓ ਪਲੀਜ਼ ਬੈਠੋ ਜੀ। ਉਦਾਂ ਦੱਸਣਾ ਤਾਂ ਨਹੀਂ ਚਾਹੀਦਾ, ਪਰ ਮੇਰਾ ਨਾਮ ਬਿਜਲੀ ਹੈ। ਬਿਜਲੀ ਕਿਵੇਂ ਵਟ ਦੀ? ਵਟਾ ਦਾਦਾ ਪਤਾ ਨਹੀਂ, ਪਰ ਕੋਈ ਹੱਥ ਲਾਵੇ ਤੇ ਵਟ ਕੱਢਾਂਗੇ ਉਹਦੇ। ਵੈਸੇ ਮੇਰਾ ਨਾਮ ਅਸ਼ਵਿੰਦਰਪਾਲ ਰਿਤੂਰਾਜ ਸਿੰਘ ਹੈ। ਕਲਿਆਂ ਦਾ ਨਾਮ ਹੈ ਕਿ ਸਾਰੀ ਫੈਮਿਲੀ ਦਾ? ਵੈਸੇ ਮੈਨੂੰ ਲੋਕੀ ਪਿਆਰ ਨਾਲ ਆਸ਼ੂ ਵੀ ਕਹਿੰਦੇ ਨੇ, ਤੁਸੀਂ ਮੈਨੂੰ ਪਿਆਰ ਨਾਲ ਆਸ਼ੂ ਵੀ ਕਹਿ ਸਕਦੇ ਹੋ। ਮੈਨੂੰ ਕਿਹੜਾ ਪਿਆਰ ਹੈ ਤੁਹਾਡੇ ਨਾਲ? ਚਲੋ ਬਿਨਾਂ ਪਿਆਰ ਨਾਲ ਕਹਿ ਲੈਣਾ ਜੀ। ਗੱਡੀ ਰੋਕੋ। ਸੌਰੀ ਜੀ, ਕੀ ਗੱਲ, ਤੁਹਾਨੂੰ ਗੁੱਸਾ ਆ ਗਿਆ? ਗੁੱਸਾ ਨਹੀਂ ਆ ਗਿਆ ਜੀ, ਮੇਰਾ ਘਰ ਆ ਗਿਆ। ਉਹ ਇਹ ਨਿਰਮਲ ਸਿੰਘ ਜੀ ਦਾ ਘਰ ਜਿਨ੍ਹਾਂ ਦੀ 50 ਕਿੱਲੇ ਜ਼ਮੀਨ ਹੈ ਜੀ? ਹੁਣ ਤੁਸੀਂ ਵੇਖ ਲਿਆ? ਹਾਂਜੀ, ਹੁਣ ਤੁਸੀਂ ਚੱਲੋ। ਬਿਜਲੀ ਮੈਂ, ਬਟ ਮੈਂ ਤਾਂ ਇਹਨਾਂ ਨੂੰ ਮਿਲਣਾ ਸੀ ਜੀ। ਉਹ ਤਾਂ ਚੰਡੀਗੜ੍ਹ ਗਏ ਨੇ, 2 ਦਿਨ ਬਾਅਦ ਮਿਲਣਗੇ। ਇਹ ਗੱਲ ਤੁਸੀਂ ਮੈਨੂੰ ਪਹਿਲੇ ਦੱਸ ਦਿੰਦੇ ਉੱਥੇ? ਤੁਸੀਂ ਤਾਂ ਕਿਹਾ ਤੁਹਾਨੂੰ ਸਰਦਾਰ ਨਿਰਮਲ ਜੀ ਦਾ ਘਰ ਵੇਖਣਾ ਤੇ ਮੈਂ ਵਿਖਾਤਾ। ਹੋਰ ਫਿਰ ਆਪਣੇ ਕਰੰਟ ਨੂੰ ਝਟਕਾ ਦੇਣ ਦੀ ਕੋਈ ਸਕੀਮ ਸਕੂਮ ਸੋਚੀ ਕਿ ਨਹੀਂ? ਯਾਰ, ਇੱਕ ਮੁੰਡਾ ਹੈ ਤਾਂ ਹੈ ਮੇਰੀ ਨਜ਼ਰ ਵਿੱਚ, ਜਿਹੜੀ ਕਿ ਅੱਜ ਕੌਣ? ਤੂੰ ਨਹੀਂ ਜਾਣਦੀ। ਤੂੰ ਕੀ, ਮੈਂ ਵੀ ਨਹੀਂ ਜਾਣਦੀ। ਪਾਪਾ ਨੂੰ ਮਿਲਣ ਆਏ ਸੀ, ਸ਼ਾਇਦ ਅੱਜ ਫੇਰ ਆਏ। ਪਰ ਬਿਜਲੀ, ਤੇਰੇ ਪਾਪਾ ਨਾਲ ਕੀ ਕੰਮ ਹੈ ਉਹਨੂੰ? ਯਾਰ, ਪਾਪਾ ਦੇ ਕੰਮ ਦਾ ਤਾਂ ਪਤਾ ਨਹੀਂ,
पर मेरे काम आ सकता है। पढ़िया लिखिया नौकरी लग गया ते कार दी थल्ले है। झूठ मूठ दे यार लाके दे दे करन नु झटका। देखी मुकाबले जांदे बंदा बनजू। पाला जी पाला जी आ फॉर्म तुहाडा सी भर दित्ता तुसी बस साइन करने है। सिक्योरिटी तुहाडी सी अपने आप जमा करा देंगे। ओ तू ही फेर आवड़े असा ता सुनया सी के बीमी वाले सब तो टीठ हुंदे आ पर सौं गुरां दी तू ही ता उना दे भी पेर निकले। ओ तू ही बंदे हो या छनिछर हर हफ्ते बूथा चक के आ जांदे जे। ते सर होर बूथा घर थोड़ी रख के आना जी। ओए जे बूथे नु ते जोड़ा घर वाले भी जवाब दे छड़दे के अही नहीं रख सकदे। जोड़े गुस्सा करदे आ तोडे मोरे हाथ जोड़दे आ। प्लीज प्लीज बिजली लवा लो। ओ बत्ती लवा के असी शदाइयां जेड़ा हाथ पा लिए बत्ती दी। ओए हुण ते अही लोकां दा मजाक उड़ांदे आ। ओ मुड़ के रोज कट लगया करना लोकां ने साडा मजाक उड़ाना। सर साडी इज्जत हुण ताडे पैरां जे जा इहनू चुके इत्थे ला दिओ ते जा इहनू ठुड्डा मार दिओ। ओ वैरिया ओ ठुड्डा मारता ही ओ इदा नहीं मन्ना बालिया इन्हें ओ कढ़ अपने हथियार। शाह हटो सानू साडा हथियार चुकण दे। ओ सानू प्रोग्राम तो लेट कराई जान दे। मसा मसा काकू जम्मी हो जी काकू करके सानू लेट करा छे। ले उस किसे था ओ सानू भी ना ला रे। ओए असि उत्ते बाहर बैठे रहवांगे। ओ दफ्तर दी मूंह दिखान जोगे नहीं रहे। ओ बड़ो उठ बच्चा चल चलिए सर चल पाले ओए अपना के गड्डी दा सजी इक सच इक साडा भी लागो सिलेक्शन। मैं तेनू कहा सी ना इन्हां दी बहुत वड्डी सिफारिश है। सर मैनू तां लगदा मंत्री साहब ने आप क्या इन्हां नू कनेक्शन लाउण वास्ते। मैं तां कहंदा इन्हां दे जाके पैर फड़ लिए नहीं तां बढ़ जांगे भांडे। चलो चलिए सर चलो चल चल बाकी कम किए तुहानू पापा नाल। मैं जी एरिया मैनेजर हाँ एक मल्टीनेशनल कंपनी का जिसका नाँ है ग्रीन एंड ग्रीन्स लिमिटेड। असी किसानों को जमीन लंबे समय लिए किराए पर लेंदे हाँ मतलब लीज पर लेंदे हाँ तो असी वधिया किराए भी देंदे हाँ। जिहड़ियां सब्जियां तुसी बीजोगे वो असी खरीदांगे भी। ते इन्नी सारी सब्जियां दा तुसी लंगर लाउणे। लंगर नहीं लाउणा जी साडे अपने वैजिटेबल स्टोर ने असी लोगों नूं वधिया सब्जी देंदे हाँ। तुसी सारी गल्लां हुण बाहर ही पुछोगे अंदर भी बुलाओगे। मैं भूल ही गई आओ। ओ, ओ, कमाल है बिजली जी ताड़िया नाल बिजली भी आ गई। क्यों भी पाले। हाँ वीर पाले। ओ लोकां दे घर दही नहीं जांदा इन्हां दे घर काका जम पिया होए। ओए तोर फिटे मुंह है जख्म दे नु पाला ते मल मलाण नु बाला। रब झूठी बुलावे काके ते जम्मण दियां आंडियां गवांडियां नु लख लख वधाइयां हो। ओ दूर शाबाश। ओ वधाइयां मुंडे दे प्यो नु देंदियां तू आंडियां गवांडियां नु दई जान दिया। ओ सुख नाल वड्डा हो के काके ने कम भी ते गवांडियां दे आउणा है ना। गवांडियां दे ओ किवें। ओ जदों बिजली जाया करनी है उन आवाज मारिया करनी है बिजली चली कि जरा काके नु भेजना। जरा काके नु भेजना। ओ जरा काके नु भेजना। ना काका जी सरदारा लोकी बिल्ली का बलूंगड़ा जमन ते 500 दे दिंदे तू ते 100 दे के टरकाई जाने। ₹21 पा के 3 रोटियां पाड़ गया। सरदार 300 दी जोगता सुना छड़िया 1000 देंदे तू हुज ता करन दे। मैं क्या जी की करी जांदे हो
ਦਿਓ ਇਹਨਾਂ ਨੂੰ 1000 ਰੁਪਿਆ ਐਵੇਂ ਹੀ ਮੇਰੇ ਭਰਾ ਦੀ ਬੇਇੱਜ਼ਤੀ ਕਰਵਾਈ ਜਾਂਦੇ ਹੋ ਚਲੋ ਕਿਹੜਾ ਪਹਿਲੀ ਵਾਰੀ ਹੋਈ ਹੈ ਲੋ ਫੜੋ ਜੀ 1000 ਰੁਪਿਆ ਛੱਡੋ ਖੇੜਾ ਵਾਹ ਜੀ ਵਾਹ ਵੇਲ ਜੀ ਵੇਲ 1000 ਰੁਪਏ ਦੇ ਮੁੰਡੇ ਦੇ ਸੱਕੇ ਪਿਓ ਦੀ ਵੇਲ ਵੇਲ ਵਧਾਵੀ ਲੇਖੇ ਲਾਵੀ ਬਾਕੀਆਂ ਨੂੰ ਦੇਣ ਦੀ ਆਦਤ ਪਾਵੀ ਓਏ ਲੋਕਾਂ ਦੇ ਕਾਕੇ ਜਾਂਦੇ ਰਹਿਣ ਭਾਵੇਂ ਦਹੀਂ ਨਾ ਆਈ ਜੰਮੇ ਮੈਂ ਕਿਹਾ ਜੀ ਪੰਡੋ ਰੋਟੀ ਖਾ ਕੇ ਜਾਇਆ ਜੇ ਓ ਤੇ ਵੀ ਬਾਸੀ ਖਾ ਕੇ ਜਾਵਾਂਗੇ ਪਰ ਆ ਗੇਟ ਕੋਲ ਪੁੰਜੇ ਦਰੀ ਤੇ ਬਿਜਲੀ ਮਹਿਕਮੇ ਵਾਲੇ ਬੈਠੇ ਆ ਰੱਬ ਦਾ ਵਾਸਤਾ ਦੋ ਦੋ ਬੁਰਕੀਆਂ ਉਹਨਾਂ ਨੂੰ ਵੀ ਪਾ ਛੱਡੀ ਓਏ ਜੇ ਤੇ ਲੈਣ ਮੈਂ ਦਰੀ ਤੇ ਬੈਠੇ ਆ ਓਏ ਮੁੰਡਿਓ ਤੁਹਾਡਾ ਦਿਮਾਗ ਖਰਾਬ ਹੋ ਗਿਆ ਉਹ ਸਾਡੇ ਮੁੰਡਿਆਂ ਨੂੰ ਅਕਲ ਦੀ ਹੈਗੀ ਜੇਈ ਸਾਹਿਬ ਨੂੰ ਪੁੰਜੇ ਬਿਠਾਤਾ ਉਹ ਜੇਈ ਸਾਹਿਬ ਤੁਸੀਂ ਦਰੀ ਤੇ ਬੈਠੇ ਹੋ ਉਠੋ 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 ਮੁੰਡਿਓ ਖਾਣਾ ਲਿਆਓ ਜੇਈ ਸਾਹਿਬ ਵਾਸਤੇ ਮਾਫ ਕਰਨਾ ਜੀ ਮੈਂ ਬਿਨਾਂ ਬੁਲਾਏ ਤੁਹਾਡੀ ਪਾਰਟੀ ਚ ਆ ਗਿਆ ਕੋਈ ਐਸੀ ਗੱਲ ਨਹੀਂ ਜੀ ਧੰਨ ਭਾਗ ਸਾਡੇ ਤੁਸੀਂ ਸਾਡੇ ਘਰ ਆਏ ਗਏ ਹੋ ਦਰਸਲ ਮੈਨੂੰ ਪਾਲੇ ਵਾਲੇ ਨਾਲ ਬਹੁਤ ਜ਼ਰੂਰੀ ਕੰਮ ਹੈ ਇੱਕ ਮਿੰਟ ਹਟਿਓ ਜਨਾਬ ਜ਼ਰਾ ਬਿਜਲੀ ਵਾਲੇ ਨੂੰ ਕਹਿ ਕੇ ਮੇਰੀ ਬਿਜਲੀ ਬਹਾਲ ਕਰਾ ਦਿਓ ਮੈਂ ਤਾਂ ਭਾਂਡੇ 'ਚ ਬੜਿਆ ਹੋਇਆ ਚੇਅਰਮੈਨ ਤੱਕਲ ਧੱਕੇ ਖਾਇਆ ਪਰ ਸਾਰੇ ਮੈਨੂੰ ਕਹਿੰਦੇ ਬਈ ਤੇਰਾ ਕੰਮ ਸਿਰਫ ਪਾਲੇ ਵਾਲੇ ਹੁਣੀ ਕਰਵਾ ਸਕਦੇ ਜਨਾਬ ਕਰਵਾ ਦਿਓ ਮੇਰਾ ਕੰਮ ਬਈਏ ਪਾਲੇ ਵਾਲੇ ਦੇ ਬਿਜਲੀ ਦੇ ਮਹਿਕਮੇ ਨਾਲ ਕੀ ਸੰਬੰਧ ਨੇ ਉਹ ਜਨਾਬ ਪਾਲੇ ਵਾਲੇ ਦੀ ਤਾਂ ਬਿਜਲੀ ਮਹਿਕਮੇ 'ਚ ਚੱਲਦੀ ਬੜੀ ਆ ਹੁਣੇ ਜਲਵਾ ਦਿਖਾ ਦਿੰਦੇ ਹਾਂ ਜਨਾਬ ਆ ਬਿਜਲੀ ਵਾਲੇ ਖੜੇ ਆ ਨਾ ਇਹ ਕਰੋ ਜੀ ਇਹਨਾਂ ਦੀ ਮਾੜੀ ਦੀ ਸਿਫਾਰਿਸ਼ ਇਹਨਾਂ ਦਾ ਵੀ ਬੇੜਾ ਪਾਰ ਕਰੋ ਸਰ ਇਹ ਹੁਕਮ ਹੋਵੇ ਤੇ ਚੱਲੀਏ ਤੁਹਾਡਾ ਕਨੈਕਸ਼ਨ ਲਾਉਣਾ ਬੜਾ ਜ਼ਰੂਰੀ ਹੈ ਉਹ ਡਾਂਗ ਸਾਹਿਬ ਤੂੰ ਕਹਿੰਦਾ ਸਾਰੇ ਕਿਤੇ ਜਗਮਗ ਕਰ ਦੇਣੀ ਹੈ ਤੁਸੀਂ ਇਹ ਸਰਦਾਰ ਦਾ ਕਨੈਕਸ਼ਨ ਕੱਟਿਆ ਦਰਅਸਲ 'ਚ ਗੱਲ ਹੈ ਜੀ ਕਿ ਇਹਨਾਂ ਦਾ ਕੇਸ ਹੋਰ ਹੈ ਹੁਣ ਤੁਹਾਡੇ ਕਨੈਕਸ਼ਨ ਬਾਰੇ ਤਾਂ ਸਾਨੂੰ ਉੱਪਰੋਂ ਬਹੁਤ ਪ੍ਰੈਸ਼ਰ ਹੈ ਜੀ ਸ਼ਾਬਾਸ਼ ਸ਼ਾਬਾਸ਼ ਅੱਜ ਤੂੰ ਤੇ ਉੱਪਰੋਂ ਪ੍ਰੈਸ਼ਰ ਹੈ ਤੇ ਸਾਡਾ ਮੀਟਰ ਲਾ ਛੱਡੋਗੇ ਭੜ ਕੇ ਪ੍ਰੈਸ਼ਰ ਫੁੱਸ ਹੋ ਗਿਆ ਅਸੀਂ ਕਿਤੇ ਮਾਂ ਨੂੰ ਮਾਸੀ ਆਖਣਾ ਓਹੋ ਸਰ ਤੁਹਾਡਾ ਕਨੈਕਸ਼ਨ ਕੱਟ ਕੇ ਅਸੀਂ ਮਰਨਾ ਹੈ ਜੀ ਉਹ ਤੁਸੀਂ ਪਹਿਲਾਂ ਸੁਰਜੀਤ ਦਾ ਕਨੈਕਸ਼ਨ ਬਹਾਲ ਕਰੋ ਠੀਕ ਹੈ ਸਰ ਓਏ ਖਮਰਮ ਓਏ ਬਿਨਾਂ ਉੱਪਰ ਦੱਸਿਆ ਨਾ ਪਹਿਲਾਂ ਇਹਦੀ ਬਿਜਲੀ ਦਾ ਕਨੈਕਸ਼ਨ ਚਾਲੂ ਕਰ ਦੇ ਵਾਕਈ ਸਰ ਮੈਨੂੰ ਲੱਗਦਾ ਨੌਕਰੀ ਬਚਾਉਣ ਦਾ ਇਹੀ ਇੱਕ ਤਰੀਕਾ ਜੀ ਠੀਕ ਹੈ ਜੀ ਇਹਨਾਂ ਵਾਲਾ ਕੰਮ ਤਾਂ ਹੋ ਜੂ ਫਿਰ ਤੁਹਾਡਾ ਬਿਜਲੀ ਦਾ ਕਨੈਕਸ਼ਨ ਪਹਿਲਾਂ ਜਿਹੜਾ ਤੁਹਾਨੂੰ ਕੰਮ ਆਖਿਆ ਉਹ ਤੇ ਕਰੋ ਆਪਣੇ ਬਾਰੇ ਅਸੀਂ ਸ਼ਾਮਾਂ ਨੂੰ ਸੋਚ ਲਾਂਗੇ ਪਿੱਛੇ ਹਟੋ ਸਾਡੇ ਦੇ ਹੱਥ ਅੱਗੇ ਤਾਂ ਯਾਰ ਤਾਰੀ ਮੈਨੂੰ ਇੱਕ ਨਹੀਂ ਗੱਲ ਸਮਝ ਲੱਗਦੀ ਇਹਨਾਂ ਕੋਲ ਗਿੱਦੜ ਸਿੰਘ ਹੀ ਕਿਹੜੀ ਹੈ ਬਿਜਲੀ ਬਿਜਲੀ ਹਾਂ ਕੀ ਹੋਇਆ ਤੂੰ ਅੱਜ ਕੱਲ੍ਹ ਮੈਨੂੰ ਮਿਲਦੀ ਨਹੀਂ ਤੂੰ ਮੈਥੋਂ ਨਾਰਾਜ਼ ਹੈ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਚਲਾ ਫਿਰ ਕਿਤੇ ਬਹਿ ਕੇ ਗੱਲਾਂ ਨਹੀਂ ਅੱਜ ਨਹੀਂ ਕਿਸੇ ਹੋਰ ਦਿਨ ਅੱਜ ਮੈਨੂੰ ਬਹੁਤ ਕੰਮ ਹੈ ਕਰ ਰਹੀ ਹੈ ਓ ਮੈਂ ਤਾਂ ਜੁੱਤੀ ਵੇਖਣ ਆਈ ਸੀ ਪਾਣ ਲਈ ਮਰਨ ਲਈ ਜਿਹੜੀ ਦੋਵਾਂ ਦੇ ਕੰਮ ਆ ਜਾਵੇ ਅੱਛਾ ਯੂ ਵਿਲ ਹੈਵ ਕੋਲਡ ਡਰਿੰਕ ਨਹੀਂ ਮੈਂ ਹੁਣੇ ਲੱਸੀ ਪੀ ਕੇ ਆਈ ਹਾਂ ਤੇਰੇ ਪਾਪਾ ਨਾਲ ਜ਼ਮੀਨ ਦੀ ਗੱਲ ਬਣ ਗਈ ਹਾਂ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਉਹਨਾਂ ਨੂੰ ਦੋ ਦਿਨ ਸੋਚਣ ਦਾ ਟਾਈਮ ਚਾਹੀਦਾ ਇਹ ਕਾਰ ਚਲਾਣੀ ਔਖੀ ਹੁੰਦੀ ਹੈ ਉਹ ਬਿਲਕੁਲ ਵੀ ਨਹੀਂ ਜੇ ਮੇਰੇ ਵਰਗਾ ਨਾਲ ਕੋਈ ਉਸਤਾਦ ਹੋਵੇ ਅੱਛਾ ਕਿੰਨੀਆਂ ਕੁੜੀਆਂ ਨੇ ਸਿਖਾ ਚੁੱਕਿਆ ਹੈ ਉਹ ਮੈਂ ਕੋਈ ਡਰਾਈਵਿੰਗ ਸਕੂਲ ਖੋਲਿਆ ਹੋਇਆ ਜੇ ਨਹੀਂ ਖੋਲਿਆ ਤਾਂ ਫਿਰ ਖੋਲ ਲੈ ਕਿਉਂਕਿ ਤੈਨੂੰ ਮੈਨੂੰ ਸਿਖਾਉਣ ਤੋਂ ਬਾਅਦ ਤਜਰਬਾ ਤਾਂ ਹੋ ਹੀ ਜਾਣਾ ਹੈ ਕਿ ਰੱਬ ਨੇ ਤੈਨੂੰ ਕਿੰਨਾ ਸੋਹਣਾ ਬਣਾਇਆ ਅੱਛਾ ਤੂੰ ਝੂਠ ਵੀ ਬੋਲਿੰਦਾ
तू शीशा तो वेखती हो नहीं, वो तो नहीं झूठ बोलता। तो तेनू मस्का लाना भी आंदा है, मैनू तो लगे सी तेनू सिर्फ कार चलानी आंदी है। चल छड़, होर दस अपने बारे कुछ। पहला तू मैनू यह दस कि तेनू एकदम तो कार चलाने का शौक कितों पैदा हो गया। मैं सोचा जिदे नाल मेरा विआह होएगा ओदी अपनी कार होएगी ते मेरी अपनी वधिया जी कार होएगी, ते कार जद आओगी आओगी, चलानी तो आनी चाहिए है। आशु जे तेरी गर्लफ्रेंड होंगी ते तेनू मैं इस तरह वेख लेंगी ते फिर वो की कर दी? वेरी सिंपल, तेरा सिर फाड़ देंदी। Who was that? Forget it. कौन सी हो? होने कोई पागल या कोई आशिक। अच्छा हुन सुन, जब साडा व्याह होएगा तो मैंने खुआएगा कि मैं जब मैं तेरे नाल नहीं हुंदी तू मेरे बारे सोचता है? तो मैं की सारा पंजाब तेनू रोंदा है, याद करता है जो भी इतने पावर कट लगता है, सारे यही तो कहते हैं हाय बिजली आ मार गई बिजली आ। शायर लोग कि हंजुआ च डुबे टुटे आशिक होंगे ने, साढ़े दिल की राणी तो साढ़े कोल है। आशु पिस्तौल चली नहीं? ले तो पुरानी ते खराब पिस्तौल है, ए तो बाले बाले नु किसी जमींदार ने इनाम च दित्ती सी, चल दी थोड़ी ना। पर वास्ते आई सी? ले ओ तो बाहर ट्रांसफार्मर च पटाका पिया सी। जिथे पटाका पैना चाहिदा सी ओथे ते पिया नहीं। पुत तो ठीक ता, लस्सी शस्सी कुछ लियावा तेरे लिए? नहीं ताई, मैनू ना भुख है ते ना ते। सर मिठाई, थैंक यू वेरी मच सर। सर मेरी फैक्ट्री दी बिजली बहाल हो गई। मैं एक्शन कहता सी, चल चंगा है तेरा काम हो गया। सर एक्सीएम तो बड़ा कुत्ता बंदा है, पता नहीं सीएम दे पिंड दा है जेड़ा उन्हें कोई हिला नहीं सकता। ए तो सर मैं पाले वाले नु कहया ता मेरा काम होया। पाले वाले? उन्हें मरासिया दे कहते तेरा काम होया? ਉਹਨਾਂ ਦਾ ਕੀ ਤਾਲੁਕ ਹੈ ਸਾਡੇ ਮਹਿਕਮੇ ਨਾਲ ਬਈ ਹੈ? ਲੋ ਸਰ ਕੀ ਗੱਲਾਂ ਕਰਦੇ ਹੋ ਤੁਸੀਂ, ਉਹਨਾਂ ਦੇ ਕਹਿਣ ਤੇ ਤਾਂ ਜੇਈ ਤੇ ਲਾਈਨਮੈਨ ਸਾਰੇ ਕੰਮ ਛੱਡ ਕੇ ਭੱਜ ਖੜੇ ਹੁੰਦੇ ਆ। ਅੱਛਾ ਠੀਕ ਹੈ, ਤੁਸੀਂ ਜਾਓ ਤੇ ਮਿਠਾਈ ਵੀ ਨਾਲ ਲੈ ਜਾਓ। ਸਰ ਮਿਠਾਈ ਤਾਂ ਸ਼ਗਨ ਨੇ ਲੈ ਲੈਣ। ਸ਼ਗਨ ਨਾ ਹੁਣ ਜਾ ਕੇ ਤੁਸੀਂ ਪਾਲੇ ਬਾਲੇ ਨਾਲ ਹੀ ਖਾਓ, ਠੀਕ ਹੈ? ਆਓ। पता नहीं पांडे च बढ़ गया या निकल गया, कुछ समझ नहीं लग रहा है। हेलो। हाँ जी साहब, आदर जी। सुरजीत थाली वाले दा कनेक्शन किधर कहते रिज्यूम किया गया भाई? सर मेरे हिसाब नाल उहदा कनेक्शन कटिया होया जी। अच्छा, हुणे मिठाई खवा के गया मैनू अपने कनेक्शन दे बहाल होने की खुशी च। ओ सर, कई इंडस्ट्री वाले ऐसे होंगे नहीं जी, उन्होंने बिजली कट दो पागल हो जाते ने। अच्छा वो पाले पाले दा की हाल है भाई? सर उन्हां दा की हाल होना है जी, बिना बिजली तो उन्हां दे घर दे खुदकशी करन फिरदे होने जी। Papa, black sheep, have any wool? Yes sir, three back fool. Hey man, what are you doing here? इंतजार मौत दा।
ਉਹ ਮਹਾਰਾਜ ਗੱਡੀ ਥੱਲੇ ਮੰਨਣਾ ਚਾਹੁੰਦੇ ਹੋ ਤੇ ਭੁੱਲ ਜਾਓ ਗੱਡੀ ਤਾਂ ਪਿਛਲੇ ਪਿੰਡੀ ਉਲਟ ਗਈ ਸੀ ਅੱਛਾ ਹਾਂ ਹੇ ਬਾਬਾ ਬਲੈਕ ਸ਼ਿਪ ਹਵ ਅਨਵੂਰ ਵਿਪਾਲੇ ਆ ਕੀ ਠੱਕ ਠੱਕ ਹੋਣ ਦੇ ਕਿਤੇ ਸਾਡੇ ਘਰ ਕੁਝ ਹੋਰ ਤੇ ਨਹੀਂ ਉਹ ਸੁੱਤੀ ਰਹਿ ਆਪੇ ਖੱਜਲ ਖੁਜਲ ਹੋ ਕੇ ਚਲੇ ਜਾਣਗੇ ਮੈਨੂੰ ਲੱਗਦਾ ਚੋਰ ਹੀ ਨਹੀਂ ਲੱਗਦਾ ਬਾਹਰਲੇ ਪਿੰਡ ਦੇ ਆ ਆਪਣੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਘਰ ਭੰਗ ਪੂਜਦੀ ਆ ਇੱਥੇ ਉਹਨਾਂ ਨੂੰ ਕੀ ਲੱਭਣਾ ਜੇ ਉਹਨਾਂ ਨੂੰ ਸਾਡੇ ਕੋਲੋਂ ਕੁਝ ਨਹੀਂ ਲੱਭਣਾ ਤੇ ਸਾਨੂੰ ਤੇ ਉਹਨਾਂ ਕੋਲੋਂ ਕੁਝ ਲੱਭ ਸਕਦਾ ਹੈ ਨਾ ਕੋ ਨਾਲ ਪੰਜੀਰੀ ਲੈ ਕੇ ਘੁੰਮਦੇ ਆ ਉਹ ਤਾਂ ਗੱਲਾਂ ਹੀ ਕਰੀ ਜਾਏਗਾ ਕਿ ਉਹਨਾਂ ਨੂੰ ਜਾ ਕੇ ਫੜੇਗਾ ਵੀ ਅੱਛਾ ਫੜਾ ਫਿਰ ਮੇਰਾ ਉਹ ਛੇਤਰ ਜਾ ਮੈਂ ਤੂੰ ਉੱਥੇ ਚੋਰ ਫੜਨ ਜਾ ਰਿਹਾ ਕਿ ਵਿਆਹ ਦਾ ਪ੍ਰੋਗਰਾਮ ਕਰਨ ਜਾ ਰਿਹਾ ਐਵੇਂ ਭਗ ਭਗ ਲਾ ਕੇ ਉਠਾਤਾ ਸਾਰਾ ਚੱਲ ਯਾਰ ਕਿਹੜੇ ਚੋਰ ਆ ਦੇਖ ਲੈਂਦੇ ਕਿਤੇ ਮੇਰੇ ਪੇਕਿਆਂ ਤੋਂ ਤਾਂ ਨਹੀਂ ਉਹ ਪਰਜਾਈ ਇਹ ਬਾਂਦਰ ਜਿਹਾ ਤੇਰੇ ਪੇਕਿਆਂ ਤੋਂ ਵੀ ਲੱਗਦਾ ਪੇਕਿਆਂ ਤੋਂ ਵੀ ਲੱਗਦਾ ਨਹੀਂ ਅਸੀਂ ਚੋਰ ਨਹੀਂ ਜੀ ਅਸੀਂ ਤੇ ਬਿਜਲੀ ਵਾਲੇ ਆ ਜੀ ਓਏ ਬਿਜਲੀ ਵਾਲੇ ਉਹ ਫਿਰ ਅੱਧੀ ਰਾਤੀ ਸਾਡੇ ਘਰ ਸਨ ਕਿਉਂ ਲਾਂਡੇ ਹੋ ਓਏ ਅਸੀਂ ਤਾਂ ਜੀ ਬਾਹਰੋਂ ਤਾਰ ਪਾ ਕੇ ਅੰਦਰ ਮੀਟਰ ਲਾਣ ਆਏ ਸੀ ਉਹ ਸਾਨੂੰ ਉਪਰੋਂ ਹੁਕਮ ਹੋਇਆ ਕਿ ਸਵੇਰ ਹੋਣ ਤੋਂ ਪਹਿਲਾਂ ਮੀਟਰ ਲਗਣਾ ਚਾਹੀਦਾ ਸੀ ਸਾਰੇ ਉਪਰੋਂ ਕਿਤੇ ਧਰਮਰਾਜ ਤੋਂ ਹੁਕਮ ਹੋਇਆ ਧਰਮਰਾਜ ਤੋਂ ਹੁਕਮ ਹੋਇਆ ਸੌਰੀ ਦੇ ਐਕਸੀਡੈਂਟ ਤੋਂ ਖਰਾ ਹੈ ਜੀ ਚਲੋ ਦਫਾ ਹੋਵੇ ਇੱਥੋਂ ਦਫਾ ਹੋ ਨਿਕਲੋ ਬਾਹਰ ਯਾਰ ਪਾਲੇ ਵਾਲੇ ਦੀ ਬੜੀ ਚੜਾਈ ਹੈ ਓਏ ਆ ਤਾਂ ਮੈਂ ਪਹਿਲੀ ਵਾਰ ਵੇਖਿਆ ਬਈ ਬਿਜਲੀ ਵਾਲੇ ਅੱਧੀ ਰਾਤ ਕਿਸੇ ਦੇ ਘਰੇ ਕਨੈਕਸ਼ਨ ਲਾਣ ਆਏ ਹੋਣ ਹੋਰ ਕੀ ਤੁਹਾਡੀ ਬੜੀ ਮਿਹਰਬਾਨੀ ਹੈ ਜੀ ਤੁਸੀਂ ਇੰਨਾ ਬਿਜ਼ੀ ਸ਼ਡਿਊਲ ਚੋਂ ਟਾਈਮ ਕੱਢ ਕੇ ਆਏ ਹੋ ਹੈ ਜੀ ਮੈਨੂੰ ਤਾਂ ਰੋਜ਼ ਇਹੋ ਸੁਪਨਾ ਆਉਂਦਾ ਕਿ ਅਸੀਂ ਇਲੈਕਸ਼ਨ ਪਾਵਰ ਸ਼ੋਰਟੇਜ ਕਰਕੇ ਹਾਰ ਗਏ ਸਰ ਇੱਕ ਹੋਮੋਪੈਥੀ ਦੀ ਮੈਡੀਸਿਨ ਹੁੰਦੀ ਹੈ ਐਕੋਨਾਈਟ ਸੌਣ ਤੋਂ ਪਹਿਲਾਂ ਇੱਕ ਡੋਜ਼ ਲਿਆ ਕਰੋ ਮਨ ਤੇ ਕੋਈ ਭਾਰ ਨਹੀਂ ਰਹੇਗਾ ਸਰ ਓਏ ਤੁਸੀਂ ਮੈਂਬਰ ਜਨਰੇਸ਼ਨ ਨੂੰ ਕਿ ਹੋਮੋਪੈਥੀ ਦੇ ਡਾਕਟਰ ਹੋ ਹੈ ਨਹੀਂ ਠੀਕ ਕਹਿ ਰਹੇ ਨੇ ਜੀ ਐਕਚੁਅਲੀ ਸੀਐਮ ਸਾਹਿਬ ਨੇ ਜਦੋਂ ਕਿਸਾਨਾਂ ਵਾਸਤੇ ਫ੍ਰੀ ਬਿਜਲੀ ਅਨਾਊਂਸ ਕੀਤੀ ਸੀ ਨਾ ਜੀ ਉਹ ਵੀ ਐਕੋਨਾਈਟ ਦੀ ਡੋਜ਼ ਲੈ ਕੇ ਸੌਂਦੇ ਸੀ ਸਰ ਕਈ ਸਟੇਟਾਂ ਦੇ ਮੁੱਖ ਮੰਤਰੀ ਤਾਂ ਐਦਾਂ ਦੀ ਸਬਸਿਡੀ ਅਨਾਊਂਸ ਕਰਕੇ ਅਫੀਮ ਦਾ ਗੋਲਾ ਖਾ ਕੇ ਸੌਂਦੇ ਆ ਓਏ ਤੁਸੀਂ ਇਹੋ ਜਿਹੇ ਡਾਕਟਰੀ ਨੁਸਖੇ ਨਾ ਦੱਸੋ ਮੈਨੂੰ ਕੋਈ ਐਸਾ ਨੁਸਖਾ ਦੱਸੋ ਕਿ ਅਸੀਂ ਕਿਸ ਤਰ੍ਹਾਂ ਪੰਜਾਬ 'ਚ ਬਿਜਲੀ ਦੀ ਕਮੀ ਪੂਰੀ ਕਰ ਸਕੀਏ ਸਰ ਸੋਲਰ ਪਾਵਰ ਇੱਕ ਆਪਸ਼ਨ ਹੈ ਓਏ ਇਹ ਦੇਖਿਆ ਤੁਪ 'ਚ ਸਾਰੇ ਬਾਲ ਗਏ ਨੇ ਸਰ ਦੇਖੋ ਮੇਰੀ ਵੀ ਇਸ ਤਰੀਕੇ ਗਈ ਹਾਂ ਬਿਲਕੁਲ ਸਰ ਠੀਕ ਕਹਿ ਰਹੇ ਨੇ ਸਰ ਵਿੰਡ ਮਿਲਸ ਵੀ ਲਗਾਈਆਂ ਜਾ ਸਕਦੀਆਂ ਉਹ ਵਿੰਡ ਮਿਲ ਚਲਾਓਗੇ ਕਿਹਦੇ ਨਾਲ ਪੱਖਾ ਚੱਲ ਚੱਲ ਕੇ ਹਾਂ ਗੱਲਾਂ ਕਰਦੇ ਮੇਰੇ ਹਿਸਾਬ ਨਾਲ ਮੋਟੇ ਮੁਰਗੇ ਫਸਾਣੇ ਪੈਣੇ ਹੈ ਜੀ ਮਤਲਬ ਸਟੇਟ 'ਚ ਪਾਵਰ ਪਲਾਂਟ ਖੋਲ੍ਹਣ ਵਾਸਤੇ ਨਾ ਵੱਡੀਆਂ ਸਾਮੀਆਂ ਨੂੰ ਨੋਤਾ ਦੇਣਾ ਪੈਣਾ ਜੀ ਮੈਨੂੰ ਲੱਗਦਾ ਹੈ ਕਿ ਐਟਾਮਿਕ ਪਾਵਰ ਪਲਾਂਟ ਦੇ ਬਗੈਰ ਸਾਡਾ ਗੁਜ਼ਾਰਾ ਨਹੀਂ ਹੈ ਤੇ ਸਾਨੂੰ ਐਟਾਮਿਕ ਪਾਵਰ ਪਲਾਂਟ ਦੀ ਮੰਗ ਕਰਨੀ ਚਾਹੀਦੀ ਹੈ ਕਿਸ ਮੂੰਹ ਨਾਲ ਆਏ ਨਹੀਂ ਮੇਰਾ ਮਤਲਬ ਹੈ ਕਿ ਨਿਊਕਲੀਅਰ ਡੀਲ ਨੂੰ ਤੁਹਾਡੀ ਪਾਰਟੀ ਨੇ ਸਭ ਤੋਂ ਜ਼ਿਆਦਾ ਅਪੋਜ਼ ਕੀਤਾ ਸੀ ਨਾ ਜੀ ਓਏ ਤੁਸੀਂ ਆਪ ਇੱਥੇ ਸ਼ਰਮਿੰਦਾ ਹੋਣ ਲਈ ਆਏ ਹੋ ਕਿ ਮੈਨੂੰ ਸ਼ਰਮਿੰਦਾ ਕਰਨ ਲਈ ਬੈਠੇ ਹੋ ਇੱਥੇ ਸੌਰੀ ਸਰ ਹਲ ਮੈਂ ਦੱਸਣਾ ਤੁਸੀਂ ਅਦਾ ਕਰੋ ਕਿ ਜਦ ਤੱਕ ਪਾਵਰ ਦਾ ਪਰਮਨੈਂਟ ਹੱਲ ਨਹੀਂ ਨਿਕਲਦਾ ਅਖਬਾਰਾਂ ਵਿੱਚ ਇੱਕ ਵੱਡਾ ਸਾਰਾ ਇਸ਼ਤਿਹਾਰ ਦਿਓ ਮੇਰੀ ਫੋਟੋ ਦਿਓ ਤੇ ਨਾਲ ਮੇਰੇ ਸੀਐਮ ਸਾਹਿਬ ਦੀ ਫੋਟੋ ਦਿਓ ਔਰ ਲਿਖੋ ਕਿ 5 ਸਾਲਾਂ ਦੇ ਵਿੱਚ ਵਿੱਚ ਅਸੀਂ ਬਿਜਲੀ ਦੀ ਸਾਰੀ ਕਮੀ ਪੂਰੀ ਕਰ ਦਿਆਂਗੇ ਵਾਹ ਵਾਹ ਗੁੱਡ ਆਈਡੀਆ ਸਰ ਗੁੱਡ ਆਈਡੀਆ ਬਹੁਤ ਅੱਛਾ ਸਰ ਬਹੁਤ ਅੱਛਾ ਛੱਡ ਗਿਆ ਤੂੰ ਮੈਨੂੰ ਨਹਿਰ 'ਚ ਸੁੱਟ ਕੇ ਮਾਰਨਾ ਚਾਹੁੰਦਾ ਹੈ ਅਸੀਂ ਕੌਣ ਹੁੰਦੇ ਆ ਮਾਰਨ ਮਰੇ ਅਸੀਂ ਤਾਂ ਆਪ ਤੁਹਾਡੇ ਤੇ ਮਰੇ ਪਏ ਆ ਤੂੰ ਇੰਨੀ ਲੇਟ ਕਿਉਂ ਆਇਆ ਬਿਜਲੀ ਅੱਜ ਮੈਂ ਤੈਨੂੰ ਇੱਕ ਸਰਪ੍ਰਾਈਜ਼ ਦੇਣਾ ਸੀ ਸਰਪ੍ਰਾਈਜ਼ ਕੀ ਸਰਪ੍ਰਾਈਜ਼ ਇਹ ਤਾਂ ਤੈਨੂੰ ਘਰ ਜਾ ਕੇ ਪਤਾ ਲੱਗੂਗਾ ਵਾਹ ਜੀ ਵਾਹ ਇਹ ਤਾਂ ਕਮਾਲ ਹੀ ਹੋ ਗਿਆ ਉਹ ਸਾਡੇ ਭਾਗ ਵੀ ਕਿੰਨੇ ਚੰਗੇ ਨੇ
घर बैठे बिठाए इन्ना वधिया रिश्ता मिल गया। देखो जी कई रिश्ते तो तुरों बन के आते हैं, कुछ बच्चे आप बना लेंगे ने। चलो जी बच्चों की खुशी ची साड़ी खुशी है, तुसी तो बस मुंह मिठा करो। शुक्रिया जी। वैसे बिजली कदों आऊगी? बिजली का किया जी, आ जावे तो भावे हुणे ही आ जावे, ना आवे तो सारी रात ही ना आवे। ओहो ए जी बत्ती दी गल कर रहे ने, अपनी बेटी दी नहीं। बिजली एक सरप्राइज था तेनू घर जाके मिलेगा, ते दूसरा सरप्राइज मैं हुणे ही दे दूंगा, मेरी प्रमोशन हो गई है ते जेड़ी मेरी कंपनी है वो मेरा डिपार्टमेंट भी चेंज कर रही है, ते हुण इत्थे एक पावर प्लांट ला रहे जिसका मैं चीफ कोऑर्डिनेटर भी हाँ। तू मेरी गल सुन रही है? हाँ मैं सुन रही हूँ। अच्छा तो उसमें की क्या? तू आ ही क्या ना, तू सस्पेंड हो गया। कट्टा है। ओ ठहरो ठहरो ठहरो, की तो पूछ के कटया कनेक्शन? तुसी की तो पूछ के लिया कनेक्शन? जेई साहब ने अपने हाथ नाल लाया ते इन्फोर्समेंट ऑफिसर ने अपने हाथ नाल कटता, ए इलीगल कनेक्शन है। मैंने समझ लगदी एसडीओ साहब ने अपने आप किवे कनेक्शन बहाल करता? अपने आप नी, बहुत बड़ी सिफारिश नाल लगया कनेक्शन। मैं कहंदा भांडे च बढ़ जाओगे तुसी, ए कनेक्शन कट के सस्पेंड ना हो जाओ किते। अच्छा किती सिफारिश नाल? बहुत मशहूर पंड पाले बाले दी सिफारिश नाल लग्या है। पागल। मैं तो बिल्कुल ठीक है, पागल तो तू लगता है जिन्हों सस्पेंड होने का डर नहीं। लोटे वेले माये आना मन पकावा कणक दा, अंदर जावा बाहर जावा। बिजली तीए आज दा दिन तो बहुत वधिया चढ़िया, असी तेरा रिश्ता पक्का कर दिता। रिश्ता पक्का कर दिता मेरे तो बिना पूछे? जे तू दसेंगी नी तो एदा मतलब ए ता नी कि असी तेरे दिल दी गल समझदे नी। की मतलब? ओदे मम्मी पापा आप आए सी तेरा हाथ मंगन, एना वड्डा खानदान एना वधिया मुंडा, असी ता झट हां कर दी। केड़ा मुंडा? जिनू तू चाहनी है आशु। ਅਸੀਂ ਇਹ ਦੱਸਦੇ ਹੋਏ ਬੜਾ ਫਕਰ ਮਹਿਸੂਸ ਕਰਦੇ ਹਾਂ ਕਿ ਕਰੰਟ ਕਿਆਮਪੁਰੀ ਜੀ ਦੀ ਨਵੀਂ ਐਲਬਮ ਦਿਲ ਰੋਪਿਆ, ਜਿਸ ਦੀਆਂ ਇੱਕ ਮਹੀਨੇ ਵਿੱਚ ਹੀ 500,000 ਸੀਡੀਆਂ ਵਿਕ ਚੁੱਕੀਆਂ, ਜੋ ਆਪਣੇ ਆਪ ਇੱਕ ਰਿਕਾਰਡ। ਇਸ ਖੁਸ਼ੀ ਵਿੱਚ ਅਸੀਂ ਕਰੰਟ ਕਿਆਮਪੁਰੀ ਜੀ ਨੂੰ ਟਕ ਟਕਾ ਟਕ ਟਕਾ ਕੇ ਇੱਕ ਨਵੀਂ ਗੱਡੀ ਟਕੈਰੋ ਇਨਾਮ ਵਜੋਂ ਦਿੰਦੇ ਹਾਂ। ਇਹਨਾਂ ਨੇ ਬਹਿਜਾ ਬਹਿਜਾ ਕਰਾ ਦੀ, ਸਿੱਟ ਡਾਊਨ ਕਰਾ ਦੀ। ਮੇਰਾ ਖਿਆਲ ਸਾਡੇ ਮਾਰਕੀਟਿੰਗ ਮੈਨੇਜਰ ਸਾਹਿਬ ਜੀ ਵੀ ਦੋ ਗੱਲਾਂ ਕਹਿੰਦੇ ਉਤਾਵਲੇ ਹਨ। ਥੈਂਕਸ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਕਿ ਕਿਆਮਪੁਰੀ ਜੀ ਦੇ ਗੀਤਾਂ ਵਿੱਚ ਇੰਨਾ ਦਰਦ ਛੁਪਿਆ ਕਿ ਇਹਨਾਂ ਦਾ ਇੱਕ ਗੀਤ ਦਿਲ ਰੋਪਿਆ ਸੁਣ ਕੇ ਸਾਡੇ ਮਾਲਕਾਂ ਦੀ ਕੁੜੀ ਆਪਣੇ ਅਰਬਪਤੀ ਮੰਗੇਤਰ ਨੂੰ ਛੱਡ ਕੇ ਇਹਨਾਂ ਦੇ ਆਪਣੇ ਡਰਾਈਵਰ ਨਾਲ ਭੱਜ ਗਈ। ਹੁਣ ਮੈਂ ਕਿਆਮਪੁਰੀ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਐਲਬਮ ਦਾ ਸੁਪਰ ਹਿੱਟ ਗੀਤ ਉਸ 'ਚੋਂ ਦੋ ਲਾਈਨਾਂ। ਇਹ ਗਾਣਾ ਉਹਨਾਂ ਕੁੜੀਆਂ ਲਈ ਜਿਨ੍ਹਾਂ ਨੇ ਜਾਣੇ ਅਣਜਾਣੇ 'ਚ ਕਿਸੇ ਸੱਚੇ ਆਸ਼ਿਕ ਦਾ ਦਿਲ ਤੋੜਿਆ। ਟੁੱਟ ਗਿਆ ਗੱਲ ਖਿੰਡ ਗਈ ਕੀ ਕਰਾਂ। ਬਈ ਕੀ ਕਹਿਣਾ ਘਰ ਦੀ ਗੱਡੀ ਦੇ, ਬਈ ਦੋ ਘੁੱਟ ਪੀ ਕੇ ਨਾ ਚੁੜੇਲਾਂ ਵੀ ਪਰੀਆਂ ਲੱਗਣ ਲੱਗ ਪੈਂਦੀਆਂ। ਕੀ ਬਕਵਾਸ ਕਰਨ ਦੇ ਆ ਪਾਲੇ, ਮੈਂ ਤੈਨੂੰ ਚੁੜੇਲ ਲੱਗਣ ਡਈ ਆ? ਨਾ ਨਾ, ਹੁਣ ਤਾਂ ਦੋ ਘੁੱਟ ਪੀਤੇ ਹੋਏ ਆ, ਹੁਣ ਤਾਂ ਤੂੰ ਪਰੀਆਂ ਨਾਲੋਂ ਵੀ ਵੱਧ ਲੱਗਣ ਡਈ ਆ। ਚੱਪਲੀਆਂ ਨਾ ਮਾਰ, ਪਤਾ ਜਦੋਂ ਮੈਂ 18 ਸਾਲ ਦੀ ਸੀਗੀ ਤੇ ਪਿੰਡ ਦੇ ਸਾਰੇ ਮੁੰਡੇ ਮੈਨੂੰ ਕਹਿੰਦੇ ਸੀਗੇ, ਪ੍ਰੀਤੋ ਤੇਰੀਆਂ ਅੱਖਾਂ ਹੇਮਾ ਮਾਲਿਨੀ ਨਾਲ ਮਿਲਦੀਆਂ। ਬਕਵਾਸ ਕਰਦੇ ਸੀ ਬਈ, ਉਸ ਵਕਤ ਤੇਰੀਆਂ ਅੱਖਾਂ ਆਪਸ ਚ ਨਹੀਂ ਮਿਲਦੀਆਂ ਸੀ, ਹੇਮਾ ਮਾਲਿਨੀ ਨਾਲ ਸਵਾਹ ਮਿਲਦੀਆਂ। ਤੁਸੀਂ ਬੰਦੇ ਹੋ ਕਿ ਜਨੌਰ, ਬਿਨਾਂ ਕੁੰਡੀ ਖੜਕਾਏ ਅੰਦਰ ਬੜੀ ਜਾਣ ਡੇ ਹੋ।
भैन जी असी तो चाहते हाँ तुहाडे घरे बिजली लगी होवे घंटी लगी होवे ते कुंडी खड़काउण दी सानू लोड ही ना पवे मैं कौन है ये एमएलए साहब ने जी कित्थों दे नहीं हैगे कित्थों दी नहीं है पर जितना इन्हां ने सीगा वो बस विरोधी पार्टी वाले थोड़ा धोखा करके जी ओके में ओ एदां जी इस बार जितन दी वारी तां सी साडी फिर पर विरोधी पार्टी वालेयां ने साडे नाल वारी नहीं पगाई ए साडी सिफारिश करन आया बस तुसी सानू पाले पाले नाल मिला दिओ पाले बाले ने नहीं मिलना ओ क्यों जी बाले दी तां पाकिस्तानों मरासन सहेली आई होई है ओ तां उहनू पहाड़ां ते घुमाण लेके गया होया ते पाला जी नूं ते मिल लिए पाला ते बिल्कुल ही नहीं मिल सकता उदा ते 7 बजे टाइम हो जांदा टलियां वजे लपंदियां ग्लासियां खड़कन लपंदियां हां वेलो हैगे पांडा शौक सारे राज महाराजा वाले ओ की कहंदे नहीं जी मैं थोड़ा प्रेशर पा रहा सी इना ते ओ जे दरबार च आई गए हो ते काम दसो की है काम ते नहीं है जी जे तुसी घरे बिजली लवा लो अपने ते बेचारी दी नौकरी बच जे ओ कैदां दा बंदा नाल ले आंदा ई ओए ओ जेड़ा इलेक्शनां च अपनी सीट नहीं बचा सका तेरी नौकरी सवा बचाऊगा ਕਿੱਥੇ ਯਾਰ ਬੇਇੱਜ਼ਤੀ ਕਰਾਉਣ ਲਿਆ ਹੈ ਤੂੰ ਸਰ ਸ਼ੁਕਰ ਕਰੋ ਤੁਸੀਂ ਹਲੇ ਹਾਰੇ ਹੋਏ ਹੋ ਜੇ ਕਿਤੇ ਜਿੱਤੇ ਹੁੰਦੇ ਤਾਂ ਹੋਰ ਬੇਇੱਜ਼ਤੀ ਮਹਿਸੂਸ ਹੋਣੀ ਆਓ ਚਲੀਏ ਓਏ ਗੱਲ ਸੁਣੋ ਓਏ ਓਏ ਸਤਿ ਸ਼੍ਰੀ ਅਕਾਲ ਤਾਂ ਬੁਲਾਉਂਦੇ ਜਾਓ ਲੈ ਇੱਕ ਤੇ ਹਾਰੇ ਹੋਏ ਲੀਡਰ ਨੂੰ ਸਿਫਾਰਿਸ਼ ਤੇ ਲੈ ਕੇ ਆਉਂਦਾ ਵਾਹ ਵਾਹ ਕਿਆਮਪੁਰੀ ਜੀ ਮਜ਼ਾ ਆ ਗਿਆ ਕਿਆ ਟੇਕ ਦਿੱਤਾ ਹੈ ਤੁਸੀਂ ਬਹਿ ਜਾ ਕਰਾਤੀ ਵਾਹ ਵਾਹ ਕਿਆ ਗੀਤ ਗਾਇਆ ਤੁਸੀਂ ਤਾਂ ਬਾਹਰ ਬੈਠੇ ਹੋ ਤੁਹਾਨੂੰ ਸਵਾ ਪਤਾ ਇਹ ਜੁੱਤਾ ਫਸ ਕਿਉਂ ਨਹੀਂ ਰਿਹਾ ਇਹ ਜੁੱਤੇ ਮੇਰੇ ਨੇ सॉरी आलो वाह वाह क्यामपुरी जी बैजा कराती तुसी वाह 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 करण क्यामपुरी जी ना चीज नु पम्मी पुरदा कहंदे थानू कौन नहीं जानदा जी बस सब तो पहला तो थानू तुहाडी एल्बम दी सक्सेस दी बहुत बहुत मुबारकबाद हुने हुने कनाडा दे टूर तो वापस आई हां मनना पएगा तुहाडी एल्बम ने ते उत्थे भी धुम्मा पा के रखी होईयां ने पम्मी जी थोड़े वर्गे मशहूर सिंगर दे मुंहों तारीफ दे दो लफ्ज़ भी मेरे लिए बड़े मायने रखते हैं सच कहां ते कैनेडा जो मैं पहली बारी तुहाडा गाना सुनिया सी ना दिल रो पिया मैं ते उदे ही डिसाइड कर लिया सी कि इंडिया वापस जांदे ही सब तो पहलो मैं इन्हां नूं मिलना ए ते मेरी खुशनसीबी है पर हले मैनू माफ करना मेरी कंपनी वाले नाल जरा मीटिंग है आपां फिर कदे मिलदे या श्योर कैरी ऑन सर जी मेरी खाई बजट दी हिंदी फिल्म है ओ च लो बजट दा पंजाबी गाना गा दियो आ की गल बनी देखो सर हुण इन्हां दीआं डेट्स साडी कंपनी कोल है हुणे तुहाडे लई गाना नहीं गा सकते बेटा मैं नोटां दा बैग लैके आया तुसी ऐदा करो ए नोटां दा बैग ले जाके किसे होर सिंगर नूं दवो सॉरी सर जी मेरी गल तां सुनो हेलो फोन मेरा है हैं हेलो हां जी भाई सत श्री अकाल जी भाजी खंबा बोल रहे हैं जी हाँ जी केड़े खंबे तो बोल रहे हो सर केड़े खंबे तो नहीं जी मैं लाइनमैन खंबा राम बोल रहा हूँ जी हाँ जी हाँ जी हाँ जी नाले बहुत बहुत मुबारक जी थानू तुहाडी एल्बम हिट होंदी है थैंक यू भाजी थैंक यू हाँ जी हाँ जी एक मिनट जय सर मैं गल करो यार करंट 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 हेलो हुण तां तुसी इंटरनेशनल स्टार बन गए हो हैं एडे वड्डे सिंगर दे घर बिजली ना होवे चंगा नहीं लगदा है मेरी गल मनो ना तां बिजली दा कनेक्शन लवा ही लो हाँ चलो ला दियो मैं बापू ते ताए नाल गल कर लांगा कोई नहीं मन गए यस यस सॉरी इधर आओ इधर चल छुट्टी करो मीटर ला दे करो करें ना चल छुट्टी करो छुट्टी करो ऑटोग्राफ देंदे हो अपने फैन वाल एक बारी वेखता लिया करो बिजली तू एथे माफ करी मैं तेनू वेख्या नहीं एक्सक्यूज मी करण तेनू तेरी एल्बम दी सक्सेस दिया लख लख बधाइयां दिल रो पिया इन्ना इन्ना वधिया ना तेनू सुझिया किवें वैसे तो जदों दिल रोंदा है ना बिजली सुझदा ते कुछ भी नहीं पर अनजाने विच दिल दे वलवले जुबान ते आई जांदे ने खैर तू मेरी छड़ तू अपनी दस तेरे उस समीर दोस्त दा की हाल है
मेरे पेरेंट्स दे नाल मेरा व्याह कराना चाहते ने। इतने बड़ी खुशी की गल है, तेनू भी मुबारक। पर करण तेनू पता है कि मैं तेनू दिलों प्यार किया है। की प्यार? प्यार? तू हंस रहे? मैं हंजुओं दे हड़वे च इन्ना डुब गया सी बिजली के अज मुद्दत बाद आसा है प्यार। करण अपा एक दूजे लई बने। तुसी सारी कुड़ियां ना इको जिया होंदियां, जिथे पैसा वेख्या बस बस उदे मगर। तू मैनू गलत समझ। मैं तेनू चंगी तरह समझ रहा है। तू मैनू धोखा दिता चल ठीक है, पर अपने उस अमीर दोस्त नू तो धोखा ना दे। लो जी बाला जी, तुहानू बहुत बहुत मुबारक, मीटर सी तुहाडा लाता। ओए चंगी तरह चेक कर भी लिया, मीटर चलता भी है कि नहीं। ओ सर चलूगा तो ताँ जे को बत्ती पखा चलूगा दे। ओ ना साडे घर कोई पखा है ना लाटी है, चलना की है ने मां दसे रिया, ला लो अपना मीटर सानू। ओ ना ना जी ना, तुसी फिकर ना करो, लाइटा दे पक्के सी लेने आ। मैं नहीं सोना पखे थले, मैनू तो एसी चाहिदा। हां माफ करना जी, मैं तो सुनया सी मरासिया नू ठंड बहुत लगदी है। ओ तैनू की होए, असी एसी दे पुठे पासे मंजी डालया करांगे, ओ जिधर नू सेक छड़दा। सर जिथे इनिया गल्ला मनिया, एसी दा भी कौड़ा कुट पारी लो। हां ओ कौड़े कुट तो याद आया, जे कौड़ा कुट भरने चलिया, एक बोतल ही फड़ी लियाई, रात नू लाटां दी खुशी मना लांगे। जगना दी घड़ी है, वेखी किते रंडी बोतल फड़ लिया, नाल मुर्गा जरूर लाया। इहदा मतलब है कि अज फुलके शुलके ना लावां। वेखी किते फुलकियां दे मक्खन ही ना लवा लियाई, अद्धा किलो दी ओदा ही चाकी फड़ लियाई, आपे ही लाई जावांगे। सर इहनां दी लिस्ट लंबी होई, हां जी फटाफट हाथ मलाओ ते निकलिए। हेलो, हाँ भी की प्रोग्रेस है? मीटर लाता साहब जी, ते कागजां च भी दिखाता कि मीटर पिछले 2 साल तो लग्या होया। वो 2 साल का बिल कितों दिखाओगे? सर जो 2 दिन बाद असी बिजली कटांगे, ते असी उन्होंने नाल ही ये भी पेनल्टी पा देनी कि इन्होंने 2 साल का बिल ही नहीं तारिया। हाँ जो आया ना हूँ पहाड़ के थले, तो आप ही एसी और पखियां ते मुर्गियां का खर्चा निकलिया ना जी। केड़े उठते मुर्गे? साहब जी ना ही पुछो, एवं शर्मिंदे होंगे जी। तू क्यों हंसा हो? हो सर वैसे ही अंदर चमचागिरी जी निकले ही जी। शट अप। थैंक यू सर। भेजो भाई। थैंक यू सर। सर दिस इज द प्रपोजल। गुड प्रपोजल। थैंक यू सर। नंबर है किस चीज का? सर साड़ी कंपनी रोपड़ च 50 मेगावाट का पावर प्लांट लाना चाहती है। लाओ जी जरूर लाओ, प्रपोजल चंगा है थोड़ा जी, सदके लाओ। सर अच्छी तां तां होएगी जे तुसी अप्रूवल दोगे। अप्रूव तो मैं कर दांगा, पर एक शर्त है, तुसी मेरे सन इन लॉ नू ना इस अपना पार्टनर ले लो। हां सर, तुहाडे सन इन लॉ नू कोई पावर प्लांट दा तजुर्बा? ओनू तजुर्बा है या नहीं है, पर मैनू लगदा तुहानू काम करवान दा कोई तजुर्बा नहीं है। नहीं नहीं सर, वैसे इट्स अ गुड सजेशन, बट मैनू फिर भी एक बारी मैनेजमेंट नाल गल करनी पवेगी। तो जाओ ना, करो मैनेजमेंट नाल गल, फिर आओ मेरे को। ठीक है सर, थैंक यू। लो जी मीटर तोड़ा देता जी काट कर, हैं? ऐ तोड़ा 2 साल का बिजली का बिल 80,000। आ हूँ बिल परोंगे तो कनेक्शन द्वारा लगेगा, ते जे नहीं परोंगे जुर्माना देना पड़ेगा, ते जे फिर भी नहीं परोंगे तो फिर मैडम जी तुसी अंदर भी हो सकते हैं। ना 2 दिन होए तेनु मीटर लाए, 2 साल का बिल कितों आ गया? ये तो हूँ ऑफिस जाके पता लगेगा। कोई नहीं, लगो जाके लाइन च। चलिए सर। जाना ही पैना, इन्होंने केड़ा मीटर कटन दे माल पुड़े खोने हैं। सर जी आशु जी ने। हाँ जी दसो। सर वी आर इंटरेस्टेड इन सेटिंग अप अ 50 मेगावाट पावर प्लांट इन द स्टेट। सर ओ भाई काका, पंजाबी च तेरा हाथ तंग है? सर की मतलब? मतलब काका जी, मंत्री जी दा अंग्रेजी च हाथ तंग है। मंत्री जी दा मतलब है पंजाबी साडी मां बोली है, पंजाबी च गल करो। सर असी ना इस सूबे च 50 मेगावाट दा पावर प्लांट लाना चाहते हैं। ए ते बड़ी चंगी गल है भाई, पंजाब नू ते पावर दी बड़ी लोड़ है। सर यही प्रपोजल मैं चेयरमैन सर नू भी दित्ती सी, ए उन्हां नू भी बड़ी पसंद आई, बट उन्हां दा कहना सी कि उन्हां दे सन इन लॉ नू इस च पार्टनर बना लो। ओए उन्हां नू कहन दे जो कहंदे ने, असी हथों हथ तुहाडी सारी फॉर्मेलिटीज पूरी करवा देंगे, तो तुहानू सानू सारे लोगों नू पावर दी सख्त लोड़ है। बिल्कुल सर, यही गल कही अफसर समझ दे नी। ओ सब समझ जान गए, बस तुसी मेरा हिस्सा रख लेना। हिस्सा? हाँ, मेरे ब्रदर इन लॉ नू अपना पार्टनर बना लेना।
ਸਰ ਇਟਸ ਅ ਗੁੱਡ ਸੁਜੈਸ਼ਨ ਬਟ ਮੈਨੂੰ ਫੇਰ ਵੀ ਇੱਕ ਵਾਰੀ ਮੈਨੇਜਮੈਂਟ ਨਾਲ ਗੱਲ ਕਰਨੀ ਪਵੇਗੀ ਵੇਖੋ ਜੀ ਅਗਲਾ ਪਹਿਲੇ ਕਰਕੇ ਲਿਆਇਆ ਕਰੋ ਨਾ ਜਾਂ ਐਸੇ ਬੰਦੇ ਨੂੰ ਨਾ ਲਿਆਇਆ ਕਰੋ ਜਿਨ੍ਹਾਂ ਨੇ ਫੈਸਲਾ ਕਰਨਾ ਹੋਵੇ ਉਹ ਤਦੇ ਤੇ ਸਾਡੇ ਮੁਲਕ 'ਚ ਸਾਰੇ ਪ੍ਰੋਜੈਕਟ ਲੇਟ ਹੋ ਜਾਂਦੇ ਨੇ ਕਿਉਂ ਜੀ ਬਿਲਕੁਲ ਠੀਕ ਹੈ ਸਰ ਥੈਂਕ ਯੂ ਸਰ ਰਿਪੋਰਟ ਆ ਗਈ ਤੁਹਾਡੇ ਹਲਕੇ 'ਚ ਹਰ ਘਰ 'ਚ ਬਿਜਲੀ ਦਾ ਕਨੈਕਸ਼ਨ ਹੈ ਅੱਛਾ ਵੈਰੀ ਗੁੱਡ ਵੈਰੀ ਗੁੱਡ ਪਰ ਸਰ ਉਹ ਜਿਹੜਾ ਕਿਆਮਪੁਰ 'ਚ ਮਰਾਸੀਆਂ ਦਾ ਘਰ ਹੈ ਨਾ ਉਹਨਾਂ ਨੇ ਬਿਜਲੀ ਦਾ ਕਨੈਕਸ਼ਨ ਨਹੀਂ ਲਵਾਇਆ ਉਹੀ ਮਰਾਸੀਆਂ ਨੇ ਨਾ ਜਿਹਨਾਂ ਦੇ ਮੁੰਡੇ ਕਰਨ ਕਿਆਮਪੁਰੀਆ ਦੀ ਅੱਜ ਕੱਲ੍ਹ ਬੜੀ ਗੁੱਡੀ ਚੜੀ ਹੋਈ ਹਾਂਜੀ ਉਹੀ ਹੈ ਸਰ ਉਹੀ ਹੈ ਓਏ ਘਰ ਪਿੱਛੇ ਅਸੀਂ ਇਲੈਕਸ਼ਨ 'ਚ ਦਾਅਵਾ ਕਰਨ ਜੋਗੇ ਨਹੀਂ ਰਹਾਂਗੇ ਕਿ ਸਾਡੇ ਇਲਾਕੇ 'ਚ ਕੋਈ ਵੀ ਕਾਰ ਬਿਜਲੀ ਦੇ ਬਗੈਰ ਨਹੀਂ ਹੈ ਪਰ ਸਰ ਸੁਣਨ ਵਿੱਚ ਇਹ ਆਇਆ ਬਈ ਕਿਸੇ ਤਰੀਕੇ ਨਾਲ ਨਾ ਮਨ ਬਣਾ ਕੇ ਇਹਨਾਂ ਨੇ ਬਿਜਲੀ ਦਾ ਕਨੈਕਸ਼ਨ ਲਵਾ ਲਿਆ ਸੀ ਪਰ ਪਤਾ ਨਹੀਂ ਚੇਅਰਮੈਨ ਸਾਹਿਬ ਨੇ ਕਿਉਂ ਕਟਵਾਤਾ ਚੇਅਰਮੈਨ ਮੇਰੇ ਵੱਲੇ ਕਹੋ ਕਿ ਐਡੇ ਵੱਡੇ ਸਿੰਗਰ ਦੀ ਬਿਜਲੀ ਕਟਵਾ ਦੇਣਾ ਵੈਸੇ ਹੀ ਆਪਣੇ ਮਹਿਕਮੇ ਲਈ ਬਹੁਤ ਵੱਡੀ ਬੇਇੱਜ਼ਤੀ ਹੈ ਹਾਂ ਬਿਲਕੁਲ ਮੈਂ ਹੁਣੇ ਕਹਿ ਦੇਣਾ ਸਰ ਓਕੇ ਸਰ ਚੇਅਰਮੈਨ ਚੇਅਰਮੈਨ ਆਪਣੀ ਟੰਗ ਖਾਬ ਹਾਂ ਅੰਦਰ ਅੰਦਰ ਇੱਕ ਮਿੰਟ ਲਓ ਸਰ ਹੈਲੋ ਥੈਂਕ ਯੂ ਸਰ ਸਰ ਜਦੋਂ ਦੇ ਤੁਸੀਂ ਚੇਅਰਮੈਨ ਬਣੇ ਹੋ ਜੀ ਪੂਰੇ ਪੰਜਾਬ ਦੇ ਵਿੱਚ ਜਗਮਗ 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 ਹੋਈ ਪਈ ਹੈ ਜੀ ਮੈਨੂੰ ਤਾਂ ਦੇਖਦੇ ਨਹੀਂ ਮੈਨੂੰ ਚਮਚਾਗਿਰੀ ਪਸੰਦ ਹੈ ਪਰ ਇਹ ਨਹੀਂ ਹੈ ਭਾਈ ਆਪਣੇ ਮਹਿਕਮੇ ਦਾ ਕੀ ਹਾਲ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕੰਮ ਦੀ ਗੱਲ ਕਰੋ ਸਰ ਤੁਹਾਡੇ ਹੁਕਮ ਮੁਤਾਬਕ ਮਰਾਸੀਆਂ ਦਾ ਕਨੈਕਸ਼ਨ ਵੀ ਕੱਟਤਾ ਅਤੇ ਉਹਨਾਂ ਨੂੰ ਠੋਕ ਕੇ ਜੁਰਮਾਨਾ ਵੀ ਲਾਤਾ ਬੜਾ ਹੀ ਬੇਵਕੂਫ ਉਹ ਤਾਂ ਸਰ ਮਰਾਸੀ ਹੈ ਹੀ ਬੜੇ ਬੇਵਕੂਫ ਮੈਂ ਤੁਹਾਡੀ ਗੱਲ ਕਰ ਰਿਹਾ ਤੇ ਕੀ ਬੇਵਕੂਫ ਵਾਲਾ ਕੰਮ ਕੀਤਾ ਤੁਸੀਂ ਉਹ ਮੰਤਰੀ ਜੀ ਦਾ ਹੁਕਮ ਹੈ ਕਿ ਰਾਤੋ ਰਾਤ ਉਹਨਾਂ ਨੂੰ ਬਿਜਲੀ ਦਿੱਤੀ ਜਾਵੇ ਤੇ ਕੀ ਕਰੋ ਤੁਸੀਂ ਮੈਂ ਚੱਲਿਆ ਜੀ ਕਿੱਥੇ ਪਾਗਲਖਾਨੇ ਬਿਜਲੀ ਲਵਾਉਣ ਤੁਸੀਂ ਚੱਲਣਾ ਚੇਅਰਮੈਨ ਸਾਹਿਬ ਮੇਰੇ ਵੀ ਬਿਜਲੀ ਲਾ ਦਿਓ ਗਿਆ ਨਾ ਲਵਾਉਣ ਤੁਸੀਂ ਵੀ ਨਾਲ ਚਲੇ ਜਾਓ ਸਰ ਮੈਂ ਆਪਣੀ ਫੈਕਟਰੀ ਦੀ ਗੱਲ ਕਰ ਰਿਹਾ ਮੈਂ ਤਾਂ ਵੜ ਗਿਆ ਤਾਂ ਭਾਂਡੇ 'ਚ ਤੇਰੀ ਫੈਕਟਰੀ ਨੂੰ ਘੰਟੀ ਵੀ ਨਾਲ ਲੈ ਗਿਆ ਹੁਣ ਵਜਾਵਾਂ ਕੀ ਉਹ ਵੀ ਪਾਲਾ ਸਿਆਂ ਸਰਕਾਰੇ ਦਰਬਾਰੇ ਤੁਹਾਡੀ ਇੰਨੀ ਚੱਲਦੀ ਹੈ ਯਾਰ ਉਹ ਪਿੰਡ ਦਾ ਕੋਈ ਫਾਇਦਾ ਹੀ ਕਰਵਾ ਦਿਓ ਮੰਤਰੀ ਹੋਰਾਂ ਨੂੰ ਕਹਿ ਕੇ ਪਿੰਡ ਦੀ ਸੜਕ ਹੀ ਚੌੜੀ ਕਰਾ ਦਿਓ ਯਾਰ ਉਹ ਸਰਪੰਚ ਆ ਤੂੰ ਸੜਕ ਚੌੜੀ ਕਰਾਉਣ ਦੀ ਜਗ੍ਹਾ ਆਪਣੀ ਜਨਾਨੀ ਗਾਣੀ ਪਤਲੀ ਕਰਵਾ ਲੈਂਦਾ ਯਾਰ ਉਹ ਸੜਕ ਤੇ ਐਂ ਤੁਰਦੀ ਹੈ ਜਿਵੇਂ ਤੂੜੀ ਵਾਲੀ ਟਰਾਲੀ ਓਏ ਬੱਸ ਕਰ ਓ ਕਿਉਂ ਸਰਪੰਚ ਨੂੰ ਸ਼ਰਮਿੰਦਾ ਕਰਨ ਦਿਆਂ ਨਾਲੇ ਸਰਪੰਚ ਨਹੀਂ ਦਾ ਤੂੜੀ ਵਾਲੀ ਟਰਾਲੀ ਨਾਲ ਕੀ ਮੁਕਾਬਲਾ ਸੁੱਖ ਨਾਲ ਤੂੜੀ ਵਾਲੀ ਟਰਾਲੀ ਤੇ ਸੋਹਣੀ ਇੰਨੀ ਹੁੰਦੀ ਹੈ ਜਿਹੜਾ ਖੜਾ ਅਰਦਾਸ ਕਰਦਾ ਕਿ ਹੇ ਸੱਚਿਆ ਪਾਤਸ਼ਾਹ ਜਿੱਦਣ ਟਰਾਲੀ ਉੱਲਰੇ ਸਾਡੇ ਵਾਲੀ ਉੱਲਰੇ ਓ ਬੱਸ ਕਰ ਓਏ ਨਾਲੇ ਸਰਪੰਚ ਸਾਹਿਬ ਦਾ ਨਹੀਂ ਸਾਰੇ ਪਿੰਡ ਦਾ ਮਸਲਾ ਹੈ ਕਿ ਸੜਕ ਚੌੜੀ ਹੋਣੀ ਚਾਹੀਦੀ ਹੈ ਤਾਂ ਸੜਕ ਚੌੜੀ ਤਾਂ ਹੀ ਹੋਣਾ ਜੇ ਤੁਸੀਂ ਮੰਤਰੀ ਸਾਹਿਬ ਨੂੰ ਕਹੋਗੇ ਤਾਂ ਸਹੀ ਗੱਲ ਵੀਰਪਾਲ ਨੇ ਜੇ ਆਪਣੇ ਕਹਿਣ ਨਾਲ ਪਿੰਡ ਦਾ ਕੁਝ ਸਮਝਦਾ ਹੈ ਤੇ ਆਹਾਂ ਦਾ ਕੀ ਕਰਦਾ ਹੈ ਚਲੋ ਕਹਿ ਦਿੰਨੇ ਆ ਚੱਲੀਏ ਚੱਲੀਏ ਤਾਂ ਵੇਲੇ ਚੰਗਾ ਵੇ ਸਾਡੇ ਵੱਲੋਂ ਪਾਲਾ ਬਾਲਾ ਜੀ ਨੂੰ ਧੰਨਵਾਦ ਕਹਿਣਾ ਉਹਨਾਂ ਦੀ ਸਿਫਾਰਿਸ਼ ਨਾਲ ਮੇਰੀ ਬੇਟੀ ਦੀ ਐਡਮਿਸ਼ਨ ਕਨਵੈਂਟ ਸਕੂਲ 'ਚ ਹੋਈ ਹੈ ਬਹੁਤ ਬਹੁਤ ਥੈਂਕ ਯੂ ਜੀ ਵੈਰੀ ਮੱਚ ਆਹ ਬੜਾ ਚੰਗਾ ਕੀਤਾ ਜਿਹੜਾ ਤੁਸੀਂ ਡੱਬਾ ਲੈ ਆਂਦਾ ਵੈਸੇ ਤੁਸੀਂ ਦੁੱਧ ਸ਼ੁੱਧ ਪੀਂਦੇ ਸਾਡੀ ਮੱਝ ਅੱਜ ਜਿਹੜਾ ਪਿਕਨਿਕ ਗਈ ਹੈ ਫੇਰ ਕਿਸੇ ਦਿਨ ਜੀ ਚਲੋ ਠੀਕ ਹੈ ਜੀ ਕਮਾਲ ਹੈ ਤੁਹਾਡੇ ਲੋਕਾਂ ਦੇ ਘਰ ਤਾਂ ਜਿਹੜਾ ਵੀ ਆਉਂਦਾ ਬਾਲੇ ਬਾਲੇ ਦੇ ਕਹਿਣ ਤੇ ਉਹਦਾ ਕੰਮ ਹੋ ਜਾਂਦਾ ਰਾਨ ਹੁਣ ਮੈਂ ਆਮ ਲੇਡੀ ਥੋੜੀ ਨਾ ਮੈਂ ਤਾਂ ਹੋ ਗਈ ਹਾਂ ਹੁਣ ਵੀਆਈਪਣ ਵੀਆਈਪਣ ਮੈਂ ਜੇ ਪਾਲਾ ਵੀਆਈਪੀ ਤਾਂ ਮੈਂ ਆਪਣੇ ਆਪ ਵੀਆਈਪਣ ਤੁਹਾਡੇ ਲੋਕਾਂ ਦੀ ਤਾਂ ਪਾਵਰ ਹੈ ਬਹੁਤ ਹੈ ਰਾਣੋ ਮੇਰਾ ਦਿਲ ਪਤਾ ਕੀ ਕਰਦਾ ਮੇਰਾ ਦਿਲ ਕਰਦਾ ਕਿ ਘਰ ਦੇ ਬਾਹਰ ਵੱਡਾ ਵੱਡਾ ਲਿਖਾ ਛੱਡਾਂ ਪਾਵਰ ਹਾਊਸ ਤੇ ਮੈਂ ਘਰ ਵਿੱਚ ਸ਼ਾਮ 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 ਤੁਰਦੀ ਫਿਰਾਂ ਜਿੱਦਾਂ ਮੰਤਰੀ ਦੀ ਵੋਟੀ ਆਓ ਜੀ ਸੋਹਣਿਓ ਬੈਠੋ ਜੀ ਬਿਜਲੀ ਜਦੋਂ ਤੂੰ ਮੇਰੇ ਕੋਲ ਨਹੀਂ ਹੁੰਦੀ ਮੇਰੇ ਦਿਲ 'ਚ ਟੋਟਲ ਹਨੇਰਾ ਹੁੰਦਾ ਆਸ਼ੂ ਤੂੰ ਮੇਰੇ ਤੋਂ ਬਿਨਾਂ ਪੁੱਛੇ ਆਪਣੇ ਪੇਰੈਂਟਸ ਨੂੰ ਮੇਰੇ ਘਰ ਕਿਉਂ ਭੇਜਿਆ ਮੈਂ ਕੋਈ ਗੈਰ ਕਾਨੂੰਨੀ ਕੰਮ ਥੋੜ੍ਹੀ ਨਾ ਕੀਤਾ ਮੇਰੇ ਪੇਰੈਂਟਸ ਨੇ ਬੜੀ ਇੱਜ਼ਤ ਨਾਲ ਤੇਰਾ ਰਿਸ਼ਤਾ ਮੰਗਿਆ ਤੇ ਤੇਰੇ ਪੇਰੈਂਟਸ ਮੰਨ ਵੀ ਗਏ ਨੇ ਤੇ ਤੂੰ ਵੀ ਤਾਂ ਇਹ ਚਾਹੁੰਦੀ ਸੀ ਤੈਨੂੰ ਕਿਹਨੇ ਕਿਹਾ ਮੈਂ ਚਾਹੁੰਦੀ ਸੀ
तू मजाक कर रही है? Are you kidding me? ओ गल नहीं आशु, मैं तेनू नहीं समझा सकती की गल है। मतलब तू मेरे नाल सिर्फ टाइम पास ही कर रही थी? ये सब कुछ बहुत गलत हो गया। देख बिजली, मैं तेनू बड़े सच्चे दिलो प्यार किया है, ते तेनू पान वास्ते मैं आखिरी दम तक पूरी कोशिश करूंगा, चाहे जो मर्जी हो जाए। यस सर। ओ भाई, चीफ इंजीनियर मिस्टर जैन ने 10:30 बजे आना सी, हुण तक नहीं आए। हाँ सर, उन्होंने मैसेज आ गया सी कि वो 1 घंटा लेट आणगे। क्यों? सर पावर हाउस गए हैं ना मत्था टेकण। पावर हाउस? केड़ा पावर हाउस? सर तुहानू नहीं पता, सर वो पाले बाले ने अपने घर का नाम पावर हाउस रख लिया। दूरों दूरों लोग आते हैं सर उत्थे अपने काम कढ़ाण पाले बाले कोल। पाले बाले कोल? ओ यार, पाले बाले की खासियत यह आ कि काम तो सब का करा आते ने भावें पैसे लैके। ओ यार, पैसे कि उन्होंने आप रखने होंगे, उपरी देने होंगे, पर फर्क इन्ना का बेइज्जती आप कर देंगे ने। भाई साहब लाइन च। पिछे हटो पिछे। सत्याकाल मैडम, ओए ठहरो। मैडम मैं चीफ इंजीनियर हां। ला चीफ इंजीनियर होएगा तू अपने घर, साडे अगे पिछे ता जेई फिर देने तो चीज ही की है। मैडम चीफ इंजीनियर जेई तो वड्डा हुंदा है। ला तू हुन लाइनमैन तो भी वड्डा हो गया। मैडम तुहानू की समझावा, तुसी ए दसो पाला बाला जी अंदर ने? ना फिटे मुंह तू अंदर, तेरे खानदान अंदर। मैडम मेरा मतलब है कि घर दे अंदर ने। सीएम साहब दी अपनी कोठी है जां मल्ली है इन्हां ने? मैनूं तां लगदा तेरी अकल चली है। ओए छड्ड ओए, हेलो सीएम साहब आ गए। वाह जी वाह, 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 आ गए मोतियां वाले, सत श्री अकाल जी, आ गए कोठियां वाले, सत श्री अकाल। ओ भाग लगे रहे, सत श्री अकाल जी, आला जोगड़ा साहब, वाली गड्डियां भजदियां ने। ओ कोठियां सलामत रहण, सत श्री अकाल जी, सत श्री अकाल। सीएम साहब, ए पाला दे बाला ने इन्हां दा जिक्र कीता सी ना तुहाडे नाल, हां जी, इन्हां ने अपने घर दा नाम ही पावर हाउस रख्या। ए पावर हाउस वाला आइडिया बहुत वधिया है। मैं इत्थे कहना चोपड़ा साहब, सानू ना पंजाब दे हर जिले दे हर कस्बे विच इदां दे छोटे छोटे पावर हाउस बना लेने चाहिए है। इहदे नाल पाले ते बाले वर्गे बंदे सानू पावर दवाई जाणगे, समझ गए ना? इहदा दा मतलब है सानू वोटां दवाणगे। भरा पाले, अहीं किवें वोटां दवाउणियां? ओ सरदारा, ओ साडे कोलों कितें बूथां ते कब्जा कराण दी तां नहीं सोची जाण दिया? ਰੱਬ ਝੂਠੀ ਬਲਾਵੇ, ਸਾਡੇ ਕੋਲੋਂ ਕਲੋਨੀਆਂ 'ਚ ਘਰ ਘਰ ਜਾ ਕੇ ਸ਼ਰਾਬ ਦੀਆਂ ਬੋਤਲਾਂ ਨਹੀਂ ਵੰਡਾਉਣੀਆਂ। ਬਈ ਵੰਡਾਂਗੇ ਤੇ ਤਾਂ ਜੇ ਬਚਣਗੀਆਂ ਨਾ। ਸ਼ਰਾਬ ਪੀ ਕੇ ਤੇ ਸਾਡੇ ਗੋਡਿਆਂ ਤੱਕ ਊਂ ਲਾਲ ਟਪਕ ਪੈਂਦੀ। ਸੀਐਮ ਸਾਹਿਬ ਦਾ ਮਤਲਬ ਹੈ ਕਿ ਅਸੀਂ ਤੁਹਾਡੇ ਕਹਿਣ ਤੇ ਤੁਹਾਡੇ ਇਲਾਕੇ ਦੇ ਹਰ ਆਦਮੀ ਦਾ ਕੰਮ ਕਰਵਾਉਂਦੇ ਜਾਵਾਂਗੇ। ਬਸ ਤੁਹਾਡਾ ਕਹਿ ਮੈਨੇ ਹੀ ਹੈ ਕਿ ਤੁਸੀਂ ਸਾਡੀ ਪਾਰਟੀ ਦੇ ਗੁਣ ਗਾਏ ਜੋ ਔਰ ਵਿਰੋਧੀ ਪਾਰਟੀ ਨੂੰ ਵੱਡੀ ਜੋ। ਆ ਵਜ਼ੀਰਾ, ਵਿਰੋਧੀਆਂ ਨੂੰ ਭੰਡਣ ਵਾਲਾ ਕੰਮ ਨਹੀਂ ਸਾਥ ਹੋਣਾ। ਬਾਕੀ ਜਿਹੜੇ ਕੰਮ ਕਰਦੇ ਆ ਫਿਰ 10 ਸਾਲ ਵਾਸਤੇ ਵੀ ਟਿਕ ਜਾਂਦੇ ਆ, ਜੇ ਤੁਸੀਂ ਟਿਕ ਗਏ ਤਾਂ ਸਾਡੇ ਵਰਗੇ ਚਮਚੇ ਤਾਂ ਫਿਰ ਆਪੇ ਟਿਕ ਗਏ ਨਾ। ਮੈਂ ਸੁਣਿਆ ਤੁਹਾਡੇ ਕਾਕੇ ਕਿਆਮਪੁਰੀ ਦੀ ਬੜੀ ਗੁੱਡੀ ਚੜੀ, ਉਹਨੂੰ ਆਖੋ ਸਾਡੀ ਪਾਰਟੀ ਜੁਆਇਨ ਕਰ ਲੈ, ਰਾਜ ਗਾਇਕ ਬਣਾ ਦੇਵਾਂਗੇ। ਉਹ ਰਹਿਣ ਦੇ ਸਰਦਾਰਾ, ਉਹ ਕਿਤੇ ਗਾਣ ਤੋਂ ਹੀ ਨਾ ਜਾਏ। ਓਏ ਬਸ ਕਰ, ਉਹ ਇੰਨਾ ਸੱਚ ਵੀ ਨਹੀਂ ਬੋਲੀਦਾ। ਹੋਰ ਸੇਵਾ ਦੱਸੋ ਫਿਰ। ਆ ਮੋਤੀਆਂ ਵਾਲਿਓ, ਇੱਕ ਗੁਜ਼ਾਰਿਸ਼ ਹੈ, ਅਸੀਂ ਤੇ ਘਰੋਂ ਆਪਣੇ ਸੂਟ ਕੇਸ ਜਲਦੀ ਜਲਦੀ ਚੱਕ ਲਿਆ ਕਰੋ, ਅਸੀਂ ਗਰੀਬਾਂ ਨੇ ਰਾਤ ਨੂੰ ਮੰਜੇ ਡਾ ਕੇ ਸੌਣਾ ਵੀ ਹੁੰਦਾ। ਓ ਬਸ ਕਰ ਓਏ, ਆਪਾਂ ਕੋਠੇ ਤੇ ਸੌ ਜਾ ਕਰਾਂਗੇ। ਅੱਛਾ ਅੱਛਾ, ਤੁਸੀਂ ਚੱਲੋ, ਬਾਕੀ ਲੋਕਾਂ ਨੇ ਮਿਲਣਾ। ਵਾਹ ਜੀ ਵਾਹ, ਓ ਕਰਦੇ ਠਾ, ਬਰਕਤਾਂ ਬਣੀਆਂ ਰਹਿਣ, ਓ ਝੰਡੀ ਵਾਲੀ ਗੱਡੀਆਂ ਭਜਦੀਆਂ ਰਹਿਣ, ਓਏ ਤੇ ਸਕੋਟੀ ਬਣੀ ਰਹੇ ਓਏ। ਓ ਇੱਕ ਇੱਕ ਕਰਕੇ ਪਰੌਠੇ ਲਿਆਉਂਦੀ, ਤੂੰ ਤਾਂ ਬਸ ਫਾਈ ਵੱਢਦੀ ਆ। ਪਰ ਵੱਢਦੀ ਤਾਂ ਪਿਆਰ ਨਾਲ ਹੀ ਆ ਨਾ। ਬਿਜਲੀ ਬੇਟਾ, ਮੁੰਡੇ ਵਾਲਿਆਂ ਨੇ ਵਿਆਹ ਦੀ ਤਰੀਕ ਪੱਕੀ ਕਰ ਲਈ ਹੈ, ਹੁਣ ਤੂੰ ਦੱਸ ਅਸੀਂ ਰਾਇਲ ਪੈਲੇਸ ਕਰੀਏ ਜਾਂ ਨੀਲ ਕਮਲ। ਮੰਮਾ, ਮੈਨੂੰ ਛੇਤੀ ਵਿਆਹ ਨਹੀਂ ਕਰਾਉਣਾ। ਨਾ ਨਾ ਬੇਟਾ, ਇਹੋ ਜਿਹੇ ਕੰਮਾਂ 'ਚ ਦੇਰ ਨਹੀਂ ਕਰੀਦੀ, 100 ਭਾਂਜੀਆਂ ਮਾਰਨ ਵਾਲੇ ਹੁੰਦੇ ਨੇ। ਮੰਮਾ, ਤੁਸੀਂ ਇੱਕ ਵਾਰੀ ਮੇਰੀ ਮਰਜ਼ੀ ਪੁੱਛੋਗੇ ਵੀ ਨਹੀਂ? ਬਿਜਲੀ, ਸਾਨੂੰ ਪਤਾ ਤੇਰੀ ਬਿਹਤਰੀ ਕਿਸ ਵਿੱਚ ਹੈ, ਉਹ ਇੰਨੇ ਚੰਗੇ ਰਿਸ਼ਤੇ ਦੀ ਆਸਾਨੀ ਨਾਲ ਨਹੀਂ ਮਿਲਦੇ। ਯਾਰ ਬਿਜਲੀ, ਤੂੰ ਫਿਕਰ ਨਾ ਕਰ, ਮੈਂ ਕਰੰਟ ਨੂੰ ਮਿਲ ਕੇ ਸਾਰੀ ਗਲਤ ਫਹਿਮੀ ਦੂਰ ਕਰਦੀ ਹਾਂ। ਲੇਟਰ ਔਨ
यार मजाक मजाक च तो मैं अपना ही प्यार गवाता। पर यार आपा तो सब कुछ बेहतरीन लिए किता सी ना, आपा जान बुझ के उन्हें सदमा दिता ताकि वो किसे काम लग जे, ओदी जिंदगी बन जे। ओदी ता जिंदगी बन गई पर मेरी रुल गई। यार देख हुन तू एवं टेरी नटा, हौसला तो रख। काटो आज वो स्टार है, एक तो एक वध कुड़िया ने ओदे पीछे। यार देख बिजली चाहे जो भी है पर अज भी सिर्फ और सिर्फ तेनू ही प्यार करता होना है, समझी तू? ते हुन तू फिकर ना कर, मैं उन्हें गल करके आवांगी। ठीक है की है सर? तो आड़े हाथ चाहे तो अनुपाता होना। मेरा 4 लाख का बिल आ गया। फिर बिजली कट पुक्या करो। पिछले 6 महीने तो मेरा कनेक्शन कटे होया, तुसी बिजली तां दी नहीं, बिल क्यों आ गया? ओ फिर की हो गया? जे बिल आ गया तो हौली हौली बिजली भी आ जूगी। कंप्यूटर दी कोई छोटी मोटी गलती होनी है, बाद च एडजस्ट कर लांगे। तुसी बिल भरो। मैनू तो बांटते ना चंगी तरह बांटने च, मैं क्यों बिल भरा? मैं तो तुहाडे फायदे की गल कर रहा हाँ भाई, अज बिल भरन की लैन बड़ी छोटी है। मेरी गड्डी च पेट्रोल घट है, ये तो टैंकी फुल करा ली। लैजो 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 छेती। सर 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 की हुआ? की हुआ सर? सर ठीक हो? ठीक हो सर? ठीक है, छोड़ दो छोड़ दो, मैंने छोड़ दो। सर ठीक है सर? की हुआ? पानी लेके पानी। सर सर ठीक हो? तुसी सर सर उगे सनतकार थालियां दे बादशाह सुरजीत सिंह अज दोपहरे दिल का दौरा पैण करके चल बसे। ये दिल का दौरा उन्होंने उस वक्त पिया जदों उन्होंने घर बिजली का बिल 6 लाख रुपए का आ गया, हालांकि उन्होंने बिजली 4 महीने का कट्टी हुई थी। माफ करना, इलाके के उद्दे सनत तारा ने बिजली महकमे के विरुद्ध रोस जाहिर किया। सर तुहाडे खिलाफ नारे ला रहे ने। पता मैनू उनकी मिठाई वंडा, बंद कराओ इनू। सर केबल वाले ने बिजली ना कट दी। मैं जिन्नी बार भी तुहाडा कोई नवा गीत सुनती हाँ ना, मैं तुहाडी होर भी ज़्यादा कायल हो जाती हाँ, पता नहीं क्यों, पर तुहाडे इस दर्द विच पूरी तरह डुबण नूं दिल करदा। कामपुरी जी तुहानूं पता ही नहीं है मैं तुहाडी किन्नी वड्डी फैन हाँ। वैसे सच दसा पम्मी, मैं भी जदों 4 साल पहला तेरा पहली बार गाना सुनिया सी ना, एकदम इश्क जिहा हो गया। की क्या मर जावा गुड़ खा के दिल खुश कर दिता। ओ गॉड। मैं कभी सपने च भी नहीं सी सोचा कि मैं तुहाडे ने नेड़े आ जाऊंगी। जिसम नेड़े आने नाल रूहां नेड़े नहीं आ जांदियां पम्मी, नेड़े तो हुण मेरे कोई भी नहीं आ सकदा, उस बेवफा दी जगह कोई नहीं ले सकदा। तेनू तेनू शिव दा गाना याद है कि जाच मैनू आ गई है गम खान दी, हौले हौले रोके दिल पर जान दी। ठीक सी हुन हुनो हुनो स्टार है ते ओदे अग्गे पीछे कुड़ियां दी डार है, पर ओ तां छड़
तेरी गल हुई उहदे नाल? जब मैं उहनूं किसे होर दी बाह च वेख्या ना, मेरा तां गल करन दा हौसला ही नहीं पिया। बिजली लग रहा है? बहुत वधिया लग रहा है बेटा, बहुत वधिया। बुधवार? एक मिनट जी, हाई कमांड नो पुछला जी, बुधवार करे ने? बुध कम सुध जी, हाँ करो तुसी। हाँ जी ठीक है जी, फिर बुधवार फाइनल है, बाकी मिलके गल करते हैं। ओके जी। लो आई गया। ओ आवे आशु, ओ आजा आजा, आवे जफी पा, ओ मंगनी फिक्स करती है तेरी बुधवार नू। मानो नहीं हक करेगा। वाह भाई वाह भाई वाह, बड़ा जशन होएगा। इलाके का टॉप का सिंगर बुलावांगे ते रज के पंगड़े पावांगे। टिंग लक लक टिंग लक लक लक। ओ जजमाना ही ते एक छोटे जे काम आए सी। ए है बीबी फकीर कौर, इन्हां दा घर वाला सरदार सुरजीत सिंह शहीद थालियां वाला। ए कड़ी दिन ते शहीद होए सी। ओ वजीर साहब अपने बिजली महकमे नाल कनेक्शन दी जंग लड़दा लड़दा शहीद होया ही। पर उन्हां नूं ते दिल दा दौरा पिया सी ना, क्यों हो रिहा? बिल्कुल ठीक कह रहे हो सर, इधर टीवी ते भी आया सी, अखबार च भी छपिया सी। ओ दिल दा दौरा कड़ा उन्हें भूतां दी फिल्म देख के पिया हीगा। ओ तेरे महकमे दे बंदे तक तक के पिया ही। ओ केड़ा भूतां तो घट ने, जगह जगह देख लिया कर। अच्छा चलो, मैं की सेवा कर सकना? ओ वजीरा, जदों अहां दी सेवा दा मौका सी उदों तां तूं कीती नहीं। घटो घट गरीबड़ी नूं 5-7 लख रुपया मुआवजा दे के पुन खट छड़। नहीं तो शहीद दी आत्मा सारी जिंदगी तेरे कन्ना दे कोल थालियां खड़काई जाऊ। उत्तो गिलासां दा खड़का लग, नित नवां डीजे वजिया करू। ठक 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 छी। देखो भाई, जे ते महकमे दी गलती नाल ही है बिजली दे करण नाल मरिया हुंदा तां मैं मुआवजा दवा दिंदा। पर मोतियां वाले, जदों आखरी वक्त तेरे दिल दी धड़कन बंद हुई, ओ तेरे महकमे ते बंद मीटर वाली ता वेखण डिया सी, क्यों भी बल्ले? ओ बल्ले, जे किते चलदे मीटर दी तारां नूं हथ ला के मरिया हुंदा ना, इहदे महकमे दी ता बल्ले बल्ले हो जाणी सी। वाह जी वाह, क्या सीन होणा सी। मैं समझिया नहीं। ओ सब ने यही क्या करना है कि पंजाब दे विच एडी फालतू बिजली है कि लोकी तारां नाल चंबड़ चंबड़ के मरण डए ने। मैं क्या सरदार है, इत्थे तक जे तेरे हलके दे विच कोई हलके मरदा है जे नाल मरदा दवे नाल मरदा, उल्टा तुहानू रौला पाउणा चाहीदा। नहीं जी नहीं, इह तां बिजली दे करंट नाल मरिया, बिजली नाल मरिया। ओ मैं क्या सरदारा, एक बार मुआवजा दे के तां वेख, जनानियां ने आप अरदासा करिया करनियां कि जे साडा घर वाला मरे, ओ रब्बा ओ बिजली नाल ही मरे। ओ बस कर, लगदा गल पल्ले पै गई। भाई ठीक है। पीए साहब, चेयरमैन नूं कह के ना एक वड्डा सारा पब्लिक फंक्शन रखवाओ, उस फंक्शन च मेरे हथों बीबी नूं 5 लाख रुपया दो। वाह क्या बात है क्यामपुरी जी, क्या बात है पम्मी जी, क्या शॉट दिता है तुसी। बैजा बैजा कराती, सिट डाउन हो गई। बैकअप। यो आई एम सो एक्साइटेड। पता है व्याह दा सीजन आ गया और शो इतने ज्यादा बुक हो चुके ने, मैं लगदा हुण सानू कुछ नवे बीट सॉन्ग तैयार करने चाहिए शोज लई। क्यों आ पम्मी, तो अपने नाल गाण लई हुण कोई होर लभ ले। ए किदां दा मजाक है? एक मिनट, तुसी मेरी आवाज़ तो खुश नहीं हो। कले नहीं है पम्मी, असल च मेरी आवाज खुशियां भरे गीत गाने लई तां बनी नहीं, ते जदों मैं सोग भरे गीत गाना मैनूं एवें लगदा जिदां मैं अपने अपने गमां नूं बेच रहा। पर क्यामपुरी जी, सॉरी पम्मी, मैं हुण होर नहीं गा सकता। यार बिजली, तेरे व्याह दा कार्ड तां बहुत सोहना छपिया है। ओए ए की जिन्नी चमक इस कार्ड ते है, तेरे चेहरे ते क्यों नहीं? जिस बिजली तो करंट निकल जावे ओदी चमक किवें रह सकदी है? देख बिजली, हुण तेरा धर्म ए बंद है
कि तू जिस घर जावे उत्थे रोशनी देवे। मैं कोशिश करांगी कि अपने दिल ते पसरे हुए हनेरियां दा एहसास मैं किसी होर नूं ना होण दवां। ओहो यार जल्दी करो, 8 बजे तो बरात आ जानी है। ब्याह ते इन्ना दा काली तुहानू पई हुई है। मैडम प्लीज जरा छेती रेडी कर दो, 8 बजे शो है मेरा। बिजली पम्मी पुरजा तुहाडा करंट कैंपुरी नाल शो है ना, आई मीन के जोड़ी है ना तुहाडे उहनां नाल। जोड़ी होंदी सी कदी, हुण नहीं है। पर क्यों? गौना छड़ दित्ता उन्होंने। गौना छड़ दित्ता? पर क्यों? ना पता तो उहदा मैं नहीं जानती, बट इन्ना जरूर जानती हाँ किसी ने प्यार च उन्होंने इन्नी डूंगी सट मारी है कि गौना तो दूर वह हूँ जीना भी नहीं चाहते। वह बदनसीब कुड़ी मैं ही हाँ। पर तू अपने आप को बदनसीब क्यों कहती पी है? तू तो बहुत लकी है, तेनों नहीं पता और तेनू किन्ना प्यार करते हैं। तो हूँ जिदा की उन्होंने हालत है ना, उन्होंने सिर्फ तू ही बचा सकती है। पर मैं की कर सकती हूँ? मेरा तो आज ब्याह हो जाना है। होया तो नहीं ना, तू कुछ भी कर किवे भी कर प्लीज उन्होंने बचा ले प्लीज। हाँ बिजली जे तू हूँ कुछ ना किया ना तो अनर्थ हो जाना है। पर मैं की करा काटो? करना की है, तू आशू फोन कर, वो पढ़िया लिखा मुंडा सब समझेगा। ਪਾਂਡਾ ਜੀ ਤੁਹਾਡੀ ਹਰ ਇੱਕ ਲਾਂ ਤੇ ਮੈਂ ਗੋਲੀ ਚਲਾਉਣੀ। ਉਹ ਮਾਮਾ ਜੀ ਕਿਤੇ ਮੇਰੇ ਕੋੜੀ ਨਾ ਭਜਾ ਦੇਣਾ। ਓਏ ਨੋ ਪ੍ਰੋਬਲਮ ਪਾਂਜੇ, ਓ ਯੈਸ ਵੀ ਲੋਡਡ। ਹਾਂਜੀ ਸਵੀਟਹਾਰਟ। ਆਸ਼ੂ ਇੱਕ ਪ੍ਰੋਬਲਮ ਹੈਗੀ ਹੈ। ਡੀਅਰ ਹੁਣ ਤਾਂ ਤੇਰੀਆਂ ਸਾਰੀਆਂ ਪ੍ਰੋਬਲਮਸ ਮੇਰੀਆਂ ਨੇ, ਬੋਲ। ਆਪਣਾ ਵਿਆਹ 2 ਦਿਨ ਲਈ ਪੋਸਟਪੋਨ ਹੋ ਸਕਦਾ ਹੈ। ਪੋਸਟਪੋਨ? ਉਹ ਹੈ ਕੋਈ ਸਰਕਾਰੀ ਮੀਟਿੰਗ ਹੈ ਜਿਹੜੀ ਅਸੀਂ 2 ਦਿਨ ਲਈ ਪੋਸਟਪੋਨ ਕਰ ਦਿਆਂਗੇ। नहीं फिर हुण मामा हेक लावे। मामा असी केड़ा किसे नालों घट आ, ला दिने आ हेक। लाओ फिर। ਕਿੱਥੇ ਘੁੰਮਣ ਡਈ ਆ ਭਜਾਈ? ਤੂੰ ਕਿੱਥੇ ਅੱਧੀ ਰਾਤ ਨੂੰ ਪਹਿਲਾਂ ਪਾਉਣ ਡਈ ਆ? ਉਹ ਇਹ ਕੋਈ ਸ਼ਾਪਿੰਗ ਦਾ ਟਾਈਮ ਹੈ ਜਾਂ ਤੂੰ ਸ਼ਾਪ ਇੰਸਪੈਕਟਰ ਆ ਜਿਹੜੇ ਦੁਕਾਨਾਂ ਦੇ ਸ਼ਟਰ ਬੰਦ ਕਰਵਾਉਂਦੀ ਫਿਰਦੀ ਆ? ਉਹ ਤਾਂ ਜਬਲੀਆਂ ਨਾ ਮਾਰ ਕਰਨ ਤੋਂ ਦੇਖਿਆ ਕਿਤੇ। ਕਰੰਟ ਤੇ ਭਜਾਈ ਅੱਜ ਕੱਲ ਪ੍ਰਧਾਨ ਮੰਤਰੀ ਵਾਂਗੂ ਟੈਲੀਵਿਜ਼ਨ ਤੇ ਹੀ ਦੇਖਦਾ ਹੈ, ਉਹ ਵੀ ਗਾਣਾ ਗਾਉਂਦਾ। ਉਹਨੇ ਹੁਣ ਟੀਵੀ ਤੇ ਵੀ ਨਹੀਂ ਨਜ਼ਰ ਆਣਾ, ਉਹ ਗਾਣਾ ਛੱਡ ਚੁੱਕਾ। ਉਹ ਕਿਵੇਂ ਬੂਕਣ ਡਈ ਆ? ਗਾਣਾ ਹੀ ਛੱਡਿਆ ਨਾ, ਕੋਈ ਸਰੀਰ ਤਾਂ ਨਹੀਂ ਛੱਡਿਆ? ਓਏ ਬਸ ਕਰ ਓਏ। ਉਹਦਾ ਦਿਲ ਕਿਸੇ ਕੁੜੀ ਤੇ ਆ ਗਿਆ ਤੇ ਕੁੜੀ ਦਾ ਅੱਜ ਵਿਆਹ ਕਿਤੇ ਹੋਰ ਹੋਣ ਡਿਆ ਤੇ ਸਾਡਾ ਮੁੰਡਾ ਵਿਚਾਰਾ ਦਿਲ ਛੱਡੀ ਬੈਠਾ। ਤੇ ਕੁੜੀ? ਕੁੜੀ ਤਾਂ ਅੰਕਲ ਜੀ ਕਰੰਟ ਨੂੰ ਪਿਆਰ ਕਰਦੀ ਹੈ। ਪਿਆਰ? ਯਾਨੀ ਕਿ ਆਸ਼ਕੀ? ਉਹ ਸ਼ੁਕਰ ਹੈ ਰੱਬਾ, ਪਹਿਲੀ ਵਾਰ ਸਾਡੇ ਖਾਨਦਾਨ ਦੇ ਵਿੱਚ ਕੋਈ ਕੁੱਤੇ ਕੰਮ ਪਿਆ। ਆਏ ਬਸ ਕਰ ਓਏ। ਹੁਣ ਤੱਕ ਤਾਂ ਸਾਡੇ ਖਾਨਦਾਨ 'ਚ ਮਸਖਰੇ ਹੀ ਪੈਦਾ ਹੋਏ ਆ। ਆ ਪਹਿਲੀ ਯਾਰੀ ਮਜਨੂੰ ਜੰਮਿਆ ਜਿਹਦੇ ਤੇ ਕਿਸੇ ਲੈ ਲੈ ਦਾ ਦਿਲ ਆਇਆ। ਉਹ ਗੱਲਾਂ ਘੱਟ ਮਾਰੋ ਤੇ ਛੇਤੀ ਨਾਲ ਕਰੰਟ ਨੂੰ ਲੱਭੋ ਤੇ ਉਹਨੂੰ ਕਹੋ ਕਿ ਕੁੜੀ ਦਾ ਵਿਆਹ ਕਿਤੇ ਹੋਰ ਨਹੀਂ ਹੋਣਾ ਚਾਹੀਦਾ, ਚਾਹੇ ਕੁੜੀ ਚੱਕਣੀ ਹੋਵੇ। ਗੱਲ ਠੀਕ ਹੈ, ਤੁਸੀਂ ਸ਼ਹਿਰ ਵੱਲ ਲੱਭੋ, ਅਸੀਂ ਨਹਿਰ ਵੱਲ ਲੱਭਨੇ। ਆਓ ਜੀ, ਚੱਕਣ ਵਾਲੀ ਗੱਲ ਜੱਚਦੀ ਆ।
जो मैं सुनया मैं तुहानू दस दिना उन्हां दा मुंडा बिजली नूं चकण दी पूरी कोशिश करेगा। तुसी इदां करो उन्हें चक लिओ। जेड़ी कुड़ी नूं तू प्यार करदा है ना उहदा सुनेहा आई कि मैं तैनूं प्यार करदी आं ते करदी रहांगी, जे तू मैनूं आके बचा सकदा है ते बचा छड़। तुसीं मजाक ते नहीं कर रहे ना? ओए पुत्तर, साडी मरासियां दी जिंदगी मजाक हुंदी है पर प्यार मजाक नहीं हुंदा। जा अपने प्यार नूं बचा ला। जा मेरा पुत्तर जा, अपने खानदान दी नक रखी होए। ओ जिवें असीं मरासी किसे व्याह तो लाग ले बगैर नहीं ना मुड़दे, और तू भी कुड़ी तो बगैर वापस ना मुड़ी ओए। दी, असीं चांदी दी कलीचड़ियां नहीं लैनियां, असीं सोने दियां लैनियां ने। हां दी, जीजू जी नूं फोन करके बोल दियो अगर नहीं खरीदे तो कोड़ी रोक के खरीद ले। फुफड़ लगता है जेड़ा तेरे कहे ते बरात वापस ले जिए। ओए साडा फुफड़ नु कुछ ना कहो। फुफड़ नु यार असि मसा मना के बिठाया। लो लो फुफड़ जी पियो। हैं मेरी गल सुन लो कन खोल के। बिजली जाएगी ता सिर्फ मेरे नाल, क्योंकि ओ सिर्फ मेनू प्यार करदी है। ओए रुक जाओ मुंडियो। ओए गोली मामा कदों काम आऊगा? एदे गिट्टियां च ता मैं इन्नियां गोलियां मारूंगा। ओए कोड़ी ते ता की, ए ता साइकिल ते चढ़ लग्या भी कंबूगा सोणियो। मामा जी ज्यादा पाकिस्तानी फिल्मों के डायलॉग मारन की लोड़ नहीं, छड़ दो इसनू। यह गल मैनू भी पता है जे असी चाहिए असी इतों जिंदा ना जान दिए, पर तैनू तो मैं कला ही निचटना चाहता। तू मेरे नाल कमरे च चल, जेड़ा साबत हड्डियां नाल बाहर आएगा उही बिजली नू लेके इतों जाएगा। ये तो की कह रहे आशु पुत्र? डैड प्लीज, तुसी गोली खा के अपना बीपी सैट करो, मैं इनू सैट करके आया। मैनू पता है तू ते बिजली वाकई दूजे नूं दिलों चाहुंदे हो, बट मैं भी उन्हूं बड़े सच्चे दिलों प्यार कीता, ते हुण उहदी खुशी विच ही मेरी खुशी है। बाकी तेरी हिम्मत नूं भी मैं परख लिया। तू इदां कर, तू मेरा ब्याह वाला सूट पा लै ते सेरा बन लै। की कह रहा? मैं समझा नहीं कुछ। वो समझन नूं के अलजबरा दा सवाल है? सिंपल जी गल है यार, तू मेरा सेरा बन के जयमाला च बैठ, आपां दोवें बिजली नूं सरप्राइज देवांगे।
थैंक्स आशु। हाँ आशु ने की पंगा जा पाया, पुलिस ने बुला के लफंगे नू अंदर करौंदा। ओए आशु दी मामी, ओए अपने आशु ने उन्हें ऐसा सिद्धा करना और मुड़ के किसी बरात दे नेड़ियो भी नहीं लंघना। ओए आफ्टर ऑल भांजा की दा गोली मामे दा। तुसी उन्हें कल्ले नू जाने क्यों दिता, हाले तक नहीं आया हैगा। चाचू आ गया। ओ ओ देयर ही कम्स। शुक्र है आशु। ओ लफंगा किथे आ? ओए करता फिनिश। ओ आकर भांजा की दा गोली मामे दा। बिजली, मैनू पता लग गया करंट इत्थे आया सी। की करंट इत्थे आया सी? ओ आया सी कलफंगा, आशु ने कुट के भजाता जा किसे कमरे च बंद करता। हुन कुछ नहीं हो सकता, हुन आशु ही मेरे नसीब च। तू मेरे नाल लिक्विड रूम च चल। तुसी दोवें किथे चली आओ, जय माला दा टाइम हो गया, आशु वेट कर रहे होएगा। आंटी ने वॉशरूम जाना है, बस असीं हुणे आए। चल 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 चल। नाले गल सुन भागवान ने, मेरे भाणजे दे सोहने मुख नू गर्मी लगती होनी, एदा सिरा जरा उपर नू चक दे। साफ साफ कहो ना कि तुहाड़े भांजे दे चन वर्गे चेहरे नू सारी दुनिया वेखे। मैं हुणे चक दिनी आ। आशु लिया, आशु संगीत नहीं हुंदा, बैठ आशु, गल तां सुन आशु। ओ हो आशु, आशु आ मुंडे ने पंगदा नहीं पहले किते। ओ आशु बस मिसाती हो गई मैं चिरवे। ओ निर्मल जी सारी जिंदगी मेरे वांगू रोना ही है। चलन दियो मतलब आशु ने मेरे नाल धोखा किया, मैं उस कमीने नूं छड्डांगा नहीं। आशु ने तां तेरे लई कुर्बानी दित्ती है, पर फिर तू अपनी जगह दूजी कुड़ी नू क्यों भेजा? क्योंकि इसनू पता नहीं सी कि मेरी जगह लाड़ी दी ड्रेस विच तू है। ऐ ता सिर्फ तेरे नाल ही ब्याह कराना चाहंदी सी। पर हुण ऐ ता दसो कि कौन कीदी गल च वरमला पाऊगा। हां तुसी दो मिनट रुको, बिजली हुणे दुल्हन दी ड्रेस पाके आई। चल बिजली। पर आशु ब्याह ते दा खर्चा साडा हो गया। ओ कोई गल नहीं डैड, अपा सारे बिल करंट दे डैड नू दे देंगे। आशु जमी नहीं समझदा, तेरे व्याह लई मैं नवे कपड़े बनाए सी, गहने कट्टे भी बनाए सी, मेरा तो खर्चा एवं हो गया ना सारा। ओ कोई गल नहीं मामी, तुसी एदी मामी बन जाओ। ओ हो आशु, ओ भाई मामा मामी तो असी बन जांगे, पर मां बाप तो असल बुला ला। वाह जी वाह, बढ़िया रौनक शौनक लगिया इत्थे तां। ते मल्लम लाउण नूं बाला, रब झूठ ही बुलावे, मुंडे दे सक्का प्यो ते आ गया।
ਹੁਣ ਜੇ ਮਾਂ ਚਾਹੀਦੀ ਹੈ ਤਾਂ ਇੱਥੋਂ ਕੋਈ ਪੱਲਿਓਂ ਪਾ ਛੱਡੋ। ਓ ਸ਼ਰਮ ਕਰ ਓਏ, ਓ ਫੇਰ ਤੂੰ ਕਹਿੰਦਾ ਇੱਥੋਂ ਬਣੇ ਬਣਾਏ ਨਿਆਣੇ ਵੀ ਲੈ ਚੱਲੀਏ। ਇੰਨੀ ਕੁ ਖੇਚਲ ਤੇ ਮੈਂ ਕਰ ਲਾਂਗਾ ਨਾ। ਓ ਬਸ ਓਏ, ਓ ਚੁੱਪ ਕਰੋ। ਓ ਕਰੰਟ ਤੂੰ ਕਿਉਂ ਲਾੜੇ ਦੇ ਕੱਪੜੇ ਪਾ ਕੇ ਖਲੋਤਾ ਇੱਥੇ? ਤਾਈ ਮੈਂ ਤੇ ਆਸ਼ੂ ਤੋਂ ਲਏ ਨੇ। ਮੈਂ ਤਾਂ ਹੋ ਗਈ ਕਰੰਟ ਦੀ ਤਾਈ ਤੇ ਆਸ਼ੂ ਤੇਰੀ ਤਾਈ ਕਿੱਥੇ ਜੇ? ਮੈਂ ਆਸ਼ੂ ਦੀ ਤਾਈ। ਲੈ ਬੀਬੀ ਫਿਰ ਆਪਣੇ ਕੱਪੜੇ ਤੇ ਗਹਿਣੇ ਇੱਧਰ ਫੜਾ। ਆਹੋ ਮੰਗਵੀਆਂ ਚੀਜ਼ਾਂ ਦਾ ਤਾਂ ਸਵਾਦ ਹੀ ਆਪਣਾ ਹੁੰਦਾ। ਓਏ ਇੱਕ ਘਰ ਤੇ ਡੈਣ ਵੀ ਛੱਡ ਦਿੰਦੀ ਏ। ਹੈ ਤਾਂ ਹੈ, ਹੈ ਤਾਂ ਹੈ। ਐ ਲੈ ਕਰੰਟ ਆ ਗਈ ਤੇਰੀ ਆਪਣੀ ਲਾੜੀ। ਆ ਗਿਆ ਆ ਗਿਆ। ਫੇਰ ਜਿੱਤ ਗਈ। ਉਸਨੇ ਖੁਸ਼ ਹੋ ਕੇ ਪਾਲੇ ਨੂੰ ਬਿਜਲੀ ਮਹਿਕਮੇ ਦਾ ਚੇਅਰਮੈਨ ਲਾ ਦਿੱਤਾ।